ਵਾਹਿਗੁਰੂ 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 ਮੇਰੇ ਮਨ ਤਨ ਪ੍ਰੇਮ ਨਾਮ ਅਧਾਰ ਮੇਰੇ ਮਨ ਤਨ ਪ੍ਰੇਮ ਨਾਮ ਅਧਾਰ ਮੇਰੇ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੀ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡਾ ਭਾਗ ਗੁਰਮੁਖ ਹਰ ਲੈ ਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡਾ ਭਾਗ ਗੁਰਮੁਖ ਹਰ ਲੈ ਨਾ ਹੇ ਮੇਰੇ ਸੰਗੀ ਸਾਥੀਓ ਨਾਮ ਜਪੋ ਇਹ ਗੁਰੂ ਸਾਹਿਬ ਜੀ ਆਪਣੇ ਸੰਗੀ ਸਾਥੀਆਂ ਨੂੰ ਕਹਿ ਰਹੇ ਹਨ ਅਸੀਂ ਗੁਰੂ ਸਾਹਿਬ ਜੀ ਦੀ ਹੀ ਸੰਗਤ ਕਰਨੀ ਹੈ ਤੇ ਗੁਰੂ ਸਾਹਿਬ ਜੀ ਦਾ ਹੀ ਹੁਕਮ ਮੰਨਣਾ ਹੈ ਇਹ ਸੱਚ ਹੈ ਕਿ ਨਾਮ ਸਾਨੂੰ ਜਪਣਾ ਸ਼ਾਇਦ ਚੰਗਾ ਨਹੀਂ ਲੱਗਦਾ ਸ਼ਾਇਦ ਨਾਮ ਜਪਦਿਆਂ ਸਾਨੂੰ ਆਲਸ ਆਉਂਦਾ ਹੈ ਸ਼ਾਇਦ ਨਾਮ ਜਪਦਿਆਂ ਸਾਡੇ ਮਨ ਦੇ ਖਿਆਲ ਸਾਨੂੰ ਤੰਗ ਕਰਦੇ ਹਨ ਇਹਦੇ ਵਿੱਚ ਮਨ ਨਹੀਂ ਲੱਗਦਾ ਪਰ ਗੁਰੂ ਸਾਹਿਬ ਜੀ ਦਾ ਹੁਕਮ ਵਜਾਉਣਾ ਹੈ ਇੱਕ ਆਪਾਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ ਹੁਕਮ ਮੰਨਿਆ ਹੋਵੇ ਪ੍ਰਵਾਣ ਤਾਂ ਖਸਮੇ ਕਾ ਗੱਲ ਇਹ ਨਹੀਂ ਹੈ ਕਿ ਮੈਂ ਚਿੱਤ ਲਾ ਕੇ Jap ਰਿਹਾ ਕਿ ਨਹੀਂ ਇਹ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਸਮਾਂ ਆਏਗਾ ਚਿੱਤ ਵੀ ਜੁੜ ਜਾਏਗਾ ਗੱਲ ਇਹ ਕਿ ਮੈਂ ਗੁਰੂ ਦਾ ਹੁਕਮ ਵਜਾ ਰਿਹਾ ਗੱਲ ਇਹ ਕਿ ਮੈਂ ਗੁਰੂ ਦਾ ਹੁਕਮ ਵਜਾ ਰਿਹਾ ਹਾਂ ਗੁਰੂ ਸਾਹਿਬ ਨੇ ਇਹ ਕਿਹਾ ਸੀ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਸਿੱਖ ਪਿਆਰਾ ਨਹੀਂ ਲੱਗਦਾ ਕੱਪੜੇ ਧੋਤੇ ਹਨ ਪ੍ਰੈਸ ਕਰਕੇ ਪਾਏ ਹਨ ਦਸਤਾਰਾਂ ਰੀਜਨਲ ਬਨੀਆਂ ਹਾਂ ਇਹ ਸ਼ੌਂਕ ਹੋਣਾ ਚਾਹੀਦਾ ਹੈ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਸੁੰਦਰ ਸਰੂਪ ਦਿੱਤਾ ਹੈ ਨਾ ਆਪਣਾ ਜੂ ਸਰੂਪ ਦੇ ਦਿੱਤਾ ਕਲਗੀਧਰ ਜੀ ਨੇ ਖਾਲਸਾ ਮੇਰੋ ਸੋ ਖਾਸ ਰੂਪ ਨੂੰ ਤਿਆਰ ਹੋਣ ਨੂੰ ਵੀ ਟਾਈਮ ਲੱਗਦਾ ਹੈ ਔਰ ਹੋਣਾ ਵੀ ਚਾਹੀਦਾ ਖਾਲਸਾ ਤਿਆਰ ਪਰ ਏ ਵੀ ਯਾਦ ਰੱਖਣਾ ਹੈ ਗੁਰੂ ਨੇ ਕਿਹਾ ਤੇਰਾ ਰੂਪ ਮੈਨੂੰ ਚੰਗਾ ਨਹੀਂ ਲੱਗਦਾ ਰਹਿਤ ਚੰਗੀ ਲੱਗਦੀ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਤਾਂ ਹੀ ਭਾਈ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡਾ ਭਾਗ ਗੁਰਮਖਾਂ ਦੇ ਭਾਈ ਵੱਡੇ ਭਾਗ ਹੈ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਹੈ ਵਾਹਿਗੁਰੂ 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 ਨਾਮ ਬਿਨਾ ਨਹੀਂ ਜੀਵੇ ਅਜਾਏ ਵਡੈ ਭਾਗ ਗੁਰਮੁਖ ਹਰਪਾਏ ਅੱਜ ਸਾਡਾ ਨਾਮ ਜਪਣ ਨੂੰ ਦਿਲ ਨਹੀਂ ਕਰਦਾ ਇਹ ਸਾਡੀ ਅਵਸਥਾ ਹੈ ਅੱਜ ਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਰਨ ਤੱਕ ਇੱਥੇ ਹੀ ਬੈਠੇ ਰਹਿਣਾ ਹੈ ਅੱਜ ਦੀ ਅਵਸਥਾ ਇਹ ਹੈ ਕਿ ਨਾਮ ਜਪਣ ਨੂੰ ਦਿਲ ਨਹੀਂ ਕਰਦਾ ਪਰ ਅਵਸਥਾ ਇਹ ਬਣਨੀ ਚਾਹੀਦੀ ਹੈ ਕਿ ਨਾਮ ਬਿਨਾ ਨਹੀਂ ਆਖਣ ਔਖਾ ਸਾਚਾ ਨਾਮ ਰਹਿਰਾ ਸਾਹਿਬ ਚ ਵੀ ਪੜਦੇ ਹਨ ਮਹਾਰਾ ਕਹਿੰਦੇ ਆਖਾਂ ਜੀਵਾ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਜਿੱਨੇ ਬੈਠੇ ਇਹੀ ਅਰਦਾਸਾਂ ਕਰੀਏ ਗੁਰੂ ਸਾਹਿਬ ਜੀ ਇਹ ਸਰੀਰ ਦੇ ਨਾਸ ਹੋਣ ਤੋਂ ਪਹਿਲਾਂ ਪਹਿਲਾਂ ਮੇਰੀ ਇਹ ਅਵਸਥਾ ਬਣ ਜਾਏ ਨਾਮ ਬਿਨਾ ਨਹੀਂ ਜੀਵੇ ਅਜਾਏ ਵਡਾ ਭਾਗ ਗੁਰਮੁਖ ਹਰਪਾਏ ਕਿੰਨੂ-ਕਿੰਨੂ ਲੱਗਦਾ ਕਿ ਭਾਗ ਵੱਡੇ ਐ ਸਾਡੇ ਭਾਈ ਕਿਨੂ-ਕਿੰਨੂ ਲੱਗਦਾ ਐ ਇੰਨਾ ਚਿਰ ਕਿਨੂ-ਕਿੰਨੂ ਲੱਗਦਾ ਸਾਡੇ ਭਾਗ ਵੱਡੇ ਐ ਜੇ ਵੱਡੇ ਐ ਸੋਹਣੀਆਂ ਦਸਤਾਰਾਂ ਸਜਾਇਆ ਕਰੋ ਬਾਣੇ ਧਾਰਨ ਕਰੋ ਬਾਣੀ ਤੇ ਬਾਣਾ ਇਹ ਸਿੱਖ ਦੀ ਡੈਫੀਨੇਸ਼ਨ ਐ ਬਾਣਾ ਹੀ ਤੇ ਬਾਣਾ ਇਹ ਸਿੱਖ ਦੀ ਡੈਫੀਨੇਸ਼ਨ ਐ ਦੂਰੋਂ ਬਾਣੇ ਤੋਂ ਸਿੱਖ ਪਤਾ ਲੱਗਦਾ ਕੋਲ ਆਇਆ ਬਾਣੀ ਤੋਂ ਪਤਾ ਲੱਗਦਾ ਦੂਰੋਂ ਦੇਖਿਆ ਦਮਾਲਾ ਸੋਹਣਾ ਐ ਵੇਖਣ ਵਾਲੇ ਨੇ ਕਿਹਾ ਗੁਰੂ ਦਾ ਸਿੱਖ ਹੈ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਿੰਘ ਦੇ ਕੋਲ ਆ ਗਿਆ ਸਿੰਘ ਹੁਣ ਦਮਾਲਾ ਬਣ ਕੇ ਗਾਲਾਂ ਕੱਢ ਰਿਹਾ ਹੈ ਨਹੀਂ ਬਾਣੀ ਹੈਗੀ ਖਾਲੀ ਭਾਂਡਾ ਮੁੜ ਗਿਆ ਮੁੜਿਆ ਇੰਨੀ ਨਰਾਸ਼ ਵੀ ਹੋ ਗਿਆ ਕਹਿਣ ਲੱਗ ਪਿਆ ਭਾਈ ਸਿੰਘ ਇਦਾਂ ਦੇ ਹੀ ਹੁੰਦੇ ਆ ਵੱਡੇ ਭਾਗ ਭਾਈ ਵੱਡੇ ਭਾਗਾਂ ਨਾਲ ਜੇ ਸਿੱਖੀ ਮਿਲੀ ਇਹਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ। ਨਾ ਸਾਂਭਿਆ ਅਗਲੀਆਂ ਹੀ ਪੰਕਤੀਆਂ 'ਚ ਗੁਰੂ ਸਾਹਿਬ ਨੇ ਹਸ਼ਰ ਵੀ ਲਿਖ ਦਿੱਤਾ। ਨਾਮ ਹੀ ਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਨਾਮ ਭਾਈ ਜਿਹੜੇ ਨਾਮ ਨੇ ਜਪਦੇ ਉਹਨਾਂ ਦੇ ਮੂੰਹ ਤੇ ਕਾਲਖ ਮਲੀ ਜਾਏਗੀ ਦਰਗਾਹ ਦੇ ਵਿੱਚ ਮਾਫ ਕਰਨਾ ਇੰਨੀ ਕਿਤੇ ਹੱਥ ਨੂੰ ਲੱਗ ਕੇ ਕੋਈ ਕਾਲਖ ਚਿਹਰੇ ਤੇ ਲੱਗ ਜਾਵੇ ਨਾ ਕਈ ਵਾਰ ਧੋਨੇ ਆ ਕਿ ਇਹ ਮੇਰਾ ਐਬ ਮਿਟ ਜਾਵੇ ਉਥੇ ਕੁਝ ਨਹੀਂ ਹੋਣਾ ਫਿਰ ਜਾ ਕੇ ਜੋ ਅਸੀਂ ਕਰਨਾ ਇੱਥੇ ਕਰਨਾ ਹੈ ਸੰਗਤ ਜੀ ਨਾਮ ਹੀਣ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਨਾਮ ਤੋਂ ਬਿਨਾ ਜੀਣਾ ਲਹਨਤ ਜੋਗ ਹੈ ਲਹਨਤ ਜੋਗ ਹੈ ਇੱਕ ਵਾਰ ਅਸੀਂ ਕਥਾ ਚ ਸੁਣਿਆ ਸੀ ਇੱਕ ਵਾਰ ਲਹਨਤ ਤੇ ਤ੍ਰਿਗ ਹੁੰਦਾ ਹੈ 100 ਵਾਰ ਲਹਨਤ ਹੁਣ ਜੇ ਤ੍ਰਿਗ ਤ੍ਰਿਗ ਨੂੰ ਚਾਹੇ 100 ਨੂੰ 100 ਨਾਲ ਮਲਟੀਪਲਾਈ ਕਰ ਲੋ ਤੇ ਚਾਹੇ ਪਲੱਸ ਕਰ ਲੋ ਦੋਵੇਂ ਪਾਸੇ ਹੀ ਨੁਕਸਾਨ ਹੈ ਆਪਣਾ ਮਾਫ ਕਰਨਾ ਆਦਿ ਗੁਰੂ ਕੀ ਹਜ਼ੂਰੀ ਚ ਅਸੀਂ ਇੰਨੀ ਗੱਲ ਬੋਲਣ ਦੇ ਆ ਜੇ ਅਸੀਂ ਬਾਹਰ ਖਲੋ ਕੇ ਕਿਸ ਨੂੰ ਕਹਿ ਦਈਏ ਤੇਰਾ ਜੀਵਨ ਲਾਹਨਤ ਵਾਲਾ ਹੈ ਤੇ ਸਾਡਾ ਝਗੜਾ ਹੋ ਜਾਏਗਾ ਤੁਸੀਂ ਮੈਨੂੰ ਕਹਿ ਦੋਗੇ ਪਰ ਮੈਂ ਤੁਹਾਡੇ ਨਾਲ ਲੜ ਪਾਵਾਂਗਾ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਗੁਰੂ ਸਾਹਿਬ ਜੀ ਦੇ ਉਪਦੇਸ਼ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਬਣੀ ਉਦੋਂ ਵੀ ਸਤ ਸਨ ਆਦ ਸੱਚ ਜੁਗਾਦ ਸੱਚ ਹੈਪੀ ਤੇ ਨਾਨਕ ਧਾਂਵੇ ਜਾ ਕੇ ਪਾਈਏ ਸੱਤ ਰਹਿਣੇ ਆ ਅਸੀਂ ਨਾ ਆਦਿ ਚ ਸੱਤ ਸੀਗੇ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਸੀਗੇ ਜੇ ਮੇਰੀ ਗੱਲ ਕਰੋਗੇ 1979 ਦਾ ਮੇਰਾ ਬਰਥ ਹੈ ਤੁਸੀਂ ਇਹ ਕਹਿ ਸਕਦੇ ਨਿਸ਼ਾਨ ਸਿੰਘ 1979 ਚ ਸੱਤ ਹੋਇਆ ਉਸ ਤੋਂ ਪਹਿਲਾਂ ਤਾਂ ਹੈ ਹੀ ਨਹੀਂ ਪਤਾ ਔਰ ਇੱਕ ਦਿਨ ਫੇਰ ਆਉਣਾ ਜਿਸ ਦਿਨ ਇੱਕ ਹੋਰ ਤਰੀਕ ਲਿਖੀ ਜਾਣੀ ਫੋਟੋ ਥੱਲੇ ਔਰ ਉਸ ਦਿਨ ਅਸੀਂ ਫੇਰ ਅਸੱਤ ਹੋ ਜਾਣਾ ਝੂਠ ਹੋ ਜਾਣਾ ਫੇਰ ਕਹਿ ਪ੍ਰਾਣੀ ਗੱਲੋ ਜਣੀ ਵੀ ਹੁੰਦਾ ਸੀ ਪਰਮੇਸ਼ਰ ਬਾਰੇ ਇਦਾਂ ਨਹੀਂ ਕਿਹਾ ਜਾ ਸਕਦਾ ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੰਗਤ ਜੀ ਨਾਮ ਜਪਣਾ ਬਹੁਤ ਇੰਪੋਰਟੈਂਟ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਨਾ ਹੋਵੇ ਕਿਤੇ ਆਹ ਪੰਕਤੀ ਪੜ੍ਹ ਕੇ ਸਾਡੀ ਰੂਹ ਕੰਬ ਜਾਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਐਸਾ ਦਿਨ ਨਾ ਆਵੇ ਜਿਸ ਦਿਨ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀ ਵਾਇਆ ਇਹ ਗੱਲ ਹੋ ਜਾਏ ਇਸ ਕਰਕੇ ਭਾਈ ਵੱਡਾ-ਵਡਾ ਹਰ ਭਾਗ ਕਰ ਪਾਇਆ ਨਾਨਕ ਗੁਰ ਮੁਖ ਨਾਮ ਦਿਵਾਇਆ ਵੱਡਾ-ਵਡਾ ਹਰ ਭਾਗ ਕਰ ਪਾਇਆ ਕੀ ਗੱਲ ਹੋ ਗਈ ਆ ਬੋਲਦੇ ਕਿਉਂ ਨਹੀਂ ਤੁਸੀਂ ਕੀਰਤਨੀਏ ਬੈਠੇ ਆ ਸਵੇਰੇ ਕੀਰਤਨ ਚ ਗੱਜ ਕੇ ਬੋਲੋ ਵੱਡਾ ਵੱਡਾ ਹਰ ਭਾਗ ਕਰ ਆਇਆ ਕਹਿ ਰਿਹਾ ਸੀ ਵੀਰ ਤਾਂ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹ ਨਾਮ ਦੀ ਦਾਤ ਮਿਲੇ ਜੀ ਚਲੋ ਸੰਗਤ ਜੀ ਅੱਜ ਦੀ ਆਪਾਂ ਥੋੜੀ ਵਿਚਾਰ ਸਾਂਝੀ ਸ਼ੁਰੂ ਕਰਨੀ ਹੈ ਗੱਜਵੱਜ ਕੇ ਫਤਿਹ ਬੁਲਾਓ ਆਪਣੀ ਤੇ ਦਾਸ ਦੀ ਵੀ ਹਾਜ਼ਰੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਤੇ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਆਪ ਜੀ ਵਰਗੇ ਗੁਰਸਿੱਖ ਪਿਆਰੇ ਅੱਗੇ ਬੈਠੇ ਹੋਣ ਤਾਂ ਦਾਸ ਨੂੰ ਤਾਂ ਬੋਲਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਆਪਣੇ ਔਗਣ ਅਸੀਂ ਆਪ ਜਾਣਦੇ ਹਾਂ ਜਾਂ ਗੁਰੂ ਸਾਹਿਬ ਜਾਣਦੇ ਹਨ ਸਿਰਫ ਇੰਨਾ ਕ ਹੈ ਕਿ ਗੁਰੂ ਸਾਹਿਬ ਜੀ ਨੇ ਇੱਕ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾ ਲਈ ਤਾਂ ਦੇਖਣ ਵਾਲਿਆਂ ਨੂੰ ਸ਼ੇਰ ਦਿਖਾਈ ਦਿੰਦਾ ਹੈ ਸਾਡੇ ਔਗਣ ਬਹੁਤ ਹਨ ਅਰਦਾਸ ਕਰਨੀ ਮਹਾਰਾਜ ਅੱਗੇ ਕਿ ਸਾਨੂੰ ਇਸ ਜੀਵਨ ਵਿੱਚ ਬਖਸ਼ ਲੈਣ ਔਗਣ ਆਰਿਆਂ ਨੂੰ ਨਿਗੁਣਿਆਂ ਨੂੰ ਬਖਸ਼ ਲੈਣ ਸੱਚੇ ਪਾਤਸ਼ਾਹ ਸੰਗਤ ਜੀ ਆਪ ਸਾਰੇ ਪੜੇ ਲਿਖੇ ਸਿਆਣੇ ਗੁਰਮੁਖ ਸੂਝਵਾਨ ਹੋ ਗੁਰੂ ਸਾਹਿਬ ਜੀ ਨੇ ਆਪ ਨੂੰ ਅੰਮ੍ਰਿਤ ਦੀਆਂ ਦਾਤਾਂ ਨਿਤਨੇਮ ਗੁਰਬਾਣੀ ਕੀਰਤਨ ਤੇ ਵਿਚਾਰ ਰੂਪ ਵੀ ਬਹੁਤ ਗੁਰਸਿੱਖਾਂ ਨੇ ਰਾਤੀ ਸਾਰਿਆਂ ਨੇ ਰਲ ਮਿਲ ਕੇ ਸੋਹਣੀ ਵਿਚਾਰ ਪੇਸ਼ ਕੀਤੇ ਸਾਰਿਆਂ 'ਚ ਭਾਈ ਪੋਟੈਂਸ਼ੀਅਲ ਹੈ ਇਹਨੂੰ ਡੈਮ ਬਣ ਕੇ ਰੋਕ ਨਾ ਛੜਿਓ ਜੇ ਗੁਰੂ ਨੇ ਕੋਈ ਬਖਸ਼ਿਸ਼ ਕਰ ਦਿੱਤੀ ਹੈ ਤੇ ਜਿੰਨੀ ਵੰਡ ਸਕਦੇ ਓਨੀ ਵੰਡਿਓ ਅਸੀਂ ਕਿਤੇੋਂ ਕੋਈ ਵਿਦਿਆ ਨਹੀਂ ਲਈ ਸਿਰਫ ਇੱਕ ਹੀ ਰੀਜ ਸੀਗੀ ਮਨ 'ਚ ਕਿ ਜੇ ਊੜਾ ਲਿਖਣਾ ਆ ਗਿਆ ਤੇ ਜਿੱਥੇ ਬੈਠਣਾ ਉਥੇ ਊੜਾ ਲਿਖਣਾ ਜ਼ਰੂਰ ਸਿਖਾਉਣਾ ਇਹ ਨਹੀਂ ਕਹਿਣਾ ਮੈਨੂੰ ਊੜਾ ਐੜਾ ਨਹੀਂ ਆਉਂਦਾ ਊੜਾ ਲਿਖਣਾ ਆ ਗਿਆ ਜਿੱਥੇ ਬੈਠੇ ਊੜੇ ਦੀ ਗੱਲ ਕਰਾਂਗੇ ਜਿੱਦਣ ਐੜਾ ਲਿਖਣਾ ਆ ਗਿਆ ਉਸ ਦਿਨ ਐੜੇ ਦੀ ਵੀ ਗੱਲ ਕਰਾਂਗੇ ਜੋ ਤੁਹਾਡੇ ਕੋਲ ਹੈ ਭਾਈ ਵੰਡਿਆ ਵਧਣਾ ਹੈ ਤੁਸੀਂ ਗੁਰੂ ਦੀ ਗੱਲ ਨੂੰ ਵੰਡਿਆ ਕਰੋ ਬੈਠ ਕੇ ਆਪਸ ਦੀਆਂ ਗੱਲਾਂ ਇਧਰ ਉਧਰ ਦੀਆਂ ਕਰਨ ਨਾਲੋਂ ਚੰਗੀ ਗੱਲ ਹੈ ਕਿ ਜਿੱਥੇ ਬੈਠਦੇ ਆਂ ਜਾਂ ਗੁਰਬਾਣੀ ਜਾਂ ਗੁਰੂ ਇਤਿਹਾਸ ਦੋ ਹੀ ਖੰਭ ਹਨ ਸਾਡੇ ਭਾਈ ਗੁਰਬਾਣੀ ਤੇ ਗੁਰੂ ਇਤਿਹਾਸ ਇਹਦੇ ਨਾਲ ਹੀ ਅਸੀਂ ਉੱਡਦੇ ਫਿਰਨਾ ਹੈ ਉਡਾਰੀ ਕਰਨੀ ਹੈ ਆਪਣੀ ਗੁਰਸਿੱਖੀ ਜੀਵਨ ਦੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਪਰਸੋਂ ਵਿਚਾਰ ਚੱਲੀ ਸੀ ਜੋ ਜੋ ਦੀ ਸਹ ਸੋ ਸੋ ਕੋਈ ਲੱਗਦਾ ਤੁਹਾਨੂੰ ਫਾਇਦਾ ਹੋ ਰਿਹਾ ਕੋਈ ਰੋਗ ਘਟ ਰਿਹਾ ਹੈ ਤਕਰੀਬਨ 2 ਦਿਨ ਹੋ ਮੁੱਕ ਗਏ ਕੈਂਪ ਦੇ ਕੋਈ ਫਰਕ ਲੱਗ ਰਿਹਾ ਜੀ ਗਾਂ ਵੀ ਰਹੇਗਾ ਜਿੱਦਾਂ ਜਵਾਬ ਦਿੰਨੇ ਆ ਨਾ ਪਤਾ ਨਹੀਂ ਕੀ ਗੱਲ ਆ ਫਰੀ ਚਾਏ ਭਾਈ ਸਾਹਿਬ ਇਹਨਾਂ ਪੈਸੇ ਨਹੀਂ ਦਿੱਤੇ ਆਉਣ ਦੇ ਕੈਂਪ ਚ ਅਟੈਂਡ ਕਿਉਂ ਨਹੀਂ ਐ ਟੈਂਟੇਟਿਵ ਕਿਉਂ ਨਹੀਂ ਐ ਫੌਜਾਂ ਲੱਕ ਕਰੋ ਸਿੱਧੇ ਇੱਕ ਤੇ ਜਿਹੜੇ ਥੰਮਾਂ ਦੇ ਉਹਲੇ ਕੋਈ ਨਹੀਂ ਹੋਣਾ ਚਾਹੀਦਾ ਜਿਹੜੇ ਥੰਮਾਂ ਵਾਲੇ ਆ ਭਾਈ ਸਿੱਧੇ ਹੋ ਜੋ ਦੋ ਤਰੀਕੇ ਹੁੰਦੇ ਇੱਕ ਪਿਆਰ ਦਾ ਇੱਕ ਹਥਿਆਰ ਦਾ ਥੰਮਾਂ ਦੇ ਉਹਲੇ ਨਹੀਂ ਹੋਣਾ ਚਾਹੀਦਾ ਭਾਈ ਕੋਈ ਵੀ ਮੈਨੂੰ ਸਾਰੇ ਦਿਖਣੇ ਚਾਹੀਦੇ ਆ ਲੱਕ ਤੁਹਾਡੇ ਸਿੱਧੇ ਰਹਿਣੇ ਚਾਹੀਦੇ ਜਿੰਨਾਂ ਚਿਰ ਅਸੀਂ ਗੱਲ ਕਰ ਰਹੇ ਹਾਂ ਠੀਕ ਹੈ ਜੀ ਹੁਣ ਦੱਸੋ ਕੋਈ ਫਰਕ ਪੈ ਰਿਹਾ ਕਿ ਨਹੀਂ ਤੇ ਪਹਿਲਾਂ ਇਦਾਂ ਬੋਲ ਲੈਂਦੇ ਨਾਂ ਵੀ ਪੈਂਦਾ ਵੇ ਕਹਿਣਾ ਤੇ ਤੁਸੀਂ ਇਹੀ ਐ ਸੁਣਨਾ ਅਸੀਂ ਵੀ ਇਹੀ ਚਾਹੁੰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਅਸੀਂ ਨਵੀਂ ਯਾਤਰਾ ਤੇ ਠੀਕ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਕੱਲ ਸਾਕਾ ਨਨਕਾਣਾ ਸਾਹਿਬ ਜੀ ਦੀ ਗੱਲ ਹੋਈ ਸੀ ਠੀਕ ਹੈ ਜੀ ਉਸ ਤੋਂ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਲਾਹਾ ਮਿਲਿਆ ਹੋਏਗਾ ਹੁਣ ਇੱਕ ਤੇ ਤੁਹਾਡਾ ਗਰੁੱਪ ਸੀਗਾ ਸਾਕਾ ਨਨਕਾਣਾ ਸਾਹਿਬ ਵਾਲਾ ਦੂਜਾ ਗਰੁੱਪ ਕਿਹੜਾ ਹੈ ਜੀ ਸਾਕਾ ਪੰਜਾ ਸਾਹਿਬ ਤੀਜਾ ਚਾਬੀਆਂ ਦਾ ਮੋਰਚਾ ਤੇ ਚੌਥਾ ਗੁਰੂ ਦਾ ਮੋਰਚਾ ਗੁਰੂ ਕਾ ਬਾਗ ਮੋਰਚਾ ਆਪਾਂ ਕੋਸ਼ਿਸ਼ ਕਰਾਂਗੇ ਅੱਜ ਕਿ ਇਹਨਾਂ ਤਿੰਨਾਂ ਸਾਖਿਆਂ ਦੀ ਤਿੰਨਾਂ ਮੋਰਚਿਆਂ ਦੀ ਜਿਹੜੀ ਹੈ ਇਹ ਬਹੁਤ ਬਰੀਫ ਥੋੜੀ ਥੋੜੀ ਗੱਲ ਕਰੀਏ ਜੇ ਤੇ ਸੰਗਤ ਜੀ ਆਪ ਜੀ ਧਿਆਨ ਨਾਲ ਸੁਣੋਗੇ ਫਿਰ ਬਹੁਤ ਕੁਝ ਸਮਝ ਆਏਗਾ ਤੇ ਜੇ ਤੁਸੀਂ ਵਿੱਚੋਂ ਆਪਣੀ ਲੈ ਤੋੜ ਕੇ ਕਿਸੇ ਹੋਰ ਪਾਸੇ ਲੈ ਗਏ ਲੜੀ ਟੁੱਟ ਗਈ ਮਾਲਾ ਟੁੱਟ ਗਈ ਤੇ ਸਾਰਾ ਕੁਝ ਬिखर ਜਾਂਦਾ ਹੈ ਇਹਦੇ ਵਿੱਚ ਕਾਫੀ ਤਰੀਕਾ ਹਨ ਦਾਸ ਦੀ ਵੀ ਮੈਮਰੀ ਕਾਫੀ ਘਟ ਗਈ ਹੈ ਯਾਦ ਨਹੀਂ ਰਹਿੰਦਾ ਇਸ ਕਰਕੇ ਦਾਸ ਨੇ ਲਿਖ ਕੇ ਲੈਂਦੀਆਂ ਤਾਂ ਜੋ ਆਪ ਜੀ ਨੂੰ ਐਕਸਪਲੇਨ ਕਰ ਸਕੀਏ ਜਦੋਂ ਅਸੀਂ ਇਤਿਹਾਸ ਦੀ ਸਾਂਝ ਪਾਉਣੀ ਤਰੀਕਾ ਦੀ ਉੱਥੇ ਇੰਨੀ ਜਿਆਦਾ ਅਹਿਮੀਅਤ ਨਹੀਂ ਰਹਿੰਦੀ ਇੰਪੋਰਟੈਂਟ ਇਹ ਹੈ ਕਿ ਹੋਇਆ ਕੀ ਪਰ ਫਿਰ ਵੀ ਜੇ ਤਰੀਕਾ ਦੀ ਵੀ ਥੋੜੀ ਜੀ ਗੱਲ ਕਰਾਂਗੇ ਤਾਂ ਸਮਝ ਜ਼ਰੂਰ ਕੁਝ ਨਾ ਕੁਝ ਵੱਧ ਆਏਗਾ ਸੋ ਭਾਈ ਪਹਿਲਾਂ ਗੱਲ ਕਰੀਏ ਚਾਬੀਆਂ ਦੇ ਮੋਰਚੇ ਦੀ ਇਹ ਕਿੱਥੇ ਲੱਗਾ ਸੀ ਜੀ ਦਰਬਾਰ ਸਾਹਿਬ ਦੂਜਾ ਗੁਰੂ ਕਾ ਬਾਗ ਇਹ ਕਿੱਥੇ ਹੈ ਜੀ ਅੰਮ੍ਰਿਤਸਰ ਤੜ ਚੁ ਗਿਆ ਕੋਈ ਗੁਰੂ ਕੇ ਬਾਗ ਫਿਰ ਉਹਨਾਂ ਨੇ ਅੰਮ੍ਰਿਤਸਰ ਨਹੀਂ ਕਹਿਣਾ ਜਿੱਨਾਂ ਗਏ ਸੀ ਕੁੱਕੇਵਾਲੀ ਕਿੰਨੇ ਕਿਹਾ ਬਹੁਤ ਵਧੀਆ ਉੱਥੋਂ ਦੇ ਰਹਿਣ ਵਾਲੇ ਤੁਸੀਂ ਦਰਸ਼ਨ ਹੋਏ ਠੀਕ ਹੈ ਜੀ ਤੇ ਤੀਜਾ ਸਾਕਾ ਪੰਜਾ ਸਾਹਿਬ ਇਹ ਕਿੱਥੇ ਹੋਇਆ ਜੀ ਹਾਂ ਜੀ ਬੋਲੋ ਪਾਕਿਸਤਾਨ ਬਹੁਤ ਸੌਖਾ ਤੁਹਾਨੂੰ ਕੋਈ ਐਡਰੈਸ ਪੁੱਛੇ ਤੁਹਾਡਾ ਤੁਸੀਂ ਕਹਿ ਦਿਆ ਕਰੋ ਪੰਜਾਬ ਹਾਂਜੀ ਹਸਨ ਬਦਾਲ ਹਸਨ ਬਦਾਲ ਕੀ ਹੈ ਹਸਨ ਬਦਾਲ ਕੀ ਹੈ ਸਟੇਸ਼ਨ ਦਾ ਨਾਮ ਹੋਰ ਹਾਂਜੀ ਉਹ ਯਾਰ ਸ਼ਹਿਰ ਆ ਮੈਨੂੰ ਪੁੱਛਣਾ ਪੈਣਾ ਵੀ ਉਹ ਜਿਹੜੇ ਆਲੂ ਪਾਉਂਦੇ ਨਾ ਪਰੌਂਠਿਆਂ ਵਿੱਚ ਉਹ ਚ ਮਿਲਾਉਂਦੇ ਕੀ ਆ। ਜ਼ਰੂਰ ਕੋਈ ਹੇਰਾਫੇਰੀ ਹੈ ਸੰਗਤ ਜੀ। ਇਹ ਲੱਭਣੀ ਪੈਣੀ ਹੈ ਮੈਨੂੰ ਹੁਣ ਮੈਂ ਲੈਕਚਰ ਤੋਂ ਬਾਅਦ ਚ ਪੁੱਛ ਕੇ ਆਵਾਂਗਾ। ਸੋ ਭਾਈ ਹਸਨਬਦਾਲ ਇੱਕ ਸ਼ਹਿਰ ਆ। ਠੀਕ ਹੈ ਜੀ। ਇਹੀ ਸਟੇਸ਼ਨ ਦਾ ਨਾਮ ਵੀ ਹੈ। ਆਪਾਂ ਉਸ ਹਸਨਬਦਾਲ ਨੂੰ ਕਿੱਦਾਂ ਜਾਣਦੇ ਆ? ਆਪਾਂ ਕੀ ਕਹਿੰਦੇ ਆ? ਸੰਗਤ ਜੂਜਲੀ ਕਹਿੰਦੇ ਆਂ ਪੰਜਾ ਸਾਹਿਬ ਜਾਣਾ ਹਸਨ ਅਬਦਾਲ ਦਾ ਨਾਂ ਤਕਰੀਬਨ ਆਪਾਂ ਬਹੁਤਾ ਨਹੀਂ ਸੁਣਾਂਗੇ ਕਿਉਂਕਿ ਗੁਰਸਿੱਖ ਉਸ ਨੂੰ ਪੰਜਾ ਸਾਹਿਬ ਕਰਕੇ ਹੀ ਜਾਣਦੇ ਹਨ ਠੀਕ ਹੈ ਜੀ ਸੋ ਬਰੀਫਲੀ ਆਪਾਂ ਗੱਲ ਕਰਦੇ ਆਂ ਤਿੰਨਾ ਮੋਰਚਿਆਂ ਦੀ ਇਹ ਜਿਹੜੇ ਤਿੰਨ ਮੋਰਚੇ ਆ ਪਹਿਲਾ ਚਾਬੀਆਂ ਵਾਲਾ ਮੋਰਚਾ ਠੀਕ ਹੈ ਜੀ ਮੁੜ ਕੇ ਲੱਗਾ ਗੁਰੂ ਕੇ ਬਾਗ ਦਾ ਮੋਰਚਾ ਠੀਕ ਹੈ ਜੀ ਔਰ ਗੁਰੂ ਕੇ ਬਾਗ ਦੇ ਮੋਰਚੇ ਦੇ ਇਨ ਬਿਟਵੀਨ ਹੀ ਪੰਜਾ ਸਾਹਿਬ ਵਾਲਾ ਵੀ ਸਾਕਾ ਹੋਇਆ ਠੀਕ ਹੈ ਇਹ ਗੱਲਾਂ ਨੂੰ ਤੁਸੀਂ ਥੋੜਾ ਮੈਂ ਤਾਂ ਹੀ ਕੋਸ਼ਿਸ਼ ਕਰ ਰਿਹਾ ਟਾਈਮ ਲਾਈਨ ਦੇ ਹਿਸਾਬ ਨਾਲ ਚੱਲਾਂਗੇ ਪਹਿਲਾਂ ਚਾਬੀਆਂ ਵਾਲਾ ਮੋਰਚਾ ਵੈਸੇ 1919 ਵਿੱਚ ਇੱਕ ਸਾਾਕਾ ਹੋਇਆ ਸੀਗਾ ਬੜਾ ਮਸ਼ਹੂਰ ਆ ਕਿੰਨਿਆਂ ਨੂੰ ਪਤਾ ਸੀ ਤਕਰੀਬਨ ਪਤਾ ਹੈ ਸਕੂਲ ਦੇ ਵਿੱਚ ਇਹ ਕੁਐਸਚਨ ਆਨਸਰ ਆਉਂਦਾ ਜਲਿਆਂ ਵਾਲੇ ਬਾਗ ਦਾ ਹੋਇਆ ਸੀ ਉਹ ਆਜ਼ਾਦੀ ਦਾ ਸੀ ਸਾਰੀਆਂ ਕੌਮਾਂ ਦਾ ਸੀ ਪਰ ਉਹਦੇ ਵਿੱਚ ਸ਼ਹੀਦ ਹੋਣ ਵਾਲੇ ਤਕਰੀਬਨ ਤਕਰੀਬਨ ਸਿੱਖ ਸਨ 1919 ਚ ਉਹ ਹੋਇਆ ਕੱਲ ਆਪਾਂ ਕਟਨਾਵਾਂ ਦੀ ਗੱਲ ਕੀਤੀ ਐ ਸਾਕਾ ਨਨਕਾਣਾ ਸਾਹਿਬ ਜੀ ਦੀ ਕਿਹੜੇ ਸਾਲ ਚ ਹੋਇਆ ਇਹ 1921 ਸ਼੍ਰੋਮਣੀ ਕਮੇਟੀ ਕਦੋਂ ਬਣੀ 1920 ਕਿੰਨੇ ਆਨਸਰ ਦਿੱਤਾ ਬਹੁਤ ਵਧੀਆ ਦੋ ਆਨਸਰ ਵਧੀਆ ਦੇ ਦਿੱਤੇ ਵੀਰ ਨੇ ਬਹੁਤ ਵਧੀਆ ਕਿਉਂਕਿ ਇਹ ਯੂਜੂਲੀ ਤੁਹਾਨੂੰ ਯਾਦ ਨਹੀਂ ਪੱਤਰਕਾਰ ਤਾਂ ਨਹੀਂ ਤੁਸੀਂ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਬਣ ਗਈ ਸੀਗੀ 1920 ਚ ਕਹਿ ਲੋ ਅਕਾਲੀ ਦਲ ਵੀ ਬਣ ਗਿਆ ਸੀ ਇਹ ਜਿਹੜਾ ਹੈ ਨਾ ਆਉਣਾ ਸ਼ੁਰੂ ਹੋ ਗਈ ਸੀ ਚੇਂਜ 1920 ਦੇ ਵਿੱਚ ਇਹਨਾਂ ਨੇ ਫਿਰ ਜਿਹੜੇ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇੰਨਾ ਤੰਗ ਹੋ ਚੁੱਕੇ ਸੀ ਜਿਹੜਾ ਮਹੰਤ ਪ੍ਰਥਾ ਸੀਗੀ ਹਰ ਗੁਰਦੁਆਰਾ ਸਾਹਿਬ ਜੀ ਦੇ ਨਾਲ ਵੱਡੀ ਜ਼ਮੀਨ ਲੱਗੀ ਹੋਈ ਸੀਗੀ ਮਹੰਤ ਉਹਨੂੰ ਆਪਣੀ ਸਮਝਦੇ ਸੀਗੇ ਇੱਕ ਤੇ ਜ਼ਮੀਨ ਖਾ ਜਾਣ ਖਾਲਸਾ ਕੋਈ ਪਰਵਾਹ ਨਹੀਂ ਕਰਦਾ ਖਾਲਸੇ ਦੇ ਲੰਗਰ ਜਿਹੜੇ ਆ ਉਹ ਤੇ ਗੁਰੂ ਸਾਹਿਬ ਨੇ ਜਿਹੜੇ ਮਹਾਰਾ ਨੇ ਕਹੇ ਨਾ ਬਾਬਾ ਨਿਹੰਗ ਸਿੰਘ ਜੀ ਨੂੰ ਹੱਥ ਤੇਰਾ ਖੀਸਾ ਮੇਰਾ ਉਹ ਖਾਲਸੇ ਨੂੰ ਦਿੱਤਾ ਹੋਇਆ ਹੈ ਖਾਲਸਾ ਜੀ ਜਦੋਂ ਮਰਜੀ ਮaaf ਕਰਨਾ ਪੁੱਤਰ ਤੋਂ ਅਸੀਂ ਕਪੁੱਤਰ ਹੋ ਗਏ ਤੇ ਵੱਖਰੀ ਗੱਲ ਹੈ ਜਬੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਉਹ ਵੱਖਰੀ ਉਹ ਨਾ ਹੋ ਜੇ denn ਐਸਾ ਨਾ ਆ ਜੇ ਕਿਤੇ ਸਾਡੀ ਜ਼ਿੰਦਗੀ ਚ ਕਿਲਗੀ ਧਰ ਵਾਲੇ ਹੀ ਕਲਗੀ ਧਰ ਜੀ ਹੀ ਮੂੰਹ ਦੂਜੇ ਪਾਸੇ ਨੂੰ ਕਰ ਲੈਣ ਕਿਉਂਕਿ ਜਦੋਂ ਉਹਨਾਂ ਨੇ ਮੂੰਹ ਦੂਜੇ ਪਾਸੇ ਨੂੰ ਕਰ ਲਿਓ ਅਸੀਂ ਕੱਖਾਂ ਤੋਂ ਹਲੇ ਹੋ ਜਾ ਕੱਖ ਦੀ ਵੀ ਹੈਸੀਅਤ ਹੈ ਚਾਹੇ ਉੱਡਦਾ ਫਿਰਦਾ ਹੈਸੀਅਤ ਆ ਵੇਖਣ ਵਾਲਾ ਕਹਿ ਦਿੰਦਾ ਇਹ ਕੱਖ ਹੈ ਅਸੀਂ ਉਸ ਤੋਂ ਵੀ ਵੱਧ ਰੋਲ ਜਾਣਾ ਹੈ ਕਲਗੀਧਰ ਪਿਤਾ ਜੀ ਦੇ ਅਹਿਸਾਨ ਨੂੰ ਨਾ ਭੁੱਲੋ ਸੰਗਤ ਜੀ ਆਨੰਦਪੁਰ ਸਾਹਿਬ ਆਪਣੇ ਪਿਤਾ ਜੀ ਦੇ ਵਸਾਇਆ ਹੱਥ ਦਾ ਆਪ ਕਲਗੀਧਰ ਜੀ ਨੇ ਉਹਨੂੰ ਵੱਡਾ ਕੀਤਾ ਔਰ ਉਹ ਆਪਣੀ ਮਾਲਕੀਅਤ ਸੀਗੀ ਇੱਕ ਇੱਕ ਪਲਾਟ ਬਦਲੇ ਅਸੀਂ ਪੰਥ ਨੂੰ ਧੋਖਾ ਦਿੰਦੇ ਫਿਰਦੇ ਆ ਇੱਕ ਇੱਕ ਪਲਾਟ ਬਦਲੇ ਤਾਂ ਕਲਗੀਧਰ ਪਿਤਾ ਜੀ ਨੇ ਉਹ ਆਨੰਦਪੁਰ ਸਾਹਿਬ ਛੱਡਿਆ ਰੀਜ਼ਨ ਇੱਕ ਵੀ ਨਹੀਂ ਛੱਡੰਦਾ ਇੱਕ ਚਿੱਠੀ ਲਿਖ ਦਿੰਦੇ ਨਾ ਰੰਗਜੀਤ ਤੂੰ ਆਪਣੇ ਘਰੇ ਰਾਜੀ ਅਸੀਂ ਆਪਣੇ ਘਰੇ ਰਾਜੀ ਅਸੀਂ ਕੀ ਲੈਣਾ ਕਿਸੇ ਗੱਲ ਤੋਂ ਸਾਡਾ ਤਾਂ ਰਸਤਾ ਹੀ ਭਗਤੀ ਦਾ ਮਾਰਗ ਹੈ ਪਰ ਨਹੀਂ ਜੁਲਮ ਅਗੇ ਨਹੀਂ ਚੁਕੇ ਅਨੰਦਪੁਰ ਸਾਹਿਬ ਕੱਲਾ ਨਹੀਂ ਛੱਡਿਆ ਸੰਗਤ ਜੀ ਲੱਗੂਗਾ ਚਾਰ ਸਾਹਿਬਜਾਦੇ ਸ਼ਹੀਦ ਕਰਾਏ ਆ ਭਾਈ ਉਦੇਸਿੰਘ ਕੀ ਸੀਗੇ ਉਹ ਵੀ ਤੇ ਸਾਹਿਬਜਾਦੇ ਸੀ ਭਾਈ ਬਚਿੱਤਰ ਸਿੰਘ ਕੀ ਸੀਗੇ ਉਹ ਵੀ ਤੇ ਸਾਹਿਬਜਾਦੇ ਸੀ ਭਾਈ ਜੀਵਨ ਸਿੰਘ ਕੀ ਸੀਗੇ ਸਾਹਿਬਜਾਦੇ ਸੀ ਬੀਬੀ ਭिक्ਖਾ ਕੌਰ ਕੀ ਸੀ ਉਹ ਵੀ ਤੇ ਧੀ ਸੀ ਭਾਈ ਆਲਮ ਸਿੰਘ ਨੱਚਣਾ ਕੌਣ ਸੀ ਭਾਈ ਧਿਆਨ ਸਿੰਘ ਭਾਈ ਅਮੋਲਕ ਸਿੰਘ ਮੋਹਰ ਸਿੰਘ ਅਨਕ ਸਿੰਘ ਅਜਬ ਸਿੰਘ ਕਾਠਾ ਸਿੰਘ ਮੋਦਨ ਸਿੰਘ ਸੰਗਤ ਸਿੰਘ ਇਹ ਕੌਣ ਸਨ ਜਿਹੜੇ ਕਿਰਪਾ RAM ਕਦੀ ਗੁਰੂ ਨਾਨਕ ਤੇਗ ਬਹਾਦਰ ਮਹਾਰਾਜ ਦੇ ਦਰ ਤੇ ਆਏ ਸੀ ਨਾ ਕਸ਼ਮੀਰ ਤੋਂ ਉਹ ਕਿਰਪਾ ਸਿੰਘ ਸੱਜ ਗਏ ਸੀ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਆ ਉਹਨਾਂ ਦੇ ਭਰਾ ਭਾਈ ਸਨਮੁਖ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਹਨ। ਭਾਈ ਮਨੀ ਸਿੰਘ ਜੀ ਮਾਤਾਵਾਂ ਦੇ ਨਾਲ ਦਿੱਲੀ ਨੂੰ ਗਏ ਹਨ ਪਰ ਮਾਈ ਮਨੀ ਸਿੰਘ ਜੀ ਦੇ ਪਹਿਲਾਂ ਇੱਕ ਪੁੱਤਰ ਭਾਈ ਉਦੇਸ ਸਿੰਘ ਜੀ ਸ਼ਹੀਦ ਹੋ ਰਹੇ ਹਨ ਸ਼ਾਈ ਟਿੱਬੀ ਤੇ ਅੰਮ੍ਰਿਤ ਵੇਲੇ ਦੇ ਸਮੇਂ ਤੇ ਸਾਢੇ 4 ਘੰਟੇ ਇਕੱਲੇ ਭਾਈ ਉਦੇਸ ਸਿੰਘ ਜੀ ਨੇ ਰਾਤ ਦੇ ਹਨੇਰੇ 'ਚ ਫੌਜ ਨੂੰ ਰੋਕ ਕੇ ਰੱਖਿਆ। ਸਾਢੇ 4 ਘੰਟੇ ਲੜਾਈ ਲੜੀ ਹੈ ਭਾਈ ਉਦੇਸ ਸਿੰਘ ਜੀ ਨੇ। ਕਿੰਨੇ ਕ ਤੇਜ਼ ਤੀਰ ਚਲਾਉਂਦੇ ਹੋਣਗੇ 10 ਤੇ ਹੈ ਨਹੀਂ 10 ਦੇ ਵੀਰ ਕਿ ਕੱਲ ਇੱਥੇ ਮੁੱਕੇ ਬਾਜੀ ਦੀ ਥੋੜੀ ਸਿਖਾਉਂਦੇ ਸੀ ਮੋਢੇ ਦੁਖਣ ਲੱਗ ਪਏ ਭਾਈ ਆਪਾਂ ਤਾਂ ਸਿਰਫ ਇੱਕ ਫਨ ਐਕਟੀਵਿਟੀ ਕਰ ਰਹੇ ਸੀ ਸੋਚੋ ਤੀਰ ਚਲਾਉਣੇ ਕਿੰਨੀ ਕ ਤੇਜ਼ ਤੀਰ ਤੇ ਕਿੰਨੇ ਕ ਸ਼ਸਤਰ ਚਲਾਏ ਹੋਣਗੇ ਸਾਢੇ 4 ਘੰਟਿਆਂ ਚ ਸਰੀਰ ਛਲਣੀ ਛਲਣੀ ਹੋ ਗਿਆ ਸੀ ਭਾਈ ਉਹਦੇ ਸਿੰਘ ਜੀ ਦਾ ਅੰਮ੍ਰਿਤ ਵੇਲੇ ਸ਼ਹੀਦੀ ਪਾਉਂਦੇ ਹਨ ਉਸ ਤੋਂ ਬਾਅਦ ਗੁਰੂ ਸਾਹਿਬ ਸਰਸਾ ਜਦੋਂ ਪਾਰ ਕਰਦੇ ਹਨ ਸਰਸਾ ਪਾਰ ਕਰਦੇ ਮਲਕਪੁਰ ਰੰਗੜਾ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਬੇਹੋਸ਼ ਹੋਏ ਹੋਸ਼ 'ਚ ਨਹੀਂ ਆਏ ਸ਼ਹੀਦੀ 2 ਦਿਨ ਬਾਅਦ ਹੋਈ ਹੈ ਰੋਪੜ ਜਾ ਕੇ ਦੋ ਪੁੱਤਰ ਹੋ ਗਏ ਭਾਈ ਮਨੀ ਸਿੰਘ ਜੀ ਦੇ ਔਰ ਤਿੰਨ ਪੁੱਤਰ ਭਾਈ ਅਨਕ ਸਿੰਘ ਜੀ ਅਜਬ ਸਿੰਘ ਜੀ ਅਜਾਇਬ ਸਿੰਘ ਜੀ ਚਮਕੌਰ ਦੀ ਗੜੀ 'ਚ ਸ਼ਹੀਦ ਹੁੰਦਾ ਹੈ ਪੰਜ ਪੁੱਤਰ ਸ਼ਹੀਦ ਹੋ ਰਹੇ ਆ ਭਾਈ ਮਨੀ ਸਿੰਘ ਜੀ ਦੇ ਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਦੇ ਵਿੱਚ ਭਾਈ ਬੱਜਰ ਸਿੰਘ ਜੀ ਸਨ ਜਿਹੜੇ ਕਲਗੀਧਰ ਪਿਤਾ ਜੀ ਨੂੰ ਦਿੰਦੇ ਸੀਗੇ ਵਿਦਿਆ ਬਚਪਨ ਚ ਸ਼ਸਤਰ ਵਿਦਿਆ ਭਾਈ ਬੱਜਰ ਸਿੰਘ ਉਹਨਾਂ ਦੀ ਧੀ ਸੀ ਬੀਬੀ ਭਿਖਾ ਕੌਰ ਬੀਬੀ ਭਿਖਾ ਕੌਰ ਦਾ ਪਤੀ ਆਲਮ ਸਿੰਘ ਨੱਚਣਾ ਆਲਮ ਸਿੰਘ ਨੱਚਣਾ ਨੂੰ ਕਲਗੀਧਰ ਪਿਤਾ ਨੇ ਨਾਂ ਦਿੱਤਾ ਸੀ ਨੱਚਣਾ ਉਹ ਤੁਸੀਂ ਤਾਂ ਨੱਚਣੇ ਹੋਰ ਹੀ ਨਾਚੇ ਬਣ ਗਏ ਉਹ ਪਤਾ ਕਿਉਂ ਕਿਹਾ ਸੀ ਨੱਚਣਾ ਇੰਨੀ ਤੇਜ ਜੰਗ ਚ ਲੜਦੇ ਸੀ ਗੁਰੂ ਸਾਹਿਬ ਕਹਿੰਦਾ ਲੜ ਨਹੀਂ ਰਿਹਾ ਭਾਈ ਨੱਚ ਰਿਹਾ ਹੈ ਇੰਨੀ ਤੇਜ ਨੱਚਦੇ ਸੀਗੇ ਜੰਗ ਚ ਸ਼ਸਤਰ ਫੜ ਕੇ ਭਾਈ ਆਲਮ ਸਿੰਘ ਨੱਚਣਾ ਭਾਈ ਆਲਮ ਸਿੰਘ ਨੱਚਣਾ ਗੁਰੂ ਸਾਹਿਬ ਦੇ ਸਭ ਤੋਂ ਨੇੜਵਰਤੀ ਸਿੱਖਾਂ ਚੋਂ ਸਨ ਗੁਰੂ ਸਾਹਿਬ ਦੇ ਬਿਲਕੁਲ ਕੋਲ ਰਹਿੰਦੇ ਸਨ ਚੋਰ ਬਰਦਾਰੀ ਵੀ ਕਰਦੇ ਸਨ ਭਾਈ ਆਲਮ ਸਿੰਘ ਨੱਚਣਾ ਚਮਕੌਰ ਦੀ ਗੜੀ ਚ ਸ਼ਹੀਦ ਹੋ ਰਹੇ ਹਨ ਉਹਨਾਂ ਦੀ ਪਤਨੀ ਬੀਬੀ ਪਿੱਖਾਕੌਰ ਜੂਝ ਕੇ ਸ਼ਹੀਦ ਹੋਈ ਹੈ ਇਹ ਸਰਸਾ ਤੋਂ ਪਹਿਲਾਂ ਚੱਖੀਆਂ ਪਿੰਡ ਦੇ ਵਿੱਚ ਜਿੱਥੇ ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ ਗੋਲੇ ਚ ਮੱਥੇ ਚ ਗੋਲੀ ਲੱਗ ਕੇ ਸ਼ਹੀਦ ਹੋਏ ਆ ਮੈਂ ਇਥੇ ਡਿਸਕਸ਼ਨ ਨਹੀਂ ਕਰਨਾ ਜੇ ਮੇਰ ਨਾਲ ਕਰਨੀ ਚਾਹਵੇ ਕੋ ਚਮਕੌਰ ਸਾਹਿਬ ਸ਼ਹੀਦ ਹੋਏ ਆ ਉਹ ਜੋ ਮਰਜੀ ਇਥੇ ਬਣਾਈ ਜਾਓ ਵਖਰੀ ਗੱਲ ਹੈ ਭਾਈ ਜੇ ਬੀਬੀ ਜੀ ਸ਼ਹੀਦ ਹੋ ਰਹੇ ਆ ਉਹਨਾਂ ਦੇ ਪਤੀ ਜੀ ਸ਼ਹੀਦ ਹੋ ਰਹੇ ਭਾਈ ਆਲਮ ਸਿੰਘ ਜੀ ਨਚਣਾ ਔਰ ਉਹਨਾਂ ਦੇ ਦੋ ਪੁੱਤਰ ਵੀ ਉੱਥੇ ਸ਼ਹੀਦ ਹੋਏ ਆ ਅਮੋਲਕ ਸਿੰਘ ਮੋਹਰ ਸਿੰਘ ਇੱਕ ਪੁੱਤਰ ਹੋਰ ਸੀ ਨਾਮ ਮੈਨੂੰ ਵਿਸਰ ਗਿਆ ਉਹ ਨਹੀਂ ਸੀ ਦੋਏ ਸੋ ਸੰਗਤ ਜੀ ਇਹ ਮਹਾਨ ਮਹਾਨ ਰੂਹਾਂ ਅਸੀਂ ਉਹਨਾਂ ਦੇ ਵਾਰਸ ਬੈਠੇ ਆ ਵਾਰਸ ਸੱਜਿਆਂ ਨਹੀਂ ਬਣਿਆ ਜਾਣਾ ਬਾਣਾ ਨਾਮ ਹੀ ਪਾਵਾਂਗੇ ਬਾਣੀ ਕੋਲ ਹੋਈ ਤੇ ਬਚ ਜਾਵਾਂਗੇ ਬਾਕੀ ਡੈਫੀਨੇਸ਼ਨ ਖਾਲਸੇ ਦੀ ਬਾਣਾ ਤੇ ਬਾਣੀ ਹੀ ਹੈ ਭਾਈ ਗੁਰੂ ਸਾਹਿਬ ਕਿਰਪਾ ਕਰਨ ਆਓ ਆਪਾਂ ਦੇ ਜਿੱਦਾਂ ਦੇ ਹਾਂ ਔਗਣ ਹਾਰੇ ਹਾਂ ਉਹਨਾਂ ਦੀ ਗੱਲ ਕਰੀਏ ਜਿਹੜੇ ਇਹ ਬਾਣੀ ਪੜ੍ਹਦੇ ਰਹੇ ਸੀ ਕਿੱਦਾਂ ਕਿੱਦਾਂ ਇਹਨਾਂ ਨੇ ਮੋਰਚੇ ਲਾਏ ਜਿਉਂ ਜੂਝ ਕੇ ਵੀ ਸ਼ਹੀਦ ਹੁੰਦੇ ਰਹੇ ਤੁਸੀਂ ਇੱਧਰ ਵੇਖੋਗੇ ਖਾਲਸਾ ਕਿ ਕਿੰਨਾ ਕਿੰਨਾ ਪਿਆਰ ਖਾਲਸਾ ਆਪਣੇ ਪੰਥ ਲਈ ਲਈ ਫਿਰਦਾ ਸੀ ਨਾਲ ਨਾਲ ਕੰਪੇਅਰ ਜ਼ਰੂਰ ਕਰੀ ਜਾਣਾ ਕਿ ਮੈਂ ਕਿੱਥੇ ਹਾਂ ਮੈਂ ਕਿੱਥੇ ਹਾਂ ਮੈਂ ਹੋਰ ਹਮੇਸ਼ਾ ਕਹਿੰਦਾ ਹਾਂ ਪੰਥ ਮੇਰੇ ਲਈ ਆ ਕਰੇ ਪੰਥ ਮੇਰੇ ਲਈ ਆ ਕਰੇ ਰਾਤੀ ਕੁਛ ਪ੍ਰਸ਼ਨ ਆ ਰਹੇ ਸੀ ਉਹ ਸ਼ਰਮ ਆਉਂਦੀ ਸੀ ਸੁਣ ਕੇ ਪੰਥ ਦੇ ਵਖਰੇਵਿਆਂ ਦੀ ਭਾਈ 네ਗੇਟਿਵ ਪੱਖ ਦੇਖਦੇ ਹੀ ਕਿਉਂ ਹੋ ਬੁਰਾਈ ਦੇਖੋਗੇ ਬੁਰੇ ਬਣੋਗੇ ਚੰਗਾ ਪਾਸਾ ਵੇਖੋ ਇੱਧਰ ਬੁਰਾਈ ਹੈ ਵੇਖਣਾ ਹੀ ਕਿਉਂ ਤੂੰ ਰੋਡ ਤੇ ਤੁਰਿਆਂ ਜਾ ਰਿਹਾ ਇੱਕ ਪਾਸੇ ਸੋਹਣੀ ਬਿਲਡਿੰਗ ਹੈ ਇੱਕ ਪਾਸੇ ਗੰਦਗੀ ਦਾ ਢੇਰ ਹੈ ਕਿੱਧਰ ਵੇਖੇਗਾ ਤੇ ਜਦੋਂ ਪੰਥ ਦੀ ਵਾਰੀ ਆਉਂਦੀ ਉਦੋਂ ਇਧਰ ਨੂੰ ਦੇਖਣਾ ਪੈਂਦੇ ਜੀ ਆਪਣੀ ਵਾਰੀ ਆਉਂਦੀ ਤੇ ਉਧਰ ਨੂੰ ਵੇਖਣ ਲੱਪੈਂਦੇ ਜੀ ਦੋ ਗਲਾ ਪਾ ਨਹੀਂ ਦੇਖੋ ਵੱਡਾ ਪਰਿਵਾਰ ਹੋਵੇ ਉਹਦੇ ਦੋਵੇਂ ਗੱਲਾਂ ਹੁੰਦੀਆਂ ਜੇ ਵੱਡੇ ਪਰਿਵਾਰ ਚ ਲੜਾਈ ਹੋਵੇ ਲੜਾਈ ਵੀ ਵੱਡੀ ਹੁੰਦੀ ਹੈ ਤੇ ਜੇ ਵੱਡੇ ਪਰਿਵਾਰ ਦਾ ਏਕਾ ਹੋਵੇ ਨਾ ਤੇ ਸੁੱਖ ਵੀ ਵੱਡੇ ਪਰਿਵਾਰ ਨਾਲ ਜਿਹੜਾ ਪਰਿਵਾਰ ਵੱਡਾ ਹੋਵੇ ਨਾ ਪਿੰਡ ਚ ਕੋਈ ਉਹਨਾਂ ਨੂੰ ਹੱਥ ਨਹੀਂ ਪਾਉਂਦਾ ਕਹਿੰਦਾ ਭਾਈ ਵੱਡਾ ਪਰਿਵਾਰ ਆ ਝਗੜਾ ਪੈ ਗਿਆ ਇਹ ਤੇ ਚੁੱਕ ਕੇ ਲੈ ਜਾਣਗੇ ਇਕੱਲੇ ਇਕੱਲੇ ਨੂੰ ਵੱਡਾ ਪਰਿਵਾਰ ਬਣੋ ਛੋਟੀ ਸੋਚ ਨਾ ਰੱਖੋ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਜਥੇਬੰਦੀਆਂ ਚ ਰਹਿ ਸਕਦੇ ਆ ਉਹ ਵੀਰ ਨੇ ਵਿਦਿਆ ਲਈ ਭਾਈ ਸਾਹਿਬ ਸਾਰੇ ਆ ਕਿਸੇ ਨਾ ਕਿਸੇ ਜਥੇਬੰਦੀ ਤੋਂ ਕਾਰਨ ਬਣਦਾ ਵਿਦਿਆ ਦਾ ਹਿੱਸਾ ਪੰਥ ਦਾ ਬਣਨਾ ਜੇ ਤੁਹਾਡੇ ਚ ਕੋਈ ਆਪਣੇ ਆਪ ਨੂੰ ਟਕਸਾਲੀ ਅਖੰਡ ਕੀਰਤਨੀਆਂ ਨਾਨਕਸਰੀਆ ਹੋਰ ਕੋਈ ਸੰਪਰਦਾਇਆ ਖਾ ਕੇ ਮਾਣ ਮਹਿਸੂਸ ਕਰਦਾ ਹੈ ਦਾਸ ਨੂੰ ਸ਼ਰਮ ਆਉਂਦੀ ਹੈ ਇਸ ਗੱਲ ਤੇ ਇੱਕ ਹੀ ਗੱਲ ਕਹੋ ਮੈਂ ਕਲਗੀਧਾਰਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਮੈਂ ਬਾਬਾ ਅਜੀਤ ਸਿੰਘ ਜੀ ਦਾ ਭਰਾ ਹਾਂ ਮੈਂ ਬਾਬਾਜੀ ਸਿੰਘ ਜੀ ਦੀ ਭੈਣ ਹਾਂ ਇਹ ਤੋਂ ਗਾਂ ਸਾਨੂੰ ਡੈਫੀਨੇਸ਼ਨ ਨਹੀਂ ਚਾਹੀਦੀ ਬਣਾਓਗੇ ਦੁਖੀ ਹੋ ਹੋਗੇ ਮੁੜ ਕੇ ਤੁਹਾਡੇ ਚੋਂ ਇਹ ਪ੍ਰਸ਼ਨ ਆਉਣਗੇ ਚਲੋ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਸੰਗਤ ਜੀ ਕੱਲ ਵੀ ਗੱਲ ਕੀਤੀ ਸੀ ਗੋਰਿਆਂ ਦੇ ਰਾਜ ਤੱਕ ਸਿਸਟਮ ਬਹੁਤ ਵਧੀਆ ਸੀ ਉਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੱਕ ਪਰ ਜਿਉਂ-ਜਿਉਂ ਗੋਰਿਆਂ ਦਾ ਰਾਜ ਆਇਆ ਡਿਕਲਾਈਨ ਆਉਣਾ ਸ਼ੁਰੂ ਹੋ ਗਿਆ ਜਿਹੜੇ ਮਹੰਤ ਗੁਰਦੁਆਰਿਆਂ ਦੀ ਦੇਖਰੇਖ ਕਰਦੇ ਸੀ ਗੋਰਿਆਂ ਨੇ ਉਹਨਾਂ ਨੂੰ ਸ਼ਹਿ ਦੇਣੀ ਸ਼ੁਰੂ ਕੀਤੀ ਸ਼ਹਿ ਕਿਉਂ ਦੇਣੀ ਸ਼ੁਰੂ ਕੀਤੀ ਕਿ ਗੁਰਸਿੱਖ ਨਾ ਗੁਰਦੁਆਰੇ ਆ ਸਕੇ ਇਹਨਾਂ ਨੂੰ ਤੋੜਿਆ ਜਾਵੇ ਤੋੜਿਆ ਉਦੋਂ ਵੀ ਜਾ ਰਿਹਾ ਸੀ ਤਰੀਕਾ ਹੋਰ ਸੀ ਤੋੜਿਆ ਤੁਹਾਨੂੰ ਅੱਜ ਵੀ ਜਾ ਰਿਹਾ ਤਰੀਕਾ ਹੋਰ ਹੈ ਪਰ ਮੈਂ ਦੁਸ਼ਮਣਾਂ ਦਾ ਕਦੀ ਘਸੂਰ ਨਹੀਂ ਕੱਢਦਾ ਦੁਸ਼ਮਣ ਨੇ ਆਪਣੀ ਕੋਸ਼ਿਸ਼ ਕਰਨੀ ਕਰਨੀ ਹੈ ਤੁਸੀਂ ਟੁੱਟ ਰਏ ਜੇ ਕਸੂਰ ਤੁਹਾਡਾ ਹੈ। ਤੁਹਾਨੂੰ ਪਤਾ ਮੈਂ ਗੁਰੂ ਦਾ ਸੇਖਾਂ ਹਾਂ। ਗੁਰਦੁਆਰਾ ਸਾਹਿਬ ਚ ਨਹੀਂ ਬਹਿਣ ਦਿੰਦੇ ਹੋਰ ਬਹਿ ਕੇ ਬਾਣੀ ਪੜ ਲੈ। ਬਹਾਨੇ ਕਿਉਂ ਬਣਾਉਂਨੇ ਆ ਅੱਜ ਤੱਕ ਮੈਂ ਇਤਿਹਾਸ ਚ ਨਹੀਂ ਸੁਣਿਆ ਕਿ ਤੁਹਾਡੇ ਹੱਥੋਂ ਆ ਕੇ ਕਿਸੇ ਨੇ ਗੁਰੂਕਾ ਸਾਹਿਬ ਖੋਇਆ ਹੋਵੇ। ਗੁਰੂਕਾ ਸਾਹਿਬ ਪ੍ਰਸ਼ੱਤੀਆਂ ਤੇ ਆਪ ਰੱਖ ਕੇ ਤੂੰ ਫੱਗੇ ਲਾ ਦੇਤੀ ਤੁਸੀਂ। ਕਿੰਨੇ ਕਿਹਾ ਸੀ ਗੁਰੂਕਾ ਸਾਹਿਬ ਲਾ ਕੇ ਤੂਫਾਨ ਲਾਓ। ਅੱਜ ਕੱਲ ਨਾ ਸਿੱਖਾਂ ਦੇ ਘਰਾਂ ਚ ਉਹ ਆ ਗਏ ਆ ਜਿਦਾਂ ਦੇ ਹਿੰਦੂ ਵੀਰਾਂ ਨੇ ਘਰਾਂ ਚ ਰੱਖੀਆਂ ਹੁੰਦੀਆਂ ਸੀ ਪੂਜਾ ਕਰਨ ਵਾਲੀਆਂ। ਉਹ ਰੱਖ ਕੇ ਨਾ ਏਦਾਂ ਉਹ ਜਿਹੜੀ ਪਾਲਕੀ ਜੀ ਛੋ ਤੇ ਉਹਦੇ ਵਿੱਚ ਗੁਟਕਾ ਸਾਹਿਬ ਰੱਖਿਆ ਨਾਲ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਜੇ ਬਹੁਤੀ ਮੱਤ ਖਰਾਬ ਹੋ ਜੇ ਨਾਲ ਹੀ ਗੁਰੂ ਨਾਨਕ ਦੇਵ ਸਾਹਿਬ ਦੀ ਮੂਰਤੀ ਗੁਰਬਾਣੀ ਪੜਨ ਤੋਂ ਕਿੰਨੇ ਰੋਕਿਆ ਤੈਨੂੰ ਆ ਰੱਖਾਂ ਖਜ਼ਾਨੇ ਪਾਲਾਂ ਗੁਟਕਾ ਸਾਹਿਬ ਪਾਲਾਂ ਖਜ਼ਾਨੇ ਗੁਟਕਾ ਸਾਹਿਬ ਉਹ ਕੱਲ ਵਿਦੇਸ਼ ਜਾਣ ਦੀ ਗੱਲ ਚੱਲੀ ਸੀ ਵਿਸ਼ਾ ਤੇ ਕੁਝ ਹੋਰ ਹੈ ਬਹੁਤ ਸਾਰੇ ਸਿੰਘ ਬੜੇ ਹੀ ਸਿਮਰਨ ਵਾਲੇ ਬਾਬਾ ਬਕਾਲਾ ਸਾਹਿਬ ਇਕੱਠੇ ਹੁੰਦੇ ਸੀ 15 ਸਾਲ ਪੁਰਾਣੀ ਗੱਲ ਹੈ ਇੱਕ ਸਿੰਘ ਉਹ ਹਰ ਵੇਲੇ ਗੁਟਕਾ ਸਾਹਿਬ ਨਾਲ ਹੀ ਰੱਖਦਾ ਸੀ ਬਹੁਤ ਬਾਣੀ ਪੜਦਾ ਸੀ ਇੱਕ ਦਿਨ ਉਹਨੇ ਅਪਲਾਈ ਕਰ ਦਿੱਤਾ ਅਮਰੀਕਾ ਦਾ ਵੀਜ਼ਾ ਅਮਰੀਕਾ ਦਾ ਵੀਜ਼ਾ ਅਪਲਾਈ ਕਰ ਦਿੱਤਾ ਵੀਜ਼ਾ ਆ ਜਾਣਾ ਸੀ ਸਰਟਨ ਸੀਗਾ ਵੀਜ਼ਾ ਆ ਜਾਣਾ ਵੀਜ਼ਾ ਆ ਵੀ ਗਿਆ ਆ ਗਿਆ ਵੀਜ਼ਾ ਸੋਚਿਆ ਸਿੰਘਾਂ ਨੂੰ ਹੁਣ ਖੁਸ਼ੀ ਕਰੀਏ ਰੇਤ ਨਹੀਂ ਸੀ ਸੱਦ ਸਕਦਾ ਇੱਕ ਗੁਰਸਿੱਖ ਦਾ ਹੀ ਹੋਟਲ ਸੀ ਸਿੰਘ ਸਾਰੇ ਉੱਥੇ ਸੱਦ ਲਏ ਕਹਿੰਦਾ ਸਿੰਘਾਂ ਨੂੰ ਸਾਰਿਆਂ ਨੂੰ ਚਾਹ ਪਾਣੀ ਪਿਉਣਾ ਪਰ ਪਹਿਲਾਂ ਸਿੰਘੋ ਚੱਲੋ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਸ਼ੁਕਰਾਨੇ ਦੀ ਅਰਦਾਸ ਸਿੰਘ ਨੂੰ ਅਰਦਾਸ ਕਰਨ ਲਾ ਦਿੱਤਾ ਸਿੰਘ ਸਾਰੇ ਹੀ ਅਰਦਾਸ ਕਰਦਾ ਗਿਆ ਕਰਦਾ ਗਿਆ ਕਹਿੰਦਾ ਗੁਰੂ ਸਾਹਿਬ ਤੁਹਾਡਾ ਸ਼ੁਕਰਾਨਾ ਇਸ ਸਿੰਘ ਨੂੰ ਤੁਸੀਂ ਅਮਰੀਕਾ ਦਾ ਵੀਜ਼ਾ ਦਿੱਤਾ ਪਰ ਸੱਚੇ ਪਾਛਾ ਸਾਡੀ ਅਰਦਾਸ ਹੈ ਸਿੰਘ ਬਾਹਰ ਨਾ ਜਾਏ ਸੱਚੇ ਪਾਤਸ਼ਾਹ ਜੋ ਮਰਜੀ ਹੋ ਜੇ ਸਿੰਘ ਬਾਹਰ ਨਹੀਂ ਜਾਣਾ ਚਾਹੀਦਾ ਉਹ ਸਿੱਖ ਵਿੱਚ ਖਲੋਤਾ ਹੈ ਸੋਚ ਉਹਦੇ ਮਨ ਤੇ ਉਸ ਵੇਲੇ ਕੀ ਬੀਤਦੀ ਹੋਏਗੀ ਬੀਤਦੀ ਹੋਏਗੀ ਗੁਰੂ ਦਾ ਸਿੱਖ ਸੀ ਸੁਣ ਰਿਹਾ ਹੈ ਮੇਰੇ ਸੰਗੀ ਸਾਥੀ ਸਤ ਸੰਗੀ ਕੀਰ ਅਰਦਾਸਾਂ ਕਰ ਰਹੇ ਹਨ ਗੁਰੂ ਅੱਗੇ ਸਿੰਘ ਜਾਣਾ ਨਹੀਂ ਚਾਹੁੰਦਾ ਉੱਥੋਂ ਹੀ ਪਾਸਪੋਰਟ ਕੱਢ ਕੇ ਬਾਹਰ ਸੁੱਟ ਦਿੱਤਾ ਉੱਥੇ ਫੇਰ ਗੁਟਕਾ ਸਾਹ ਪਾ ਲਿਆ ਕਹਿੰਦਾ ਆਪਾਂ ਨਹੀਂ ਜਾਂਦੇ ਕਿਤੇ ਭਾਈ ਆਪਾਂ ਨਹੀਂ ਜਾਂਦੇ ਕਿਤੇ ਭਾਈ ਰੋਜੀ ਰੋਟੀ ਕਿੱਥੇ ਲਿਖੀ ਜਾ ਕਿੱਥੇ ਕਮਾਉਣਾ ਚਲੋ ਵਿਸ਼ੇ ਤੋਂ ਲੰਮੇ ਹੋ ਜਾਣਗੇ ਲਾਲਚ ਵਸ ਅਸੀਂ ਬਾਹਰ ਜਾ ਰਹੇ ਹਾਂ 2001 ਚ 10 ਬਾਹਰ ਗਿਆ ਸੀ ਉਮਰ ਵੀ 19 ਕਿ ਸੀ ਅਜੇ ਸੋਝੀ ਨਹੀਂ ਇੰਟਰਨੈਟ ਦਾ ਜ਼ਮਾਨਾ ਨਹੀਂ ਸੀ ਫੋਨ ਵੀ ਇੰਨੇ ਨਹੀਂ ਸੀ ਹੈਗੇ ਉਹ ਦੋ ਤੇ ਜੋ ਮੋਬਾਈਲ ਵਗੈਰਾ ਸਮਝ ਨਹੀਂ ਸੀ ਇਹਨਾਂ ਚੀਜ਼ਾਂ ਦੀ ਅੱਜ ਸਮਝ ਗਏ ਹਾਂ ਅੱਜ ਸਮਝ ਗਏ ਹਾਂ ਯਾਦ ਰੱਖਿਓ ਲਾਲਚ ਛੱਡੋ ਅੰਦੇਓ ਲਾਲਚ ਦੁੱਖ ਭਾਰੀ ਗੁਰਬਾਣੀ ਦੀ ਪੰਕਤੀ ਹੈ ਭਾਈ ਜਾਨ ਪਿੱਛੇ ਇੱਕ ਹੀ ਰੀਜ਼ਨ ਹੁੰਦਾ ਹੈ ਸੰਗਤ ਜੀ ਲਾਲਚ ਮੇਰਾ ਵੀ ਤੇ ਤੁਹਾਡਾ ਵੀ ਮੈਂ ਵੀ ਲਾਲਚ ਵਸੋ ਕੇ ਗਿਆ ਸੀ ਘਰੇ ਜ਼ਮੀਨ ਹੈਗੀ ਸੀ ਵਾਹ ਸਕਦੇ ਸੀ ਪੜ ਲੈ ਕੇ ਨੌਕਰੀ ਇੱਥੇ ਵੀ ਕਰ ਸਕਦੇ ਸੀ ਲਾਲਚ ਵਸੋ ਕੇ ਮੈਂ ਬਾਹਰ ਗਿਆ ਲਾਲਚ ਵਸੋ ਕੇ ਤੁਸੀਂ ਜਾਣਾ ਐਵੇਂ ਝੂਠ ਬੋਲਣਾ ਸਾਨੂੰ ਨਹੀਂ ਆਉਂਦਾ ਇੱਕ ਹੀ ਫੈਕਟਰ ਇਹਦੇ ਪਿੱਛੇ ਹੈ ਲਾਲਚ ਤੇ ਗੁਰੂ ਸਾਹਿਬ ਨੇ ਕੀ ਕਿਹਾ ਲਾਲਚ ਛੋਡੋ ਅੰਦੇ ਹੋ ਲਾਲਚ ਦੁੱਖ ਭਾਰੀ ਲਾਲਚ ਭਾਰੀ ਦੁੱਖ ਸਹੇਗਾ ਭਾਰੀ ਦੁੱਖ ਪਤਾ ਕੀ ਆ ਆਪ ਚਲ ਜੇਗਾ ਵੱਧ ਤੋਂ ਵੱਧ ਇੱਕ ਜਨਰੇਸ਼ਨ ਸਿੱਖ ਰੱਖੇਗਾ ਤੀਜੀ ਜਨਰੇਸ਼ਨ ਤੇਰੀ ਗੋਰਿਆਂ ਦੀ ਪੈਦਾ ਹੋਊਗੀ 20 ਸਾਲ ਦੇ ਐਕਸਪੀਰੀਅੰਸ ਤੋਂ ਬੋਲਦਾ ਭਾਈ ਸਾਹਿਬ ਜੀ ਮੇਰੇ ਤੋਂ ਜ਼ਿਆਦਾ ਐਕਸਪੀਰੀਅੰਸ ਰੱਖੇ ਬੈਠੇ ਸਿਰ ਤੋਂ ਨਾ ਹਾਂ ਕਰ ਰਹੇ ਆ ਤੇਰੀ ਤੀਜੀ ਜਨਰੇਸ਼ਨ ਤੇਰੇ ਪੋਤਰੇ ਗੋਰੇ ਹੋਣਗੇ ਜੋ ਮਰਜ਼ੀ ਕਰ ਲੈ ਆ ਤੁਹਾਨੂੰ ਮੈਂ ਸਿਰਾ ਦੱਸ ਦਿੱਤਾ ਜੇ ਫੈਸਲਾ ਤੁਹਾਡਾ ਠੀਕ ਨਹੀਂ ਉਹ ਗੁਰੂ ਸਾਹਿਬ ਬਾਕੀ ਜਾਣਨ ਅੰਜਲ ਕਿਹਦਾ ਕਿਹਦਾ ਕਿੱਥੇ ਤੇ ਕਿਦਾਂ ਲਿਖਿਆ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਸਮਾਂ ਚਾਬੀਆਂ ਦੇ ਮੋਰਚੇ ਦੀ ਗੱਲ ਕਰੀਏ ਇਹ ਹੈਗੀ ਜੀ ਗੱਲ 1920 ਦੇ ਕਰੀਬ ਜਦੋਂ ਆਪਣੇ ਸਾਰੇ ਮੋਰਚੇ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਤਰਨਤਾਰਨ ਸਾਹਿਬ ਜੀ ਦੀਆਂ ਚਾਬੀਆਂ ਵਾਪਸ ਲੈ ਲਈਆਂ ਸ਼੍ਰੋਮਣੀ ਕਮੇਟੀ ਨੇ ਕੁਝ ਮਹੰਤ ਸੀਗੇ ਜਿਹੜੇ ਛੇਤੀ ਚਾਬੀਆਂ ਦੇ ਗੀਆਂ ਕੁਝ ਮਹੰਤ ਸੀ ਜਿਨ੍ਹਾਂ ਰਜਿਸਟਰ ਕੀਤਾ ਇੱਕ ਸਾਕਾ ਨਨਕਾਣਾ ਸਾਹਿਬ ਜੀ ਦੀ ਆਪਾਂ ਗੱਲ ਗੱਲ ਕਰ ਲਈ ਹੈ ਹੁਣ ਹੋਇਆ ਕੀ ਜਿਹੜਾ ਦਰਬਾਰ ਸਾਹਿਬ ਹੀ ਨਾ ਇਹ ਸਭ ਤੋਂ ਪ੍ਰਮੁੱਖ ਸਥਾਨ ਆ ਸਿੱਖਾਂ ਦਾ ਇਹਨੂੰ ਕੰਟਰੋਲ ਕਰਨ ਲਈ ਇੱਕ ਸਰਬਰਾਹ ਲਾਇਆ ਜਾਂਦਾ ਸੀ ਉਹਦੀ ਜਿਹੜੀ ਪੋਸਟ ਸੀ ਉਹਦਾ ਨਾਮ ਸੀ ਸਰਬਰਾਹ ਉਹ ਅੰਗਰੇਜ਼ ਸਰਕਾਰ ਲਾਉਂਦੀ ਸੀ ਸਰਬਰਾਹ ਦਾ ਹੁਕਮ ਹੀ ਚੱਲਦਾ ਸੀ ਉਹ ਸਰਬਰਾਹ ਮੇਰੇ ਵਰਗਾ ਵੀ ਹੋ ਸਕਦਾ ਪਰ ਹੁਕਮ ਅਸਲ 'ਚ ਅੰਗਰੇਜ਼ ਦਾ ਚੱਲਦਾ ਸੀ ਠੀਕ ਹੈ ਜੀ ਇਹ ਉਹਦਾ ਤਰੀਕਾ ਸੀ ਦਰਬਾਰ ਸਾਹਿਬ ਜੀ ਨੂੰ ਕੰਟਰੋਲ ਕਰਨ ਦਾ ਜਦੋਂ ਸ਼੍ਰੋਮਣੀ ਕਮੇਟੀ ਬਣੀ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਕਿ ਸਰਬਰਾਹ ਦੀ ਥਾਂ ਤੇ ਅਸੀਂ ਕੰਟਰੋਲ ਕਰਾਂਗੇ ਇਹ ਵਿਰੋਧ ਦੇ ਵਿੱਚ ਇੰਨਾ ਕਿ ਇਹਨਾਂ ਨੂੰ ਡੀਲ ਕਰਨੀ ਪਈ ਕਿ ਜਿਹੜਾ ਸਰਕਾਰ ਨੇ ਸਰਬਰਾਹ ਲਾਇਆ ਹੋਇਆ ਸੀ ਨਾ ਉਸ ਵੇਲੇ ਜਿਨ੍ਹਾਂ ਦਾ ਨਾਮ ਸਰਦਾਰ ਸੁੰਦਰ ਸਿੰਘ ਰਾਮਗੜੀਆ ਹੁੰਦਾ ਸਰਕਾਰ ਵੱਲੋਂ ਸਰਬਰਾਹ ਸੀ ਇਹਨਾਂ ਨੇ ਡੀਲੇ ਕੀਤੀ ਕਿ ਇਹੀ ਸ੍ਰੋਣੀ ਕਮੇਟੀ ਵੱਲੋਂ ਹੀ ਪ੍ਰਬੰਧ ਇਹੀ ਕਰਦੇ ਰਹਿਣ। ਸੋ ਉਹੋ ਹੀ ਗੋਰਿਆਂ ਦੇ ਝੰਡੇ ਚੋਂ ਨਿਕਲ ਕੇ ਸ੍ਰੋਣੀ ਕਮੇਟੀ ਦੇ ਥੱਲੇ ਆ ਗਏ ਪਰ ਮੈਂਟੈਲਿਟੀ ਦੇ ਅੰਦਰ ਥੋੜੀ ਜੀ ਉਹੀ ਹੁੰਦੀ ਹੈ ਨਾ ਜੀ ਸਮਝ ਗਏ ਨਾ ਤੁਸੀਂ ਜਿਹੜਾ ਬੰਦਾ ਪਹਿਲਾਂ ਉਧਰ ਦਾ ਪਰ ਉਹਨਾਂ ਦੇ ਐਬ ਕੋਈ ਨਹੀਂ ਲਿਖਿਆ ਇਤਿਹਾਸ ਦੇ ਵਿੱਚ ਪਰ ਹੋਇਆ ਕੀ ਕਿ ਇਹ ਜਿਹੜੇ ਸੁੰਦਰ ਸਿੰਘ ਰਾਮਗੜੀਆ ਸੀਗੇ ਇਹਨਾਂ ਕੋਲ ਕੰਟਰੋਲ ਸੀ ਦਰਬਾਰ ਸਾਹਿਬ ਜੀ ਦਾ ਤੋਸ਼ਾਖਾਨਾ ਹੈ ਆਪ ਜਾਣਦੇ ਹੋ ਨਾ ਜਿੱਥੇ ਬੇਸ਼ਕੀਮਤੀ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਖਾਲਸੇ ਦੀਆਂ ਨਿਸ਼ਾਨੀਆਂ ਪਈਆਂ ਹਨ ਉਹ ਤੋਸ਼ੇਖਾਨੇ ਦਾ ਨੁਕਸਾਨ ਵੀ ਹੋਇਆ 1984 ਦੇ ਵਿੱਚ ਉਹ ਤੋਸ਼ੇਖਾਨੇ ਦੀਆਂ ਚਾਬੀਆਂ ਸਰਬਰਾਹ ਦੇ ਕੋਲ ਹੁੰਦੀਆਂ ਸੀ ਗੱਲ ਸਮਝ ਆ ਰਹੀ ਜੀ ਸਰਬਰਾਹ ਦੇ ਕੋਲ ਚਾਬੀਆਂ ਹੁੰਦੀਆਂ ਸੀ ਪੰਥ ਨੇ ਸੋਚਿਆ ਕਿ ਚਾਬੀਆਂ ਸਰਬਰਾਹ ਕੋ ਨਹੀਂ ਰਹਿਣੀਆਂ ਚਾਹੀਦੀਆਂ ਇਹ ਦਰਬਾਰ ਸਾਹਿਬ ਦਾ ਜਿਹੜਾ ਖਜ਼ਾਨਾ ਸੀ ਨਾ ਉਸ ਉੱਥੇ ਜਾਂਦਾ ਸੀ ਔਰ ਉਹ ਗਵਰਨਮੈਂਟ ਆਪਣੀ ਮਰਜ਼ੀ ਨਾਲ ਵਰਤਦੀ ਸੀ ਪਹਿਲਾਂ ਤੱਕ ਹੁਣ ਕੀ ਹੋਇਆ ਸ਼੍ਰੋਮਣੀ ਕਮੇਟੀ ਨੇ ਸਰਬਰਾਹ ਨੂੰ ਕਿਹਾ ਕਿ ਚਾਬੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਉਸ ਵੇਲੇ ਬਾਬਾ ਖੜਕ ਸਿੰਘ ਜੀ ਸਨ ਇਹਨਾਂ ਨੂੰ ਪ੍ਰਧਾਨ ਜੀ ਨੂੰ ਚਾਬੀਆਂ ਦੇ ਦਿੱਤੀਆਂ ਜਾਣ ਇੰਨੀ ਗੱਲ ਹੁੰਦੀ ਆ ਇਹ ਚੁੱਪਚਾਪ ਹੀ ਤੇ ਗੱਲ ਚੱਲ ਰਹੀ ਸੀ ਪਰ ਇਹ ਖਬਰ ਡੀਸੀ ਤੱਕ ਪਹੁੰਚ ਗਈ ਤੇ ਡੀਸੀ ਕਦਾ ਹੁੰਦਾ ਹੈ ਗਵਰਨਮੈਂਟ ਦਾ ਡੀਸੀ ਨੇ ਕੀ ਕੀਤਾ ਸਰਦਾਰ ਸੁੰਦਰ ਸਿੰਘ ਰਾਮਗੜੀਆ ਦੇ ਘਰੇ ਰੇਡ ਕੀਤੀ ਤੇ ਚਾਬੀਆਂ ਉੱਥੋਂ ਜ਼ਬਤ ਕਰਕੇ ਆਪਣੇ ਕੋਲ ਲੈ ਲਈਆਂ ਸੋ ਚਾਬੀਆਂ ਸਰਬਰਾਹ ਤੋਂ ਪੰਥਕੋਲ ਆਉਣੀਆਂ ਚਾਹੀਦੀਆਂ ਸੀਗੀਆਂ ਪਰ ਚਾਬੀਆਂ ਕਿੱਧਰ ਚਲ ਗਈਆਂ ਡੀਸੀ ਕੋਲ ਇੱਥੇ ਤੇ ਪਿਆਰ ਦੀ ਗੱਲ ਹੀ ਇਹ ਵੀ ਸਿੱਖ ਤੇ ਉਹ ਵੀ ਸਿੱਖ ਉਹ ਚਾਬੀਆਂ ਦੇ ਦਿੰਦੇ ਪਰ ਜੋ ਡੀਸੀ ਕੋਲ ਗਈਆਂ ਨਾਲ ਹੀ ਉਹਨਾਂ ਨੇ ਕੀ ਕੀਤਾ ਸਰਕਾਰ ਨੇ ਜਿਹੜੇ ਸੁੰਦਰ ਸਿੰਘ ਰਾਮਗੜੀਆ ਸੀ ਉਹਨਾਂ ਨੂੰ ਇਸ ਪਦਵੀ ਤੋਂ ਲਾਹ ਦਿੱਤਾ ਸਰਬਰਾਹ ਵਾਲੀ ਤੋਂ ਮੈਨੇਜਰ ਵਾਲੀ ਤੋਂ ਤੇ ਉੱਥੇ ਆਪਣੀ ਥਾਂ ਤੇ ਇੱਕ ਕੈਪਟਨ ਬਹਾਦਰ ਸਿੰਘ ਨਾਂ ਦੇ ਸਿੱਖ ਨੂੰ ਬਿਠਾ ਦਿੱਤਾ ਤੇ ਓਬਵੀਅਸਲੀ ਉਹ ਵੀ ਸਰਕਾਰ ਦੇ ਕੋਈ ਨਾ ਕੋਈ ਬੰਦੇ ਹੋਣਗੇ ਤਾਂ ਹੀ ਸਰਕਾਰਾਂ ਇਹ ਚੇਂਜ ਕਰਦੀਆਂ ਹੁਣ ਹੋਇਆ ਕਿ ਸੰਗਤ ਜੀ ਜਦੋਂ ਇਹ ਚਾਬੀਆਂ ਸਰਕਾਰ ਕੋਲ ਪਹੁੰਚ ਗਈਆਂ ਪੰਥ ਵਿੱਚ ਫਿਰ ਰੋਸ ਪੈਦਾ ਹੋ ਗਿਆ ਰੋਸ ਪੈਦਾ ਹੋ ਗਿਆ ਇੱਥੋਂ ਫਿਰ ਸ਼ੁਰੂਆਤ ਹੋਦੀ ਜੀ ਚਾਬੀਆਂ ਦਾ ਮੋਰਚਾ ਇਹ ਚਾਬੀਆਂ ਕੋਈ ਆ ਜਿਹੜੀਆਂ ਤੁਸੀਂ ਜੇਬਾਂ 'ਚ ਪਾਈ ਫਿਰਦੇ ਗੱਡੀਆਂ ਦੀਆਂ ਇਹ ਨਾ ਨਹੀਂ ਇਹ ਸਿੱਖ ਕੌਮ ਦਾ ਸਭ ਤੋਂ ਵਧੀਆ ਸਰਮਾਇਆ ਇਥੇ ਉੱਥੇ ਦਰਬਾਰ ਸਾਹਿਬ ਤੋਸ਼ੇਖਾਨੇ 'ਚ ਹੈ ਜਦੋਂ ਜਲੌਸ ਅੱਜਦੇ ਹਨ ਦਰਬਾਰ ਸਾਹਿਬ ਉਦੋਂ ਤੋਸ਼ੇਖਾਨੇ ਦੇ ਸਾਰੇ ਸਮਾਨ ਬਾਹਰ ਲਿਆ ਕੇ ਰੱਖੇ ਜਾਂਦੇ ਹਨ ਚਲੋ ਸੰਗਤ ਜੀ ਹੁਣ ਜਿਹੜਾ ਨਵਾਂ ਬੰਦਾ ਉਹਨਾਂ ਨੇ ਬਣਾਇਆ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਨਹੀਂ ਇਹਨੂੰ ਮੰਨਦੇ ਝਗੜਾ ਖੜਾ ਹੋ ਗਿਆ ਸਰਕਾਰ ਉਹਨੂੰ ਬਿਠਾ ਰਹੀ ਹੈ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਨਹੀਂ ਮੰਨਦੇ ਉਸ ਵੇਲੇ ਫਿਰ ਬਾਬਾ ਖੜਕ ਸਿੰਘ ਜੀ ਜਿਹੜੇ ਪ੍ਰਧਾਨ ਸੀਗੇ ਉਹਨਾਂ ਮੀਟਿੰਗਾਂ ਕੀਤੀ ਤੇ ਖਾਲਸੇ ਨੇ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ ਸਾਜ ਰਹੇ ਨਾ ਅੱਜ ਵੀ ਵਹੀਰਾਂ ਦੇ ਵਹੀਰਾਂ ਦੇ ਸਾਜ ਰਹੇ ਨਾ ਉਹ ਵਹੀਰ ਮੈਂ ਕਿਦਾਂ ਕਿਸੇ ਖਲੋਤਾ ਸੀ ਨਿਹੰਗ ਸਿੰਘਾਂ ਕੋਲ ਬੜੇ ਦੁਖੀ ਵਹੀਰ ਤੋਂ ਮੈਨੂੰ ਕਹਿੰਦਾ ਵਹੀਰ ਤੇ ਨਿਹੰਗ ਸਿੰਘਾਂ ਦੇ ਚੱਲਦੇ ਹੁੰਦੇ ਹੀ ਆ ਨਵਾਂ ਹੀ ਕੰਮ ਸ਼ੁਰੂ ਇਹਨਾਂ ਨੇ ਕਰ ਲਿਆ ਤੇ ਮੈਂ ਕਿਹਾ ਤੁਸੀਂ ਨਹੀਂ ਕੁਝ ਕੀਤਾ ਤਾਂ ਹੀ ਤੇ ਵਹੀਰ ਚੱਲਿਆ ਜੇ ਤੁਸੀਂ ਤੁਰ ਪੈਂਦੇ ਪੰਥ ਨੇ ਤੁਹਾਡੇ ਨਾਲ ਤੁਰ ਪੈਣਾ ਸੀ ਤੁਸੀਂ ਨਹੀਂ ਤੁਰੇ ਅਜ ਉਹ ਤੁਰੇ ਤੇ ਪੰਥ ਉਹਨਾਂ ਨਾਲ ਤੁਰ ਪਿਆ ਹੁਣ ਮੈਂ ਕਹਾ ਭਲਾਈ ਤੁਹਾਡੀ ਐਸੇ ਚ ਇੱਥੇ ਚੁੱਪ ਕਰਕੇ ਘੋੜੇ ਲੈ ਕੇ ਨਾਲ ਰਲ ਜੋ ਅਜੇ ਵੀ ਚੁੱਪ ਕਰਕੇ ਘੋੜੇ ਲੈ ਕੇ ਨਾਲ ਰਲ ਜੋ ਹਿੱਸਾ ਬਣੋ ਯਾਦ ਰੱਖਿਓ ਗੁਰੂ ਗ੍ਰੰਥ ਤੇ ਗੁਰੂ ਪੰਥ ਨਾ ਗੁਰੂ ਗ੍ਰੰਥ ਸਾਹਿਬ ਜੀ ਧੋਖਾ ਕਰਦੇ ਨਾ ਖਾਲਸਾ ਪੰਥ ਧੋਖਾ ਕਰਦਾ ਧੋਖਾ ਜਦੋਂ ਕਰਨਾ ਲੀਡਰਾਂ ਨੇ ਕਰਨਾ ਠੀਕ ਹੈ ਜੀ ਤੇ ਤੁਸੀਂ ਪਾਈ ਪੰਥ ਲਈ ਜਿਹੜਾ ਵੀ ਅੱਜ ਤੱਕ ਚੱਲਿਆ ਪੰਥੋ ਦੇ ਨਾਲ ਖੜਾ ਹੁੰਦਾ ਹੈ ਜੇ ਨਹੀਂ ਖੜੇ ਹੋਣ ਦਿੰਦੇ ਜਾਂ ਫੁੱਟਾਂ ਪੈਂਦੀਆਂ ਉਹ ਪਾਈ ਲੀਡਰ ਬਣਦੇ ਪਾਉਂਦੇ ਆ ਇਸ ਕਰਕੇ ਕੋਸ਼ਿਸ਼ ਕਰੋ ਆਪਣੀਆਂ ਸੰਪਰਦਾਵਾਂ ਦੇ ਮੁਖੀਆਂ ਦਾ ਉਹਨਾਂ ਹੀ ਸਤਿਕਾਰ ਕਰੋ ਜਿੰਨਾ ਕ ਬਣਦਾ ਏ ਨਾ ਹੋ ਜੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬ ਮੰਨੀ ਜਾਓ ਇੱਕ 50 ਸੰਪਰਦਾਵਾਂ ਤੇ 50 ਰੱਬ ਹੋਰ ਤੁਰੇ ਫਿਰਨ ਫਿਰ ਕਿਦਾਂ ਇੱਕ ਓੰਕਾਰ ਪੜੋਗੇ ਫਿਰ 50 ਕਾਰ ਪੜੋਗੇ ਅੱਗੇ ਕੀ ਕਹੋਗੇ ਫਿਰ ਅੱਗੇ ਫਿਰ 50 ਇੱਕ ਓੰਕਾਰ ਪੜੋਗੇ ਨਹੀਂ ਜਦੋਂ ਇੱਕ ਓੰਕਾਰ ਹੈ ਤਾਂ ਬਸ ਇੱਕ ਓੰਕਾਰ ਹੈ ਉਹੀ ਆਦ ਸੱਚ ਜੁਗਾਦ ਸੱਚ ਹੈ ਤੇ ਉਹੀ ਹੋਸੀਪੀ ਸੱਚ ਤੱਕ ਹੈ ਸਿੱਖਿਆ ਲੈਣ ਲਈ ਜਾਓ ਸਾਂਝ ਕਰੀਜੈ ਗੁਣਹਿ ਕੇਰੀ ਛੋੜ ਅਵਗਣ ਚੱਲੀਏ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਚ ਰੋ ਪੈਦਾ ਹੋ ਗਿਆ ਸੰਗਤ ਜੀ ਉਸ ਵੇਲੇ ਫਿਰ ਦੀਵਾਨ ਸਜਣੇ ਸ਼ੁਰੂ ਹੋ ਗਏ ਜਦੋਂ ਦੀਵਾਨ ਸਜਣੇ ਸ਼ੁਰੂ ਹੋਏ ਹੁਣ ਕੀ ਕੀਤਾ ਸਰਕਾਰ ਨੇ ਕਹਿੰਦੇ ਦੀਵਾਨ ਨਹੀਂ ਲੱਗਣੇ ਚਾਹੀਦੇ ਇਹੀ ਅੰਗਰੇਜ਼ ਸਰਕਾਰ ਨੇ ਕਿਹਾ ਸੀ ਉਦੋਂ ਕਹਿੰਦੇ ਦੀਵਾਨ ਨਹੀਂ ਲੱਗਣੇ ਚਾਹੀਦੇ ਇਲੀਗਲ ਕਹਿਤਾ ਦੀਵਾਨਾਂ ਨੂੰ ਜੇ ਅਮਰਸਰ ਸਾਹਿਬ ਚ ਦਵਾਨ ਸੱਜਿਆ ਤਾਂ ਸਿੱਖ ਕੈਦ ਕਰਨੇ ਸ਼ੁਰੂ ਕਰ ਦਿੱਤੇ ਜੇ ਅਜਨਾਲੇ ਦਵਾਨ ਸੱਜਿਆ ਤਾਂ ਸਿੱਖ ਕੈਦ ਕਰਨੇ ਸ਼ੁਰੂ ਕਰ ਦਿੱਤੇ ਮੇਨ ਮੇਨ ਖਾਲਸਾ ਸਿੱਖ ਦੇ ਇੱਕ ਪੰਥ ਦੇ ਲੀਡਰ ਇਹਨਾਂ ਨੇ ਕੈਦ ਕਰ ਲਏ ਉਹਨਾਂ ਦੇ ਵਿੱਚ ਹੀ ਮਾਸਟਰ ਤਾਰਾ ਸਿੰਘ ਬਾਬਾ ਖੜਕ ਸਿੰਘ ਜੀ ਆਦਕ ਸਨ ਜਿਉਂ-ਜਿਉਂ ਲੀਡਰ ਉਹ ਲੀਡਰ ਹੁਣ ਇਹੋ ਜਿਹੇ ਤੇ ਹੈ ਨਹੀਂ ਸੀ ਵੀ ਜਿਹੜੇ ਅੱਜ ਵਾਲੇ ਵੀ ਮੰਗਰ ਕੋਈ ਤੁਰੇ ਨਾ ਉਹ ਖਾਲਸੇ ਸੀਗੇ ਜਿਉਂ-ਜਿਉਂ ਉਹ ਅੰਦਰ ਜਾਂਦੇ ਸੀ ਤਿਉਂ-ਤਿਉਂ ਰੋਹ ਵਧਦਾ ਜਾਂਦਾ ਸੀ ਰੋਹ ਇੰਨਾ ਵੱਧ ਗਿਆ ਸੰਗਤ ਜੀ ਖਾਲਸਾ ਪੰਥ ਨੇ ਫੈਸਲਾ ਕਰ ਲਿਆ ਨਵੰਬਰ ਦੇ ਵਿੱਚ ਇਹ ਹੈ ਜੀ ਗੱਲ 1921 ਦੀ ਕਿ ਦਸੰਬਰ 4 ਨੂੰ ਵੱਡਾ ਵਿਦਰੋਹ ਕੀਤਾ ਜਾਏਗਾ ਵੱਡਾ ਪ੍ਰਦਰਸ਼ਨ ਕੀਤਾ ਜਾਏਗਾ 4 ਦਸੰਬਰ ਨੂੰ ਇੱਕ ਗੱਲ ਇਹ ਤੇ ਦੂਜੀ ਗੱਲ ਇਹ ਕਿ ਨਵਾਂ ਸਾਲ ਚੜ੍ਹਦੇ ਆ ਪ੍ਰਿੰਸ ਆਫ ਵੇਲਸ ਜਿਹੜਾ ਇੰਗਲੈਂਡ ਦਾ ਹੈ ਉਹ ਭਾਰਤ ਆ ਰਿਹਾ ਹੈ ਇਸ ਦੇਸ਼ ਚ ਆ ਰਿਹਾ ਹੈ ਖਾਲਸਾ ਦਾ ਵਿਰੋਧ ਕਰੇਗਾ ਇੰਨੀ ਗੱਲ ਸੁਣ ਕੇ ਫਿਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੱਡਾ ਵਿਦਰੋਹ ਹੋਣ ਤੋਂ ਪਹਿਲਾਂ ਹੀ ਸਰਕਾਰ ਚਾਬੀਆਂ ਦੇਣ ਲਈ ਮੰਨ ਗਈ ਪਰ ਹੁਣ ਗੱਲ ਅਸੀਂ ਕਿ ਪਚੰਗੀ ਆ ਨਾ ਫਿਰ ਪਚੰਗ ਫੌਜ ਆ ਖਾਲਸਾ ਕਿਹੜਾ ਇਦਾਂ ਤੇ ਕਰਨਾ ਜਾਣਦਾ ਨਹੀਂ ਐ ਇਹਨੂੰ ਦਾਤਾ ਬਣਾਇਆ ਮਹਾਰਾ ਇਹਨੇ ਇਹ ਕਹਿੰਦੇ ਫਿਰ ਕਹਿੰਦੇ ਚਾਬੀਆਂ ਨਹੀਂ ਲੈਣੀਆਂ ਪਹਿਲਾਂ ਸਾਰੇ ਦੇ ਸਾਰੇ ਸਾਡੇ ਬੰਦੇ ਰਹਾ ਕਰੋ ਛੱਡੋ ਸਾਰਿਆਂ ਨੂੰ ਉਸ ਵੇਲੇ ਫਿਰ 11 ਜਨਵਰੀ 1922 ਵਾਲੇ ਦਿਨ ਇਹ ਐਲਾਨ ਹੋਇਆ ਕਿ ਇਹਨਾਂ ਸਾਰਿਆਂ ਨੂੰ ਛੱਡ ਦਿੱਤਾ ਜਾ ਖਾਲਸੇ ਨੇ ਚਾਬੀਆਂ ਉਹਨਾਂ ਚਰ ਨਹੀਂ ਫੜੀਆਂ ਜਿਨ੍ਹਾਂ ਚਰ ਸਾਰਿਆਂ ਨੂੰ ਛੱਡ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਚ ਸੰਗਤ ਜੀ ਫਿਰ ਅਕਾਲ ਤਖਸੈਬ ਜੀ ਦੇ ਸਾਹਮਣੇ ਇਹਨਾਂ ਨੇ ਇਹ ਵੀ ਮਨਾ ਕਰ ਦਿੱਤਾ ਕਿ ਦਫ਼ਤਰ ਚੋਂ ਅਸੀਂ ਚਾਬੀਆਂ ਲੈਣ ਜਾਵਾਂਗੇ ਕਹਿੰਦੇ ਜਿਨ੍ਹਾਂ ਚਾਬੀਆਂ ਦੇਣੀਆਂ ਅਕਾਲ ਤਖਸੈਬ ਦੇ ਆਵੇ ਅੱਗੇ ਅੱਗੇ ਅਕਾਲ ਤਖਸੈਬ ਜੀ ਦੇ ਜਿੱਥੇ ਅੱਜ ਤੁਸੀਂ ਦਰਬਾਰ ਸਾਹਿਬ ਤੇ ਅਕਾਲ ਤਖਸੈਬ ਜੀ ਦੇ ਵਿੱਚ ਖੜੇ ਹੁੰਦੇ ਹੋ ਨਾ ਜਾ ਕੇ ਤਖਸੈਬ ਦੇ ਸਾਹਮਣੇ ਆਪਾਂ ਨਮਸਕਾਰ ਵੀ ਕਰਦੇ ਕਈ ਵਾਰ ਉੱਥੇ ਢਾਡੀ ਸਿੰਘ ਜਿੱਥੇ ਵਾਰਾਂ ਗਾ ਰਹੇ ਹੁੰਦੇ ਆ ਉਥੇ ਖੜੇ ਹੋ ਕੇ ਸਾਰੇ ਪੰਥ ਦੇ ਸਾਹਮਣੇ ਸਰਕਾਰ ਦੇ ਨੁਮਾਇੰਦੇ ਨੇ ਆ ਕੇ ਚਾਬੀਆਂ ਬਾਬਾ ਖੜਕ ਸਿੰਘ ਜੀ ਦੇ ਹੱਥ ਤੇ ਰਖੀਆਂ ਤੇ ਇਹ ਚਾਬੀਆਂ ਵਾਲਾ ਮੋਰਚਾ ਫਤਿਹ ਹੋਇਆ ਸੰਗਤ ਜੀ ਇਹ ਤੁਹਾਡਾ ਇਤਿਹਾਸ ਹੈ ਇਹ ਸਾਡਾ ਇਤਿਹਾਸ ਹੈ ਇਹ ਸਾਡੇ ਵੱਡਿਆਂ ਦਾ ਇਤਿਹਾਸ ਹੈ ਤੁਹਾਡੇ ਚੋਂ ਆਪਣੇ ਦਾਦੇ ਦਾ ਕਿਹਨੂੰ ਨਾਂ ਪਤਾ ਹੈ ਹੱਥ ਖੜਾ ਕਰੋ ਪਰਦਾਦੇ ਦਾ ਪਰਦਾਦੇ ਤੋਂ ਅੱਗੇ ਉਹਦੇ ਪਿਤਾ ਦਾ ਉਹਦੇ ਪਿਤਾ ਦਾ ਉਹਦੇ ਪਿਤਾ ਦਾ ਉਹ ਭਾਈ ਸਾਹਿਬ ਬੈਠੇ ਰਹਿ ਗਏ ਇੱਕ ਉਧਰ ਭੈਣ ਰਹਿ ਗਈ ਕਮਾਲ ਕੀਤੀ ਪਈ ਆ ਚੰਗੀ ਲਿਸਟ ਕੱਢ ਕੇ ਬੈਠੇ ਦੋਵੇਂ ਜਣੇ ਬਾਅਦ ਚ ਮਿਲਦਾ ਤੁਹਾਨੂੰ ਮੈਂ ਪਰ ਗੱਲ ਤਤ ਦੀ ਇਹ ਹੈ ਸੰਗਤ ਜੀ ਤਿੰਨ ਚਾਰ ਪੀੜੀਆਂ ਤੋਂ ਗਾਂ ਤੁਹਾਨੂੰ ਕਿਸੇ ਦਾ ਯਾਦ ਨਹੀਂ ਰਹਿਣਾ ਆਪਣੇਆਂ ਦਾ ਵੱਡੇ ਵਡੇਰੇ ਉਹਨਾਂ ਨੂੰ ਕਹੀ ਜਾਂਦੇ ਆਪਾਂ ਮੇਰਾ ਦਾਦਾ ਮੇਰਾ ਪਰਦਾਦਾ ਵੱਡਾ ਵਡੇਰਾ ਉਹਨਾਂ ਦੇ ਤਾਂ ਨਾਂ ਹੀ ਨਹੀਂ ਪਤਾ ਆ ਬਣ ਗਏ ਸਾਡੇ ਵੱਡੇ ਵੱਡੇਰੇ ਜਿਨ੍ਹਾਂ ਨੇ ਕਮਾਲਾਂ ਕੀਤੀਆਂ ਸੋ ਕਰਨਾ ਹੈ ਤੇ ਭਾਈ ਰੇ ਬੋਰੇ ਤੋਹੇ ਘਰੀ ਨਾ ਰੱਖ ਐ ਕੋਈ ਤੂੰ ਰਾਮ ਨਾਮ ਜਪ ਸੋਈ ਪੰਕਤੀ ਆਉਂਦੀ ਨਾ ਕਾਕੋ ਮਾਤ ਪਿਤਾ ਕਹ ਕਾਕੋ ਕਵਨ ਪੁਰਖ ਕੀ ਜੋਈ ਕੱਟ ਫੂਟੇ ਕੋਈ ਬਾਤ ਨਾ ਪੁੱਛੈ ਕਾਢੋ ਕਾਢੋ ਹੋਈ ਕੱਟ ਦੇਣਾ ਭਾਈ ਘਰੋਂ ਯਾਦ ਰੱਖਿਓ ਸਵੇਰੇ ਤੇ ਸਰੀਰ ਛੱਡ ਦਿੱਤਾ ਦੁਪਹਿਰ ਤੱਕ ਤੇਰਾ ਸੰਸਕਾਰ ਹੋ ਜਾਣਾ ਜੇ ਤੂੰ ਰਾਤ ਨੂੰ ਛੱਡਿਆ ਫਿਰ ਅਗਲੇ ਦਿਨ ਸਵੇਰੇ ਤੇਰਾ ਸੰਸਕਾਰ ਹੋ ਜਾਣਾ ਸੰਸਕਾਰ ਕਰਕੇ ਜਦੋਂ ਘਰੇ ਆਉਣਾ ਅਲਾਹਣੀਆਂ ਦਾ ਪਾਠ ਪੜ੍ਹ ਕੇ ਘਰੇ ਆਉਣੇ ਆ ਉਦੋਂ ਤੱਕ ਥੋੜੇ ਥੋੜੇ ਦੁਖੀ ਹੋਣੇ ਆ ਘਰੇ ਆ ਕੇ ਫਿਰ ਗੱਲਾਂ ਦੂਜੀਆਂ ਸ਼ੁਰੂ ਹੋ ਜਾਣੀਆਂ ਆਪ ਪਾਰਟੀ ਨੇ ਕੀ ਕੀਤਾ ਕਾਂਗਰਸ ਨੇ ਕੀ ਕੀਤਾ ਕੱਲਿਆਂ ਨੇ ਕੀ ਕੀਤਾ ਕਿਸੇ ਵੀ ਮਰਗ ਵਾਲੇ ਘਰ ਚ ਚਲੇ ਜਾਇਓ ਦੋ ਦਿਨ ਬਾਅਦ এনवायरमेंट ਵੇਖਿਓ ਤੇ ਭੋਗ ਤੱਕ ਤੇ ਚੇਤਾ ਵੀ ਭੁੱਲ ਗਿਆ ਹੁੰਦਾ ਕੌਣ ਮਰਿਆ ਸੀ ਫੋਟੋ ਰੱਖਣੀ ਪੈ ਜਾਂਦੀ ਹੁਣ ਅੱਗੇ ਵੀ ਚੇਤਾ ਰਵੇ ਕਿਤੇ ਗਲਤੀ ਨਾ ਕਹੀ ਜਾਈਏ ਕਿਹੜਾ ਮਰਿਆ ਸੀ ਟੱਬਰ ਚ ਆ ਫੋਟੋ ਤਾਂ ਹੀ ਰੱਖਦੇ ਮੂਰਖ ਅੱਜਕੱਲ੍ਹ ਗੁਰੂ ਕੀ ਹਜੂਰੀ ਚ ਤੇਰੀ ਫੋਟੋ ਦਾ ਕੀ ਮਤਲਬ ਹੈ ਫੋਟੋ ਬਣਾਉਣੀ ਹੈ ਤੇ ਐਸੀ ਬਣਾ ਇਸ ਆਤਮਾ ਦੀ ਬਣਾ ਇਹ ਨਾ ਹੋਵੇ ਜੇ ਜਦੋਂ ਜਾਵੇਂ ਤਾਂ ਦਿਸੇ ਖਰਾ ਡਰਾਵਣਾ ਵਾਲੀ ਖੇਡ ਹੋਵੇ ਫੋਟੋ ਬਣਾਉਣੀ ਤੇ ਐਸੀ ਬਣਾ ਇਧਰੋਂ ਲੋਕ ਜਾ ਰਹੇ ਰੋ ਰਹੇ ਆ ਤੇ ਉਧਰ ਕਲਗੀਧਰ ਕਹਿ ਰਿਹਾ ਮੇਰਾ ਪੁੱਤਰ ਆ ਗਿਆ ਭਾਈ 70 ਸਾਲ ਦੀ ਤੂੰ ਉਮਰ ਦਿੱਤੀ ਸੀ ਬੜੇ ਚਿਰ ਦਾ ਢੀਕਦਾ ਸੀਗਾ ਕਿ ਤੂੰ ਭਾਈ ਗਿਆ ਹੈ ਕਿਸੇ ਦਿਨ ਆਏਗਾ ਮੈਂ ਤੈਨੂੰ ਜਫੀ ਪਾਵਾਂਗਾ ਤੇ ਤੇਰੀ ਵੀ ਇੱਛਾ ਸੀ ਹਾਂ ਤੁਮਰੀ ਕਰੋਂ ਨਿਤ ਆਸ ਪ੍ਰਭ ਮੋਹੇ ਕੱਬ ਗੱਲ ਲਾਵਾਂਗੇ ਉਹ ਤੇਰੀ ਵੀ ਇੱਛਾ ਪੂਰੀ ਹੋਵੇ ਇੱਧਰ ਅਜੇ ਭੋਗ ਨਹੀਂ ਪਿਆ ਤੇਰੀ ਤੇ ਜੂਨ ਗਗਲੀ ਵੀ ਸ਼ੁਰੂ ਹੋ ਗਈ ਹੈ ਤੇ ਰੱਬ ਨਾ ਕਰੇ ਜੇ ਕਿਤੇ 2 2 4 4 ਘੰਟਿਆਂ ਦੀਆਂ ਪਤਾ ਨਹੀਂ ਕਿੰਨੀਆਂ ਕਿ ਜੂਨਾ ਭੋਗ ਤੱਕਾ ਹੋਣਾ ਉਦੋਂ ਤੱਕ ਰੱਬ રે ਥੋੜੀ ਵੇਟ ਕਰਦਾ ਰਹਿਣਾ ਪਹਿਲਾਂ ਪਖੰਡ ਜੇ ਕਰ ਹੀ ਲੈਣ ਤੇਰਾ ਭੋਗ ਪਹਿਣ ਆਲਾ ਤੇ ਮੇਰੀ ਗਾਂ ਤੋਰਦਾ ਤੈਨੂੰ ਉਹਨੇ ਕਹਣਾ ਟ੍ਰੈਫਿਕ ਹੀ ਬੜਾ ਇੱਥੇ ਚੱਲ ਅੱਗੇ ਜਦੋਂ ਉਹਨੂੰ ਤੇਰਾ ਭੋਗ ਪੈਣਾ ਉਹਨੂੰ ਤਾਂ ਤੈ ਕਈ ਜੂਨਾ ਭੁਗਤ ਕੇ ਆ ਜਾਣੀਆਂ ਫੋਟੋ ਕਿਵੇਂ ਸੁਣ ਲੈਗੀ ਫੋਟੋ ਕਿਦਾਂ ਸੁਣ ਲੈਗੀ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਮਾਫ ਕਰਨਾ ਪੰਥ ਦੀ ਮਰਿਆਦਾ ਹੈ ਇਹਦੇ ਵਿੱਚ ਆਪਾਂ ਕੋਈ ਇਹ ਨਹੀਂ ਕਹਿ ਰਹੇ ਸਹਿਜ ਪਾਟ ਸਾਹਿਬ ਕਰਨ ਖੰਡ ਪਾਟ ਸਾਹਿਬ ਕਰਨ ਦੁਸ਼ਹਿਰੇ ਮਨਾਉਣ ਸਰੀਰ ਜਾਣਦਾ ਪਰ ਕੁਛ ਕਰੀ ਇੰਨਾ ਜਾਓ ਕਿ ਸਰੀਰ ਭਾਵੇਂ ਰੁੱਲਦਾ ਰਹੇ ਸੰਤ ਜਰਨੈਲ ਸਿੰਘ ਜੀ ਵਾਂਗੂ ਕਿਤੇ ਵੀ ਪਿਆਰ ਰਵੇ ਤੇ ਚਾਹੇ ਸਰੀਰ ਤੇਰਾ ਕਿਤੇ ਤੇ ਤੈਨੂੰ ਲੋੜ ਨਾ ਪਵੇ ਕਿਸੇ ਦੇ ਅਖੰਡ ਪਾਤਸ਼ਾਹ ਕਰਾਉਣ ਦੀ ਕਿਉਂ ਜੀ ਫੇਰ ਹੀ ਕਵਾਂਗੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਕਾਜ ਸਵਾਰਿਆ ਫਰਕ ਹੀ ਕੋਈ ਨਹੀਂ ਪੈਂਦਾ ਕਿੱਥੇ ਸਰੀਰ ਗਿਆ ਕਿੱਧਰ ਗਿਆ ਕੋਈ ਗੱਲ ਨਹੀਂ ਕਲਗੀ ਧਰ ਤੇ ਭਰੋਸਾ ਹੈ ਭਾਈ ਉਪਰੋਸੇ ਆਲੇ ਸੀ ਕੱਲ ਦੇਤ ਤੇ 18 ਰੁਪਏ ਕੱਢ ਕੇ ਆਲੇ ਭੈਣੇ ਇਹ ਵੀ ਲੰਗਰ ਚ ਪਾ ਦੀ ਅਸੀਂ ਹੁਣ ਸ਼ਹੀਦ ਹੋ ਜਾਣਾ ਅਸੀਂ ਤਾਂ ਹੁਣ ਸ਼ਹੀਦ ਹੋ ਜਾਣਾ ਹੈ ਕੱਲ ਟੌਪਿਕ ਦਿੱਤਾ ਸੀ ਜੀ ਆ ਦੁਨਿਆਵੀ ਇਸ਼ਕ ਤੇ ਇਸ਼ਕ ਮਜਾਜੀ ਦੀ ਗੱਲ ਤੇ ਇਸ਼ਕ ਹਕੀਕੀ ਦੀ ਕਰਦੇ ਸੀਗੇ ਮੈਂ ਕਿਹਾ 1 ਘੰਟਾ ਪਹਿਲਾਂ ਤੇ ਇਸ਼ਕ ਹਕੀਕੀ ਦੀਆਂ ਗੱਲਾਂ ਸੁਣ ਕੇ ਹਟੇ ਆ ਉਹ ਮਰਨਾ ਹੀ ਐ ਇਹ ਜੀ ਵੱਟ ਦਾ ਰੌਲਾ ਪਿਆ ਭਰਾ ਨੇ ਭਰਾ ਨੂੰ ਗੋਲੀ ਮਾਰਤੀ ਦੋਵੇਂ ਮਰ ਗਏ ਉੱਥੇ ਜਾਂ ਇੱਕ ਮਰ ਗਿਆ ਦੂਜਾ ਜੇਲ ਚਲ ਗਿਆ ਪਤੀ ਨੇ ਪਤਨੀ ਨੂੰ ਮਾਰ ਦਿੱਤਾ ਪਿਓ ਨੇ ਪੁੱਤ ਨੂੰ ਮਾਰ ਦਿੱਤਾ ਉਹ ਮਰਨਾ ਹੀ ਐ ਤੇ ਗੁਰੂ ਤੋਂ ਮਰ ਲੈ ਉਹ ਮਰਨਾ ਹੀ ਇਹਦੇ ਗੁਰੂ ਤੋਂ ਮਰ ਲਿਆ ਤੇਰਾ ਮਰਿਆ ਪ੍ਰਮਾਣ ਤੇ ਹੋ ਜੇ ਮਰਨ ਮੁਣਸਾ ਸੂਰਿਆਂ ਹੱਕ ਹੈ ਜੇ ਹੋਏ ਮਰਨ ਪ੍ਰਮਾਣ ਉਹ ਮਰ ਲਾ ਜਿਹੜਾ ਪ੍ਰਮਾਣ ਹੋ ਜੇ ਅਰਦਾਸਾਂ ਕਰ ਉਹ ਇਦਾਂ ਨਹੀਂ ਮਿਲਣਾ ਅਰਦਾਸਾਂ ਕਰ ਦਾਤ ਮਹਾਰਾਜ ਮੇਰੀ ਝੋਲੀ ਚ ਪੈ ਜੇ ਮਹਾਰਾਜ ਮਰਨਾ ਤਾਂ ਹੈ ਲੋਕਾਂ ਨੇ ਕਹਿਣਾ ਮਰਿਆ ਹੀ ਲੇਟ ਲਿਖਣਗੇ ਨਾ ਅਗੇ ਲੇਟ L A T E ਜਾਂ ਸਵਰਗ ਵਾਸੀ ਜਿਹੜਾ ਸ਼ਹੀਦ ਹੁੰਦਾ ਉਹਦੇ ਅੱਗੇ ਸ਼ਹੀਦ ਡਿਗਰੀ ਲੈ ਕੇ ਜਾ ਕੋਈ ਲੇਟ ਤੇ ਸਾਰੇ ਹੋ ਜਾਣੇ ਆ ਖੁਦਕੁਸ਼ੀ ਕਰ ਲਈ ਤਾਂ ਵੀ ਲੇਟ ਟ੍ਰੇਨ ਥੱਲੇ ਆ ਗਿਆ ਤਾਂ ਵੀ ਲੇਟ ਲਿਖਿਆ ਜਾਣਾ ਨਾ ਅੱਗੇ ਸ਼ਹੀਦ ਨਹੀਂ ਲਿਖਿਆ ਜਾਣਾ ਸ਼ਹੀਦ ਉਹਦੇ ਨਾਂ ਅੱਗੇ ਜਿਹੜਾ ਸ਼ਹੀਦ ਹੋਏਗਾ ਔਰ ਅੱਜ ਇੱਕ ਮਹਾਬਲੀ ਸੂਰਮੇ ਸ਼ਹੀਦ ਦਾ ਜਨਮ ਦਿਨ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਾ ਹੀ ਨਹੀਂ ਕੰਪਲੀਟ ਹੁੰਦਾ ਜਿੰਨਾ ਚਿਰ ਸ਼ਹੀਦ ਨਹੀਂ ਤੁਸੀਂ ਕਹਿੰਦੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਡਿਗਰੀ ਨਾਲ ਲੈ ਕੇ ਚਲੇ ਗਏ ਭਾਈ ਆਹ ਨਹੀਂ ਡਿਗਰੀਆਂ ਕੰਮ ਆਉਣੀਆਂ ਉੱਥੇ ਸ਼ਹੀਦੀ ਦੀ ਡਿਗਰੀ ਲੈ ਕੇ ਗਏ ਸਿਰ ਝੁਕਦਾ ਬਾਬਾ ਦੀਪ ਸਿੰਘ ਜੀ ਨੂੰ ਪੋਵੰਡ ਵਿਖੇ ਉਹਨਾਂ ਦਾ ਜਨਮ ਹੋਇਆ ਸੀ ਸੰਗਤ ਜੀ ਜੀਵਨ ਦੀ ਗਾਥਾ ਤੇ ਹੁਣ ਕਰ ਨਹੀਂ ਸਕਦੇ ਅੰਮ੍ਰਿਤਸਰ ਸਾਹਿਬ ਤੋਂ ਤੁਸੀਂ ਜਾਣੇ ਤਾਂ ਅੱਛਾ ਬਾਬਾ ਦੀਪ ਸਿੰਘ ਜੀ ਨੇ ਲਕੀਰ ਕਿੱਥੇ ਖਿੱਚੀ ਜੀ ਪਤਾ ਕਿਸ ਨੂੰ ਮੈਂ ਹੱਥ ਖੜਾ ਕਰਨ ਲਈ ਕਹਿੰਦੇ ਆ ਉਹਨੂੰ ਪਤਾ ਹੀ ਇੱਕ ਦੋ ਜਣ ਕਿੰਨੂੰ ਨਹੀਂ ਸੀ ਪਤਾ ਹੱਥ ਖੜਾ ਕਰੋ ਮਿਰਜਾ ਸਾਹਿਬਾਂ ਵਾਲੀ ਸਾਖੀ ਸਾਰਿਆਂ ਨੂੰ ਪਤਾ ਸਾਖੀ ਮਿਰਜਾ ਸਾਹਿਬਾਂ ਵਾਲੀ ਸਾਖੀ ਸਾਰਿਆਂ ਨੂੰ ਪਤਾ ਧੰਨ ਭਾਗ ਹੋ ਗਏ ਤੁਹਾਡੇ ਲਕੀਰ ਕਿੱਥੇ ਪਚੀ ਪਤਾ ਪਤਾ ਹੀ ਨਹੀਂ ਕਿ ਲਕੀਰ ਕਿੱਥੇ ਖਿੱਚੀ ਸੀ ਬਾਬਾ ਬਾਬਾ ਦੀਪ ਸਿੰਘ ਜੀ ਨੇ ਤਰਨਤਾਰਨ ਦੇ ਵਿੱਚ ਗੁਰਦੁਆਰਾ ਲਕੀਰ ਸਾਹਿਬ ਬਕਾਇਦਾ ਬਣਿਆ ਹੋਇਆ ਹੈ ਸੀਸ ਕਿੱਥੇ ਕਟਿਆ ਗਿਆ ਸੀ ਹੱਥ ਖੜਾ ਕਰੋ ਜਿੰਨੂੰ ਪਤਾ ਬੋਲਣਾ ਨਹੀਂ ਲਓ ਜੀ ਬਾਬਾ ਦੀਪ ਸਿੰਘ ਜੀ ਦਾ ਦਿਨ ਮਨਾ ਲਓ 10 ਤੋਂ 12 ਹੱਥ ਖੜੇ ਆ ਕਿੱਥੇ ਖੜਾ ਕਿੱਥੇ ਤਾਲਾ ਸਾਹਿਬ ਉਸ ਸਥਾਨ ਦਾ ਨਾਮ ਹੈ ਉਹ ਭੈਣ ਉਸ ਇਲਾਕੇ ਦੀ ਲੱਗਦੀ ਜਿਹੜੇ ਉਹਨੇ ਹੱਥ ਖੜਾ ਕੀਤਾ ਕਿਉਂ ਪੁੱਤ ਉੱਥੋਂ ਆਈ ਹੈ ਬੋਲੋ ਹਾਂ ਉਸ ਇਲਾਕੇ ਦੀ ਹੈ ਤਾਹਲਾ ਸਾਬਸਥਾਨ ਹੈ ਦਰਸ਼ਨ ਕਰਿਓ ਜਾ ਕੇ ਯਾਦ ਰੱਖਿਓ ਜੇ ਤੇ ਤੁਸੀਂ ਸਹੀ ਮੈਨੇਚ ਖਾਲਸਾ ਕੈਂਪ ਅਟੈਂਡ ਕਰ ਲਿਆ ਫਿਰ ਤੇ ਤੁਹਾਡੇ ਘਰਾਂ ਦੇ ਟੀਵੀ ਦੇ ਰਿਮੋਟ ਗਵਾਜ ਜਾਣਗੇ ਟੰਗੇ ਰਹਿ ਜਾਣੇ ਟੀਵੀ ਉੱਥੇ ਹੀ ਤੇ ਜੇ ਇੱਥੇ ਵੀ ਪਖੰਡ ਕਰਨ ਆਏ ਫਿਰ ਘਰੇ ਜਾ ਕੇ ਫਿਲਮਾਂ ਹੀ ਲਾ ਲਿਓ ਕਿਉਂਕਿ ਤੁਹਾਡਾ ਰੋਲ ਮਾਡਲ ਬਾਬਾ ਦੀਪ ਸਿੰਘ ਜੀ ਨਹੀਂ ਆ ਤੁਹਾਡਾ ਰੋਲ ਮਾਡਲ ਸਲਮਾਨ ਖਾਨ ਹੈ ਮਾਫ ਕਰਨਾ ਜੇ ਹੁਣੇ ਉਹਦੇ ਬਾਰੇ ਕੁਝ ਪੁੱਛ ਲਾਂ ਤੇ ਹੱਥ ਜਾਦੇ ਖੜੇ ਹੋ ਜਾਣੇ। ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਾ ਸੀ ਗੁਰਦੁਆਰਾ ਟਾਹਲਾ ਸਾਹਿਬ ਵਾਲੇ ਥਾਂ ਤੇ ਤੇ ਭੇਟ ਕਿੱਥੇ ਕੀਤਾ ਜਾ ਕੇ? ਮਾਸ਼ਾਅੱਲਾਹ ਦਰਬਾਰ ਸਾਹਿਬ ਟਾਹਲਾ ਸਾਹਿਬ ਤੇ ਦਰਬਾਰ ਸਾਹਿਬ 'ਚ ਫਰਕ ਕਿੰਨਾ ਹੈ? 7 ਕਿਲੋਮੀਟਰ ਕਹਿ ਰਹੇ ਵੀਰ। 7 ਕਿਲੋਮੀਟਰ ਤੇ ਇਦਾਂ ਨਹੀਂ ਤੁਰਿਆ ਜਾਣਾ ਸਾਡੇ ਕੋ। 7 ਕਿਲੋਮੀਟਰ ਐਂਦਾ ਨਹੀਂ ਤੁਰਿਆ ਜਾਣਾ ਸਾਡੇ ਕੋਲੋਂ ਕਿੱਦਾਂ ਤੁਰੇ ਸੀਗੇ ਚੇਤਾ ਤੇ ਦੁਸ਼ਮਣ ਕੀ ਕਰਕੇ ਅੱਖ ਖਲੋਤਾ ਸੀਗਾ ਕਿ ਲੰਘ ਜੋ ਬਾਬਾ ਜੀ ਖੰਡਾ ਚਲਾਉਂਦੇ ਸਿੱਧਾ ਰਾਹ ਨਹੀਂ ਐ ਸੋਚੋ ਕਿੰਨੇ ਕਿਲੋਮੀਟਰ ਉਹਨਾਂ ਨੂੰ ਜੰਗ ਕਰਦੇ ਆ ਪੰਡਾ ਤੈਹ ਕਰਨਾ ਇਹ ਤਾਂ ਸਿਰਫ ਕਲਗੀਧਰ ਜੀ ਜਾਣਦੇ ਜਾਂ ਬਾਬਾ ਦੀਪ ਸਿੰਘ ਜੀ ਜਾਣਦੇ ਕਿ ਕਿੰਨੇ ਕਿਲੋਮੀਟਰ ਉਹਨਾਂ ਨੇ ਉਹ ਪੰਡਾ ਸੀਸ ਤਲੀ ਤੇ ਰੱਖ ਕੇ ਕੀਤਾ ਸੰਗਤ ਜੀ ਕਿੱਧਰ ਨੂੰ ਤੁਰ ਪਏ ਸੀ ਫਿਰ ਸੰਸਕਾਰ ਕਿੱਥੇ ਹੋਇਆ ਔਰ ਤੁਹਾਨੂੰ ਪਤਾ ਹੈ ਜੋ ਦਾਸ ਦਾ ਅੰਦਾਜ਼ਾ ਹੈ ਜੇ ਦਰਬਾਰ ਸਾਹਿਬ ਤੋਂ ਬਾਅਦ ਵਿੱਚ ਦੁਨੀਆ 'ਚ ਕਿਸੇ ਵੀ ਸਥਾਨ ਤੇ ਸਭ ਤੋਂ ਵੱਧ ਮੱਥਾ ਟੇਕਦਾ ਹੈ ਤੇ ਉਹ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਥਾਨ ਹੈ ਇੰਨਾ ਸੰਗਤ ਉਹਨਾਂ ਨੂੰ ਪਿਆਰ ਕਰਦੀ ਐ ਪਰ ਦੁੱਖ ਉਹਦੋਂ ਹੁੰਦਾ ਐ ਜਦੋਂ ਮੱਥਾ ਟੇਕ ਕੇ ਜਾਂਦੇ ਵੀ ਐ ਉਦਾਂ ਹੀ ਤੇ ਨਿਕਲ ਵੀ ਉਦਾਂ ਹੀ ਆਉਂਦੇ ਐ ਇਹ ਤੇ ਫਿਰ ਉਹੀ ਗੱਲ ਹੋ ਗਈ ਦਰਬਾਰ ਸਾਹਿਬ ਵਾਲੇ ਸਰੋਵਰ ਚ ਕਾਲਾ ਹੀ ਕੰਮ ਵੜੇ ਤੇ ਕਾਲਾ ਹੀ ਬਾਹਰ ਨਿਕਲ ਆਵੇ ਫਿਰ ਬਣਨਾ ਹੀ ਦਰਬਾਰ ਸਾਹਿਬ ਉੱਥੇ ਜੇ ਕਾਲਾ ਹੀ ਕੰਮ ਵੜਦਾ ਤੇ ਕਾਲਾ ਨਿਕਲ ਹੁੰਦਾ ਕੀ ਹੋਇਆ ਇਹ ਕਾਲਾ ਵੜਿਆ ਤੇ ਜਿਹੜਾ ਪਾਈ ਇੱਕ ਵਾਰੀ ਗੁਰਦੁਆਰਾ ਸਾਹਿਬ ਵੜ ਜੇ ਉਹ ਚਿੱਟਾ ਹੋ ਕੇ ਨਿਕਲਣਾ ਚਾਹੀਦਾ ਕੌਣ ਕੌਣ ਗਿਆ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਥਾਨ ਤੇ ਪਾਗਾਾਂ ਵਾਲੇ ਹੋ ਤੇ ਕਿੰਨੂ ਕਿੰਨੂ ਲੱਗਦਾ ਬਾਬਾ ਦੀਪ ਸਿੰਘ ਜੀ ਨੂੰ ਰੀਲੀ ਫਾਲੋ ਕਰਦਾ ਹੈ ਕਿੰਨੂ ਕਿੰਨੂ ਲੱਗਦਾ ਬਾਬਾ ਦੀਪ ਸਿੰਘ ਜੀ ਨੂੰ ਰੀਲੀ ਫਾਲੋ ਕਰਦਾ ਦੱਸੋ ਹੱਥ ਕਿਹੜਾ ਕਰੋ ਮੰਦ ਪਾਗੇ ਹਾਂ ਅਸੀਂ ਹੱਥ ਖੜੇ ਨਹੀਂ ਹੋਏ ਵੇਖ ਲਓ ਬਾਣਾ ਤੇ ਬਾਣੀ ਬਾਬਾ ਦੀਪ ਸਿੰਘ ਜੀ ਕਿੰਨੇ ਜਪ ਜੀ ਸਾਖ ਕਰਦੇ ਹੁੰਦੇ ਸੀ ਰੋਜ਼ 101 5 ਕਹਿ ਤਾ ਭੈਣ ਨੇ ਇੰਨੀ ਕਿੰਨਤੀ ਹੈ ਕਿਉਂ ਜੀ ਕਿੰਨੇ ਸੀ ਚਲੋ 100 ਲਾ ਲੋ ਆਪਸੇ ਸੌਖਾ ਜਿਹਾ ਸੰਤ ਮੈਂ ਫਾਲੋਅਰ ਆਫ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਪਾਠ ਕਰਦੇ ਮੰਨ ਲਓ 100 ਮੈਂ ਕਿੰਨੇ ਕਰਦਾ ਇੱਕ ਵੀ ਇੱਕ ਵੀ ਪੂਰਾ ਨਹੀਂ ਇੱਕ ਵੀ ਸਮਝ ਰਹੇ ਤੁਸੀਂ ਇੱਕ ਵੀ ਮਾਫ ਕਰਨਾ ਕੋਈ ਗਾਵੇ ਰਾਗੀ ਨਾ ਦੀ ਢੀ ਵੇਦੀ ਵੋ ਭਾਂਤ ਕਰ ਨਹੀਂ ਹਰ ਰਪੀ ਜੇ ਰਾਮ ਰਾਜੇ ਉਦਾਂ ਹੀ ਜਵਜੀ ਸਾਹਿਬ ਹੁੰਦਾ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਸਹੀ ਸ਼ਰਧਾਂਜਲੀ ਸ਼ਹੀਦਾਂ ਦੇ ਜਾ ਕੇ ਨਹੀਂ ਦਿੱਤੀ ਜਾਣੀ ਇੱਥੇ ਹੀ ਇੱਕ ਵਾਰੀ ਯਾਦ ਕਰਕੇ ਤੇ ਜਵਜੀ ਸਾਹਿਬ ਕਰਨ ਬਹਿ ਜਾ ਦੇ ਲੋ ਬਾਬਾ ਦੀਪ ਸਿੰਘ ਇੱਥੇ ਹੀ ਆ ਜਾਣਾ ਬਾਬਾ ਦੀਪ ਸਿੰਘ ਜੀ ਨੇ ਇੱਥੇ ਹੀ ਆ ਜਾਣਾ ਇਹ ਅਰਬ ਕੰਟਰੀਆਂ ਦੀ ਗੱਲ ਹੈ ਉੱਥੇ ਇੱਕ ਸਿੱਖ ਸੀਗਾ ਕੇਸ ਉਹਨੇ ਕਟਾਏ ਸੀ ਪਰ ਸੇਵਾ ਬਹੁਤ ਕਰਦਾ ਸੀ ਸ਼ਹੀਦਾਂ ਦੇ ਉਹ ਚਲੇ ਗਿਆ ਤੁਸੀਂ ਸੁਣੀ ਹੋਏਗੀ ਸ਼ਾਇਦ ਭਾਈ ਪਰਮਜੀਤ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਸੁਣਾਈ ਸੀ ਲੰਮਾ ਸਮਾਂ ਪਹਿਲਾਂ ਉਹਦੀ ਜ਼ਿੰਦਗੀ 'ਚ ਕੋਈ ਔਕੜ ਆ ਗਈ ਜਦੋਂ ਔਕੜ ਆ ਗਈ ਤਾਂ ਅੱਜ ਕੱਲ੍ਹ ਖਬਰਾਂ ਪਿੱਛੇ ਆਉਂਦੇ ਜੀ ਆਹ ਬਾਬਾ ਆਓ ਬਾਬਾ ਬਾਬਾ ਹੱਥ ਦਿਖਾਓ ਆ ਕਰੋ ਆ ਕਰੋ ਆਪਾ ਕਰਾ ਲਓ ਆਪਣੇ ਉਹ ਇੱਕ ਬਾਬੇ ਕੋਲ ਗਿਆ ਉਹ ਮੁਸਲਮਾਨ ਸੀਗਾ ਬਾਬੇ ਨੂੰ ਕਹਿੰਦਾ ਮੇਰੀ ਇਹ ਤਕਲੀਫਾ ਬਾਬਾ ਕਹਿੰਦਾ ਜਾ ਤੂੰ ਫੇਰ ਕਿਸ ਦੇਣ ਆਈ ਬਾਬੇ ਨੇ ਤੋਰ ਦਿੱਤਾ ਉਹ ਹੁਣ 100 150 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਗਿਆ ਹੀ ਵਾਪਸ ਆ ਗਿਆ ਫਿਰ 2-4 ਦਿਨ ਲੰਘੇ ਫਿਰ ਬਾਬੇ ਕੋਲ ਗਿਆ ਬਾਬਾ ਫਿਰ ਕਹਿੰਦਾ ਫਿਰ ਥੋੜੇ ਦਿਨਾਂ ਬਾਅਦ ਆਈ ਫਿਰ ਵਾਪਸ ਚਲਾ ਗਿਆ ਕਹਿੰਦਾ ਯਾਰ ਚੰਗੀ ਗੱਲ ਆ ਬਾਬਾ ਉਪਾਅ ਹੀ ਨਹੀਂ ਕਰਦਾ ਦੋ ਢੇੜੇ ਵੱਜ ਗਏ ਇੰਨੀ ਇੰਨੀ ਦੂਰ ਇੱਕ ਦਿਨ ਫੇਰ ਗਿਆ ਫੇਰ ਗਿਆ ਤੇ ਉਹ ਕਹਿੰਦਾ ਬਾਬਾ ਜੀ ਮੈਂ ਇੰਨੇ ਢੇੜੇ ਲਾ ਲੇ ਮੇਰਾ ਕੋਈ ਹੱਲ ਕਰੋ ਕਹਿੰਦਾ ਮੈਂ ਤੇਰਾ ਕੀ ਹੱਲ ਕਰਾਂ ਮੈਨੂੰ ਤੇ ਤੇਰੇ ਤੋਂ ਡਰ ਲੱਗਦਾ ਤੇਰੇ ਪਿੱਛੇ ਤੇ ਕਤਲੀ ਤੇ ਸਿਰ ਹੱਥ ਰੱਖ ਕੇ ਖਲੋਤਾ ਹੋਇਆ ਖੰਡਾ ਫੜਿਆ ਦੱਸੋ ਬਾਬਾ ਦੀਪ ਸਿੰਘ ਜੀ ਉਹਨੂੰ ਤੇ ਮੂਰਖ ਨੂੰ ਮੇਰੇ ਵਰਗੇ ਨੂੰ ਦਿਖਾਈ ਨਾ ਦਿੱਤੇ ਤੇ ਜਿਹੜਾ ਨਜੂਮੀ ਬੈਠਾ ਉਹਨੂੰ ਦਿਖਾਈ ਦੇ ਜਾਂਦੇ ਵੇਖੋ ਉਹ ਕਹਿੰਦਾ ਹੱਥ ਜੋੜੇ ਉਸ ਉਹਨੂੰ ਵੀ ਸ਼ਰਮ ਆਈ ਆਇਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੁੜ ਕੇ ਮੇਰ ਤੋਂ ਗਲਤੀ ਹੋ ਗਈ ਗਲਤੀ ਤਾਂ ਹੋ ਜਾਂਦੀ ਹੈ ਸੰਗਤ ਜੀ ਪਰ ਗਲਤੀ ਦਾ ਪਛਤਾਵਾ ਕਰਨਾ ਇੰਪੋਰਟੈਂਟ ਹੈ ਅਸੀਂ ਗਲਤੀਆਂ ਕਰ ਬੈਠੇ ਹਾਂ ਦਾਸ ਦੀ 44 ਸਾਲ ਦੀ ਦੁਨਿਆਵੀ ਉਮਰ ਹੈ ਇੱਕ ਇੱਕ ਪਲ ਗਲਤੀ ਨਾ ਭਰਿਆ ਹੈ ਪਰ ਆਸ ਏ ਕੀ ਹੈ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰ ਗਲਤ ਨਾ ਭਰਿਆ ਓਹੀ ਗੱਲ ਸਤਗੁਰ ਤੇਰੀ ਆਸ ਆਇਆ ਮਹਾਰਾਜ ਸਾਨੂੰ ਧਿਰ ਤੋਂ ਹੀ ਆਸ ਹੈ ਇੱਕ ਹੀ ਆਸ ਹੈ ਅਜੇ ਦੁਨੀਆ ਤੋਂ ਆਸਾਂ ਰੱਖ ਲੈਣੇ ਵਿੱਚ ਆ ਵੀ ਮੇਰਾ ਦੋਸਤ ਆ ਪਰਿਵਾਰ ਤੋਂ ਦੋਸਤ ਤੋਂ ਮਿੱਤਰਾਂ ਤੋਂ ਸਮਾਜ ਤੋਂ ਆਸ ਰੱਖ ਲੈਣੇ ਜਿੱਦਣ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਅਰਜਣ ਨੂੰ ਸਿਰਫ ਅੱਖ ਦਿਖਦੀ ਹੀ ਮੱਛੀ ਦੀ ਸਾਡਾ ਫੋਕਸ ਸਿਰਫ ਗੁਰੂ ਸਾਹਿਬ ਰਹਿ ਗਏ ਉਸ ਦਿਨ ਫਿਰ ਅਸੀਂ ਉਹਨਾਂ ਦੇ ਦਰ ਤੇ ਪਰਵਾਣ ਹੋ ਜਾਣਾ ਫਿਰ ਜਿੰਦੇ ਹੀ ਅਸੀਂ ਮਰਦਾ ਹੋ ਜਾਣਾ ਫਿਰ ਮਰਦਾ ਹੋਏ ਮਰੀਦ ਨੇ ਗੱਲੀ ਹੋਵਣਾ ਵਾਲੀ ਖੇਡ ਸਾਡੇ ਤੇ ਵਾਪਰ ਜਾਣੀ ਏ ਸੀਗੇ ਸਿੱਖ ਜਿਹੜੇ ਇਹ ਕੌਤਕ ਵਰਤਉਂਦੇ ਸੀ ਚਾਹੇ ਮੋਰਚੇ ਲੱਗਣੇ ਸੀ ਠੀਕ ਹੈ ਸੰਗਤ ਜੀ ਦੂਜੇ ਮੋਰਚਾ ਮੈਨੂੰ ਲੱਗਦਾ ਅਜ ਸਮਾਂ ਕਿੰਨੇ ਵਜੇ ਤੱਕ ਸਮਾਂ ਹੋਏ ਗੁਰੂ ਗੁਰੂ ਕੇ ਬਾਗ ਦੇ ਮੋਰਚੇ ਦੀ ਸੰਖੇਪ ਜੀ ਗੱਲ ਕਰ ਲੈਂਦੇ ਸੁ ਸੰਗਤ ਜੀ ساکਨਨ ਕਾਣਾ ਸਾਹਿਬ ਜੀ ਦੀ ਸਾਂਝ ਪੈ ਗਈ ਚਾਬੀਆਂ ਵਾਲੇ ਮੋਰਚੇ ਦੀ ਸਾਂਝ ਪੈ ਗਈ ਗੁਰੂ ਕੇ ਬਾਗ ਦੇ ਮੋਰਚੇ ਦੀ ਬਹੁਤ ਸੰਖੇਪ ਸਾਂਝ ਪਾਉਣੀ ਹੈ ਤੁਹਾਡੇ ਨਾਲ ਗੁਰੂ ਕਾ ਬਾਗ ਕਿੱਥੇ ਹੈ ਜੀ ਅੰਮ੍ਰਿਤਸਰ ਜ਼ਿਲ੍ਹਾ ਹੈ ਅਜਨਾਲੇ ਵੱਲ ਨੂੰ ਜੋ ਤੁਸੀਂ ਜਾਣਦੇ ਹੋ ਨਾ ਤੇ ਉੱਥੋਂ ਸੱਜੇ ਹੱਥ ਸੜਕ ਮੁੜਦੀ ਫਤਿਹਗੜ ਚੂੜੀਆਂ ਵੱਲ ਨੂੰ ਉਹਦੇ ਉੱਤੇ ਪਿੰਡ ਆਉਂਦਾ ਹੈ ਕੁੱਕੇਵਾਲੀ ਕੁੱਕੇਵਾਲੀ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਉੱਥੇ ਗਏ ਸਨ ਇਹਨਾਂ ਦੇ ਨਾਲ ਸੀ ਰਾਜਾ ਹਰੀ ਚੰਦ ਇਤਿਹਾਸ ਹਰੀਚੰਦ ਕਹਿੰਦਾ ਵੈਸੇ ਰਾਜਾ ਹਰੀਚੰਦ ਨਹੀਂ ਸੀ ਮੰਡੀ ਦਾ ਰਾਜਾ ਕਹਿੰਦੇ ਆ ਇਸ ਕਰਕੇ ਅੱਜ ਮੈਂ ਹੁਣ ਨਾਂ ਲਿਹਾਉਣਾ ਭੁੱਲ ਗਿਆ ਪਰ ਹਰੀਚੰਦ ਨਹੀਂ ਹੈ ਜੀ ਰਾਜਾ ਠੀਕ ਹੈ ਜੀ ਨੋਟ ਜ਼ਰੂਰ ਕਰਨਾ ਉਸ ਵੀਡੀਓ ਚ ਸ਼ਾਇਦ ਮੈਂ ਗੱਲ ਕੀਤੀ ਹੋਈ ਹੈ ਵੀਡੀਓ ਜੋ ਮਾਰਾ ਨੇ ਬਣਵਾਈ ਸੀ ਉਸ ਸਥਾਨ ਦੀ ਰਾਜਾ ਦਰਬਾਰ ਸਾਹਿਬ ਆਇਆ ਕਲਗੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਬਾਣੀ ਚੱਲਦੀ ਸੀ ਲੇਖ ਨ ਮਿਟਹੀ ਏ ਸਖੀ ਜੋ ਲਿਖਿਆ ਕਰਤਾਰ ਪ੍ਰਸ਼ਨ ਆ ਗਿਆ ਕਹਿੰਦਾ ਗੁਰੂ ਸਾਹਿਬ ਜੀ ਜੇ ਲੇਖ ਮਿਟਣਾ ਹੀ ਨਹੀਂ ਤੁਹਾਡੇ ਦਰਸ਼ਨ ਕਰਕੇ ਤਾਂ ਫਿਰ ਫਾਇਦਾ ਕੀ ਹੋਇਆ ਤੁਹਾਡੇ ਦਰਸ਼ਨਾਂ ਦਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਜਵਾਬ ਦੇਵਾਂਗੇ ਅਗਲੇ ਦਿਨ ਗੁਰੂ ਸਾਹਿਬ ਘੋੜੇ ਤੇ ਲੈ ਕੇ ਚਲੇ ਗਏ ਉਹਨੂੰ ਉਹਨੂੰ ਸ਼ਿਕਾਰ ਖੇਡਣ ਮੈਂ ਛੋਟ ਗੱਲ ਕਰਾਂ ਇੱਥੇ ਜਾ ਕੇ ਰਾਜਾ ਥੱਕ ਕੇ ਸੌਂ ਗਿਆ ਸੀ ਰਾਜੇ ਨੂੰ ਗੁਰੂ ਸਾਹਿਬ ਜੀ ਨੇ ਸੁਪਨੇ 'ਚ ਉਹਦਾ ਇੱਕ ਜਨਮ ਪੂਰਾ ਦਿਖਾਇਆ ਔਰ ਉਹ ਬਤੀਤ ਹੋ ਗਿਆ ਸੀ ਜਿਹੜਾ ਉਹਨੇ ਗਰੀਬੀ ਦਾ ਜਨਮ ਕੱਢਣਾ ਸੀ ਲੰਮੀ ਸਾਖੀ ਨੂੰ ਮੈਂ ਛੋਟੀ ਇਸ ਕਰਕੇ ਕਰ ਰਿਹਾ ਫੇਰ ਉਸ ਨੂੰ ਸਮਝਾਇਆ ਸੀ ਕਿ ਗੁਰੂ ਦੇ ਦਰਸ਼ਨ ਕਰਕੇ ਲੇਖ ਮਿਟਦੇ ਹਨ ਭਾਈ ਗੁਰੂ ਦੇ ਦਰਸ਼ਨ ਕਰਕੇ ਲੇਖ ਮਿਟਦੇ ਹਨ ਇੱਕ ਸਿੰਘ ਟ੍ਰੇਨ ਦੇ ਉੱਤੇ ਰੋਜ਼ ਜੌਬ ਕਰਨ ਜਾਂਦੇ ਸੀ ਰਈਆ ਮੋੜ ਦੇ ਰਹਿਣ ਵਾਲੇ ਸੀ ਟ੍ਰੇਨ 'ਚ ਬੈ ਕੇ ਵੀ ਚੌਂਕੜਾ ਤੇ ਸਿਮਰਨ ਟ੍ਰੇਨ 'ਚ ਬੈ ਕੇ ਵੀ ਚੌਂਕੜਾ ਤੇ ਸਿਮਰਨ ਇੱਕ ਦਿਨ ਜੌਬ ਤੇ ਜਾ ਰਿਹਾ ਧਿਆਨ ਨਹੀਂ ਲੱਗ ਰਿਹਾ ਧਿਆਨ ਦੇ ਵਿੱਚ ਬਾਰ ਬਾਰ ਕੀ ਆ ਰਿਹਾ ਹੈ ਦੋ ਬੇਟੇ ਹਨ ਉਹਨਾਂ ਦੇ ਛੋਟੇ ਬੇਟੇ ਦੀਆਂ ਲੱਤਾਂ ਕਟੀਆਂ ਗਈਆਂ ਜਦੋਂ ਸਿਮਰਨ 'ਚ ਬੈਠਦੇ ਹਨ ਧਿਆਨ ਚਾਹੀ ਜਾਂਦਾ ਛੋਟੇ ਬੱਚੇ ਦੀਆਂ ਲੱਤਾਂ ਕਟੀਆਂ ਗਈਆਂ ਫੋਨ ਤੇ ਹੁੰਦੇ ਨਹੀਂ ਸੀ ਉਹਨਾਂ ਜਵਾਨਿਆਂ 'ਚ ਹੁਣ ਜੋਬ ਤੇ ਗਏ ਕਿਉਂਕਿ ਪਤਾ ਉਦੋਂ ਉਦੋਂ ਹੀ ਲੱਗਦਾ ਸੀ ਜੇ ਘਰੇ ਆਉਂਦੇ ਆ ਘਰੇ ਆਏ ਤੇ ਪਤਾ ਲੱਗਾ ਸਕੂਟਰ ਤੋਂ ਡਿੱਗ ਕੇ ਦੋਵੇਂ ਪੈਰ ਰਗੜੇ ਗਏ ਉਦੋਂ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਨੇ ਅਸਲੀਅਤ ਸੁਪਨੇ ਦਿਖਾ ਦਿੱਤੀ ਤੇਰੇ ਪੁੱਤ ਦੀਆਂ ਲੱਤਾਂ ਕੱਟੀਆਂ ਜਾਣੀਆਂ ਸੀ ਬਚ ਗਿਆ ਸਿਮਰਨ ਕਰਕੇ ਤੇਰਾ ਪੁੱਤ ਭਾਈ ਗੁਰੂ ਸਿਰਫ ਸੂਲੀ ਤੋਂ ਸੂਲ ਬਣਾ ਦਿੰਦਾ ਹੈ ਭਾਈ ਗੁਰੂ ਸੂਲੀ ਤੋਂ ਅਸੀਂ ਤੁਹਾਨੂੰ ਲੱਗਦਾ ਹੈ ਨਾ ਅੱਜ ਕਿੰਨੇ ਅਸੀਂ ਦੁਖੀ ਆਂ ਨਾ ਅੰਮ੍ਰਿਤ ਛਕਿਆ ਹੁੰਦਾ ਤੇ ਸ਼ਾਇਦ ਤੁਸੀਂ ਇਹ ਤੋਂ 1000 ਗੁਣਾ ਵੱਧ ਦੁਖੀ ਹੁੰਦੇ ਇਹ ਤੇ ਗੁਰੂ ਜਾਣਦਾ ਕਿਹੜਾ ਕਿਹੜਾ ਦੁੱਖ ਉਹ ਆਪਣੇ ਤੇ ਲੈ ਰਿਹਾ ਤੇ ਕਿਹੜਾ ਕਿਹੜਾ ਦੁੱਖ ਤੁਹਾਡਾ ਘਟ ਰਿਹਾ ਅਸੀਂ ਤਾਂ ਕੰਪਲੇਨ ਕਰ ਹੀ ਜਾਣਾ ਸਾਡਾ ਤੇ ਜਨਮ ਹੀ ਕੰਪਲੇਨ ਕਰਨ ਲਈ ਹੋਇਆ ਕਿੰਨੀ ਵਾਰੀ ਅਸੀਂ ਧੰਨਵਾਦ ਕਰਦੇ ਗੁਰੂ ਦਾ ਉਸ ਤੋਂ ਹਜ਼ਾਰਾਂ ਗੁਣਾ ਵਾਰੀ ਅਸੀਂ ਗੁਰੂ ਦੇ ਨਾਲ ਇਤਰਾਜ਼ ਜ਼ਾਹਰ ਕਰਦੇ ਚਲੋ ਇੱਥੇ ਦਾ ਮਹੰਤ ਸੀ ਸੁੰਦਰਦਾਸ ਦੂਜੇ ਮਹੰਤਾਂਵਾਦ ਇਹਦਾ ਵੀ ਜੀਵਨ ਡਿੱਗਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ 136 ਕਿੱਲੇ ਜ਼ਮੀਨ ਇਸ ਗੁਰਦਵਾਰ ਸਾਹਿਬ ਜੀ ਦੇ ਨਾਮ ਲਵਾਈ ਸੀ ਮਾਫ ਕਰਨਾ ਇੱਕ ਗੱਲ ਭੁੱਲ ਗਿਆ ਨੌਵੇਂ ਪਾਤਸ਼ਾਹ ਧੰਤਨ ਸਿਰਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੀ ਚਰਨ ਇਸ ਸਥਾਨ ਤੇ ਪਏ ਹਨ ਜੇ ਕਦੇ ਜਾਓ ਤੁਸੀਂ ਗੁਰੂ ਕੇ ਬਾਗ ਇੱਕ ਬੜਾ ਵੱਡਾ ਸਰੋਵਰ ਹੈ ਇੱਕ ਪਾਸੇ ਨੌਵੇਂ ਪਾਤਸ਼ਾਹ ਦਾ ਸਥਾਨ ਹੈ ਇੱਕ ਪਾਸੇ ਪੰਜਵੇਂ ਪਾਤਸ਼ਾਹ ਦਾ ਮਸਿਆ ਉੱਥੇ ਬਹੁਤ ਭਰਦੀ ਹੈ ਬਹੁਤ ਭਾਰੀ ਮੰਨਤਾ ਵਾਲਾ ਸਥਾਨ ਹੈ ਉਸ ਇਲਾਕੇ ਦੇ ਵਿੱਚ ਗੁਰੂ ਕਾ ਬਾਗ ਉਹਨੂੰ ਰੋੜਾਂ ਵਾਲੀ ਰੋੜਾਂ ਵਾਲੀ ਕਹਿੰਦੇ ਸੀ ਇਸ ਪਿੰਡ ਨੂੰ ਰੋੜ ਜੇ ਸੀ ਪੱਥਰ ਪਿੰਡ ਆਬਾਦ ਨਹੀਂ ਸੀ ਇਲਾਕਾ ਨੌਵੇਂ ਪਾਤਸ਼ਾਹ ਨੇ ਇੱਥੇ ਬਾਗ ਲਵਾਇਆ ਸੀ ਇਸ ਕਰਕੇ ਇਹਦਾ ਨਾਂ ਗੁਰੂ ਕਾ ਬਾਗ ਪਿਆ ਮਹਾਰਾਜਾ ਰਣਜੀਤ ਸਿੰਘ ਨੇ ਜ਼ਮੀਨ ਲਵਾਈ ਮਹੰਤ ਦਾ ਪ੍ਰਬੰਧ ਹੈ ਮਹੰਤ ਕ੍ਰਪਟ ਹੋ ਗਿਆ ਮਹੰਤ ਨੇ ਕਈ ਔਰਤਾਂ ਰੱਖੀਆਂ ਹੋਈਆਂ ਸੀ ਗੁਰੂ ਘਰ ਦੇ ਵਿੱਚ ਜੀਵਨ ਡਿੱਗੇ ਵਾਲਾ ਜਿੰਦਾ ਸੀ ਇੱਕ ਵਾਰ ਫਿਰ ਖਾਲਸਾ ਸਰਦਾਰ ਕਰਤਾਰ ਸਿੰਘ ਛੱਬਰ ਦੀ ਕਮਾਂਡ ਹੇਠ ਆ ਗਏ ਜਦੋਂ ਇੱਥੇ ਆਏ ਤਾਂ ਇਹਨੇ ਮਾਫੀ ਮੰਗ ਲਈ ਆਪਣੀਆਂ ਕਰਤੂਤਾਂ ਦੀ ਮਾਫੀ ਮੰਗ ਲਈ ਉਸ ਵੇਲੇ ਫੈਸਲਾ ਹੋਇਆ ਅੱਜ ਤੋਂ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਥੱਲੇ ਚੱਲੇਗਾ ਸਾਂਭੇਗਾ ਇਹੀ ਠੀਕ ਹੈ ਜੀ ਕਿਉਂ ਕਿਉਂ ਇਹ ਅਮਰਤ ਸ਼ੱਕ ਕੇ ਸਿੰਘ ਸੱਜ ਜਾਏਗਾ ਤੇ ਇੱਕ ਔਰਤ ਨਾਲ ਵਿਆਹ ਕਰਕੇ ਰਹੇਗਾ ਜਿਹੜੀ ਮਰਜ਼ੀ ਔਰਤ ਚੂਜ਼ ਕਰ ਲੇ ਵਿਆਹ ਉਹਦੇ ਨਾਲ ਕਰਕੇ ਇੱਕ ਨਾ ਰਹੇਗਾ ਹੋਰ ਔਰਤਾਂ ਦੇ ਨਾਲ ਇਹ ਸਬੰਧ ਨਹੀਂ ਰੱਖੇਗਾ ਇਨੇ ਇਹ ਵਾਅਦਾ ਕੀਤਾ ਪੰਥ ਦੇ ਨਾਲ ਫਿਰ ਇਹਨੇ ਇੱਕ ਈਸ਼ਰੀ ਨਾਂ ਦੀ ਜਿਹੜੀ ਇਹਦੀ ਔਰਤ ਸੀ ਉਹਨੂੰ ਅੰਮ੍ਰਿਤ ਛਕਾ ਕੇ ਅਕਾਲ ਤਖਤ ਸਾਹਿਬ ਤੋਂ ਇਹਨੇ ਆਪਸ਼ਕਿਆ ਆਪਣਾ ਨਾਂ ਇਹਦਾ ਜੋਗਿੰਦਰ ਸਿੰਘ ਰੱਖਿਆ ਗਿਆ ਔਰ ਬੀਬੀ ਦਾ ਨਾਂ ਗਿਆਨਕੌਰ ਰੱਖਿਆ ਗਿਆ ਔਰ ਇਸ ਨੇ ਮੁੜ ਕੇ ਵਧੀਆ ਪ੍ਰਬੰਧ ਚਲਾਇਆ ਕੁਝ ਮਹੀਨੇ ਠੀਕ ਹੈ ਜੀ ਕੁਝ ਮਹੀਨੇ ਸੁਧਰਾ ਰਿਹਾ ਪਰ ਸਿਆਣੇ ਕਹਿੰਦੇ ਨਾ ਟੇਢੀ ਜਿਹੜੀ ਉਹ 12 ਸਾਲਾਂ ਬਾਅਦ ਵੀ ਟੇਢੀ ਰਹਿੰਦੀ ਵਿਵਚਾਰੀ ਬੰਦਾ ਬਹੁਤ ਗੁਰੂ ਸਾਹਿਬ ਕਿਰਪਾ ਕਰਮ ਤੇ ਬਦਲਦਾ ਹੈ ਨਹੀਂ ਤੇ ਅਪਰਾਧੀ ਦੂਣਾ ਨਿਵੇਂ ਵਾਲੀ ਖੇਡ ਹੀ ਚੱਲਦੀ ਐ ਕਿ ਨਿਮ ਦਾ ਆਪਣੇ ਮਤਲਬ ਲਈ ਹੈ ਹੁਣ ਕੀ ਹੋਇਆ ਸੰਗਤ ਜੀ ਇਹ ਤਰੀਕ ਹੈ ਜੀ ਜਨਵਰੀ 31 1921 ਸਾਕਾ ਨਨਕਾਣਾ ਸਾਹਿਬ ਤੋਂ ਤਕਰੀਬਨ 20 22 ਦਿਨ ਪਹਿਲਾਂ ਇਸ ਨੇ ਮਾਫੀ ਮੰਗੀ ਸੀ ਫਿਰ ਪ੍ਰਬੰਧ ਇਹ ਸਾਮਧਾਰਿਆ ਪਰ ਇਹਨੇ ਜਦੋਂ ਪ੍ਰਬੰਧ ਚ ਵਿਗਾੜ ਕੀਤਾ ਖਾਲਸੇ ਨੇ ਉਸੇ ਸਾਲ ਦੇ ਅਖੀਰ ਚ ਆਣ ਕੇ ਇਹਦੇ ਕੋਲੋਂ ਪ੍ਰਬੰਧ ਫੇਰ ਖੋਲਿਆ ਇਨੂੰ ਉਥੋਂ ਕੱਢ ਦਿੱਤਾ ਗਿਆ ਫੈਸਲਾ ਇਹ ਹੋਇਆ ਇਹਨੂੰ ਮਹੀਨੇ ਦਾ 120 ਰੁਪਏ ਦਿੱਤੇ ਜਾਣਗੇ ਤੇ ਅਮਰਸਰ ਚ ਇਹਨੂੰ ਘਰ ਦਿੱਤਾ ਉੱਥੇ ਰਿਹਾ ਕਰੇਗਾ ਕਿਉਂਕਿ ਮਹੰਤਾਂ ਨੂੰ ਕੱਢਣਾ ਸੌਖਾ ਨਹੀਂ ਸੀ ਲੱਗੇਗਾ ਸਾਨੂੰ ਕਿ ਖਾਲਸੇ ਨੇ ਪੈਸੇ ਕਿਉਂ ਦਿੱਤੇ ਪਰ ਇੰਨਾ ਹੀ ਵੀ ਗੁਰੂ ਘਰ ਦੀ ਸੇਵਾ ਆਪ ਕਰ ਲਈਏ ਚੱਲ ਇਹਨੇ ਤੇ ਦੁਸ਼ਟ ਨੇ ਜੋ ਕਰਨਾ ਉਹ ਹੀ ਕਰਨਾ ਫਿਰ ਇਹਨੇ ਸਰਕਾਰ ਦੇ ਨਾਲ ਰਲ ਕੇ ਖੇਡ ਖੇਡੀ ਸਿੱਖ ਜਦੋਂ ਬਾਲਣ ਲੈਣ ਉਸੇ ਜ਼ਮੀਨ ਚ ਕਿਕਰਾਂ ਕੱਟਣ ਜਾਂਦੇ ਸੀ ਪੰਜ ਸਿੰਘ ਗਏ ਸਰਕਾਰ ਨੇ ਪੰਜਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਮੁਕੱਦਮਾ ਕਰ ਦਿੱਤਾ 6 ਮਹੀਨੇ ਦੀ ਕੈਦ 50000 ਰੁਪਏ ਜੁਰਮਾਨਾ ਅੱਜ ਸਿੰਘ ਗਏ ਅਗਲੇ ਦਿਨ ਪੰਜ ਗਏ ਫੇਰ ਪੰਜ ਫੜ ਲਏ ਅਗਲੇ ਦਿਨ ਪੰਜ ਫੇਰ ਵੱਢਣ ਜਾਂਦੇ ਸਿੱਖ ਰੋਜ਼ ਕਿਕਰਾਂ ਵੱਢਣ ਜਾਂਦੇ ਆ ਸਰਕਾਰ ਰੋਜ਼ ਫੜ ਕੇ ਰੋਜ਼ ਉਹਨਾਂ ਨੂੰ ਜੇਲਾਂ ਚ ਭੇਜ ਦਿੰਦੀ ਹੈ ਸਮਾਂ ਚੱਲਦਾ ਗਿਆ ਸੰਗਤ ਦਾ ਰੋਸ ਵੱਧਦਾ ਗਿਆ ਫਿਰ ਅਕਾਲ ਤਖਤ ਸਾਹਿਬ ਜੀ ਤੋਂ ਜਥੇ ਆਉਣੇ ਸ਼ੁਰੂ ਹੋਏ 50-50 ਜਾਣਿਆਂ ਦਾ ਜਥਾ ਆਉਣਾ ਫਿਰ ਉਹ ਵੀ ਜਥੇ 100-100 ਦੇ ਹੋ ਗਏ ਸੰਗਤ ਜੀ ਇਹਦੀ ਵੀਡੀਓ ਰੀਅਲ ਵੀਡੀਓ ਅੱਜ ਵੀ YouTube ਤੇ ਮਿਲ ਜਾਂਦੀ ਤੁਹਾਡੇ ਚੋਂ ਹੈ ਕੋਈ ਜਿਨੇ ਵੇਖੀ ਹੋਵੇ ਪੰਜ ਛੇ ਹੱਥ ਖੜੇ ਹੋਏ ਆ ਉਹ ਵੀਡੀਓ ਚਲੋ ਜਦੋਂ ਦਾਸ ਨੇ ਗੁਰੂ ਕੇ ਬਾਗ ਵਾਲੀ ਵੀਡੀਓ ਬਣਾਈ ਉਹਦੇ ਵਿੱਚ ਕਲਿੱਪ ਪਾਈ ਸੀ ਇਹ ਇੰਨਾ ਸ਼ਾਂਤਮਈ ਸੀ ਜਦੋਂ ਅਕਾਲ ਤਖਤ ਸਾਹਿਬ ਤੋਂ ਤੁਰਦੇ ਸਨ ਇੱਕ ਹਸਾਬ ਦਾ ਉਹਨਾਂ ਨੂੰ ਕਿਹਾ ਸੌਂ ਜਿਵੇਂ ਖਵਾ ਦਿੱਤੀ ਨਾ ਇਦਾਂ ਕਿਹਾ ਜਾਂਦਾ ਸੀ ਜੋ ਮਰਜ਼ੀ ਹੋ ਜੇ ਸਿਰਫ ਵਾਹਿਗੁਰੂ ਕਹਿਣਾ ਹੱਥ ਨਹੀਂ ਝੁਕਣਾ ਉਥੇ ਨਾ ਇਦਾਂ ਗੋਰੇ ਲੈਣ ਲਾ ਕੇ ਫੌਜ ਖਲੋਤੀ ਹੁੰਦੀ ਸੀ ਪੁਲਿਸ ਉਹਨਾਂ ਦੀ ਸਿੱਖ ਜਾਂਦਾ ਸੀ ਹੱਥ ਐ ਕੀਤੇ ਹੁੰਦੇ ਵਾਹਿਗੁਰੂ ਵਾਹਿਗੁਰੂ ਜਾਂਦਾ ਸੀ ਉਹਨਾਂ ਕੋਲ ਸਮਾਂ ਵਾਲੀਆਂ ਡਾਂਗਾਂ ਹੀ ਠਾ ਦੇਣੀ ਮਾਰਦੇ ਸੀ ਕਿਸੇ ਦੀ ਵੱਖੀ ਚ ਕਿਸੇ ਦੇ ਸਿਰ ਦੇ ਵਿੱਚ ਉਹਨਾਂ ਚਿਰ ਸਿੱਖ ਨੂੰ ਕੁੱਟਦੇ ਸੀ ਜਦੋਂ ਤੱਕ ਉਹ ਬਿਹੋਸ਼ ਨਹੀਂ ਸੀ ਹੋ ਜਾਂਦਾ ਉਹਨਾਂ ਚਿਰ ਸਿੱਖ ਨੂੰ ਕੁੱਟਦੇ ਸੀ ਜਦੋਂ ਤੱਕ ਬੇਹੋਸ਼ ਨਹੀਂ ਹੋ ਜਾਂਦਾ ਵੀਡੀਓ ਤੁਸੀਂ ਦੇਖ ਲਿਓ ਸਾਕਾ ਗੁਰੂ ਕਾ ਬਾਗ ਵਾਲੀ ਵੀਡੀਓ 40 50 ਸਕਿੰਟ ਦੀ ਮਿਲ ਜੇਗੀ ਇਦਾਂ ਦਾ ਵੀ ਸੀਨ ਹੈਗਾ ਕਿ ਪੁਲਿਸ ਨੇ ਡੰਡਾ ਫੜਿਆ ਹੋਇਆ ਜਿੱਦਾਂ ਦਾ ਆਪਾਂ ਜੋ ਦਰਬਾਰ ਸਾਹਿਬ ਜਾਂਦੇ ਰਸਤੇ 'ਚ ਸੰਗਮ ਨੂੰ ਰੋਕਣ ਲਈ ਹੁੰਦਾ ਨਾ ਡੰਡਾ ਇਦਾਂ ਡੰਡਾ ਫੜਿਆ ਹੋਇਆ ਇੱਕ ਸਿੰਘ ਉਹਦੇ ਉੱਤੋਂ ਦੀ ਐ ਜੰਪ ਕਰਦਾ ਓਸੇ ਵੇਲੇ ਉਹਨੂੰ ਕੁੱਟਣ ਲੱਗ ਪੈਂਦੇ ਉੱਥੇ ਹੀ ਕੁੱਟਦੇ ਰਹਿੰਦੇ ਆ ਉਥੋਂ ਦਾ ਸੀਨ ਇੰਨਾ ਦਰਦਨਾਕ ਸੀਗਾ ਕਿ ਜਿਹੜਾ ਸਿੱਖ ਹੁੰਦਾ ਸੀ ਉਹਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਜਾਂਦਾ ਸੀ ਦੋ ਹਸਪਤਾਲ ਸਰਕਾਰ ਨੇ ਸਪੈਸ਼ਲ ਖੋਲੇ ਸੀ ਇੱਕ ਗੁਰੂ ਕੇ ਬਾਗ ਇੱਕ ਅੰਮ੍ਰਿਤਸਰ ਜਿਹੜਾ ਜ਼ਿਆਦਾ ਬੇਹੋਸ਼ ਹੋ ਗਿਆ ਚੱਕ ਕੇ ਅੰਮ੍ਰਿਤਸਰ ਲੈ ਜਾਓ ਦੂਜੇ ਨੂੰ ਗੁਰੂਪੁਰ ਕੇ ਬਾਗ ਪਰ ਆਪਣੀ ਹਰਕਤ ਤੋਂ ਨਹੀਂ ਹਟਣਾ ਜਿਹੜਾ ਸਿੱਖ ਆਇਆ ਕੁੱਟ-ਕੁੱਟ ਕੇ ਬੇਹੋਸ਼ ਤੇ ਉੱਥੇ ਇਹਦੇ ਵਿੱਚ ਇੱਕ ਪਿਓ ਪੁੱਤਰ ਸੀਗੇ ਉਹ ਦੋਵੇਂ ਤਾਂ ਸ਼ਹੀਦ ਹੀ ਹੋ ਗਏ ਸੀ ਕੁੱਟ-ਕੁੱਟ ਖਾਗਾ ਇਹਦੇ ਵਿੱਚ ਜਥਾ ਆ ਰਿਹਾ ਹੈ ਸਿੱਖਾਂ ਦਾ ਸਿੱਧਕ ਵੇਖੋ ਜਥਾ ਆ ਰਿਹਾ ਉਹਦੇ ਵਿੱਚ ਇੱਕ ਪਚੰਗੀ ਆ ਰਿਹਾ ਹੈ ਪਚੰਗੀ ਦਾ ਨਾਮ ਲਿਖਿਆ ਜੀ ਬੰਤਾ ਸਿੰਘ ਰਸਤੇ 'ਚ ਉਹਨੂੰ ਸੱਪ ਲੜ ਗਿਆ ਸੱਪ ਲੜ ਗਿਆ ਸਾਰਾ ਜਥਾ ਕਹਿੰਦਾ ਇਹਨੂੰ ਵਾਪਸ ਭੇਜ ਦਵੋ ਉਹ ਕਹਿੰਦਾ ਜੋ ਮਰਜ਼ੀ ਹੋ ਜੇ ਮੈਂ ਵਾਪਸ ਨਹੀਂ ਜਾਣਾ ਜੋ ਮਰਜ਼ੀ ਹੋ ਜੇ ਮੈਂ ਤੁਹਾਡੇ ਨਾਲ ਅੱਗੇ ਹੀ ਜਾਣਾ ਹੈ ਗੁਰੂ ਕੇ ਬਾਗ ਅਗਲੇ ਪਿੰਡ ਜਾ ਕੇ ਜ਼ਹਿਰ ਜਾਦੀ ਚੜ ਕੇ ਬੇਹੋਸ਼ ਹੋ ਗਿਆ ਜਦੋਂ ਬੇਹੋਸ਼ ਹੋ ਗਿਆ ਫਿਰ ਜਥੇ ਨੇ ਉਹਨੂੰ ਉੱਥੇ ਹੀ ਛੱਡ ਦਿੱਤਾ ਉਸ ਪਿੰਡ ਵਾਲਿਆਂ ਸੇਵਾ ਕੀਤੀ ਗੁਰੂ ਸਾਹਿਬ ਨੇ ਉਹਦੀ ਜ਼ਿੰਦਗੀ ਬਖਸ਼ੀ ਉਹ ਮੁੜ ਕੇ ਰਾਜੀ ਹੋ ਗਿਆ ਸੀ ਇਹ ਸਿੱਧਕ ਵੇਖੋ ਸਿੱਖਾਂ ਦਾ ਸਾਡਾ ਕਿੱਥੇ ਗਿਆ ਸਿੱਧਕ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸਿਰ ਜਾ ਗੱਜ ਕੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸੰਗਤ ਜੀ ਜੇ ਅਸੀਂ ਅਜਿਹੇ ਸੂਰਮਿਆਂ ਦੀਆਂ ਜ਼ਿੰਦਗੀਆਂ ਪੜਾਂਗੇ 9 ਲੱਖ ਤੋਂ ਵੱਧ ਤੁਹਾਡਾ ਸ਼ਹੀਦ ਹੈ ਭਾਈ ਸਾਨੂੰ ਤਾਂ ਨਵਾਂ ਦੇ ਨਾਮ ਹੀ ਨਹੀਂ ਆਉਣੇ ਜੇ ਪੜੋਗੇ ਤੁਹਾਨੂੰ ਡਿਪਰੈਸ਼ਨਾਂ ਨਹੀਂ ਹੋਣਗੀਆਂ ਜ਼ਿੰਦਗੀ 'ਚ ਪੈਂਦੀ ਕਲਾ 'ਚ ਨਹੀਂ ਜਾਓਗੇ ਇਹ ਕਲਗੀਧਰ ਪਿਤਾ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸਮਝ ਕੇ ਦਾਸ ਤੁਹਾਡੇ ਨਾਲ ਵਾਅਦਾ ਕਰ ਰਿਹਾ ਇਤਿਹਾਸ ਗੁਰੂ ਕੇ ਸਿੱਖਾਂ ਦਾ ਪੜ੍ਹ ਲਓ ਆ ਡਿਪਰੈਸ਼ਨਾਂ ਡਿਪਰੂਸ਼ਨਾਂ ਤੁਹਾਡੇ ਲਾਗੇ ਨਹੀਂ ਆਉਣਗੀਆਂ ਚੜਦੀ ਕਲਾ 'ਚ ਰਹੋਗੇ ਤੁਹਾਡਾ ਪੁੱਤਰ ਤੁਹਾਡੇ ਸਾਹਮਣੇ ਮਾਰਿਆ ਜਾਏਗਾ ਤੇ ਉਦੋਂ ਵੀ ਕਲਗੀਧਰ ਰੰਗੂ ਜਕਾਰੇ ਛੱਡੋਗੇ ਨਹੀਂ ਪੜਨਾ ਬਾਣੀ ਨੂੰ ਇਤਿਹਾਸ ਨੂੰ ਨਹੀਂ ਪੜਨਾ ਤੇ ਆ ਕੇ ਗੁਰੂ ਦਾ ਕਸੂਰ ਨਾ ਕੱਢਿਆ ਕਰੋ ਕਸੂਰ ਆਪਣਾ ਸਮਝ ਲਓ ਗੁਰੂ ਨੇ ਜ਼ਿੰਦਗੀ ਦਿੱਤੀ ਸੀ ਇਸ ਕਰਕੇ ਨਹੀਂ ਸੀ ਦਿੱਤੀ ਕਿ ਜਾ ਕੇ ਸੋਸ਼ਲ ਮੀਡੀਆ ਯੂਜ਼ ਕਰੀ ਜਾ ਜਾਂ ਵਿਹਲਾ ਬੈ ਕੇ ਸੱਥਾਂ ਦੇ ਉੱਤੇ ਟਾਈਮ ਪਾਸ ਕਰ ਗੁਰਬਾਣੀ ਮਨ ਦਾ ਥੰਮ ਹੈ ਇਤਿਹਾਸ ਗੁਰੂ ਦਾ ਪ੍ਰੈਕਟੀਕਲ ਕਰਕੇ ਦਿਖਾਇਆ ਜਿਨ੍ਹਾਂ ਨੇ ਬਾਣੀ ਪੜ੍ਹੀ ਆ ਜਿਨ੍ਹਾਂ ਦੀਆਂ ਗੱਲਾਂ ਕਰਦੇ ਆ ਆਪ ਕਰਕੇ ਵੇਖ ਲੈਣੇ ਅੱਜ ਪ੍ਰੈਕਟੀਕਲ ਗੇਮ ਹੀ ਖੇਡਣੀ ਹੈ ਅੱਜ ਖੇਡ ਲਓ ਇੱਕ ਗੇਮ ਆਪਾਂ ਸਾਰੇ ਖਲੋਜ ਨੇ ਡੰਡੇ ਫੜ ਕੇ ਇੱਕ ਸਿੱਖ ਹੁੰਦਾ ਨੂੰ ਕੁੱਟ ਲੈਨੇ ਆ ਸੌਖਾ ਹੈ ਭਾਈ ਕੁੱਟ ਖਾਣੀ ਉਹ ਸੂਰਮੇ ਸੀ ਔਰ ਇੱਕ ਦੋ ਨਹੀਂ ਸੀ ਰੋਜ਼ ਸੌ ਜਾਂਦਾ ਸੀ 5605 ਜਾਨਾ ਗ੍ਰਫਤਾਰ ਕੀਤਾ ਗਿਆ ਕਈ ਮਹੀਨੇ ਮੋਰਚਾ ਚੱਲਦਾ ਰਿਹਾ ਸਿੱਖਾਂ ਨੇ ਆਪਣੀ ਗਿਣਤੀ ਨਹੀਂ ਘਟਣ ਦਿੱਤੀ 100 ਤੋਂ ਇੱਕ ਦਿਨ ਵੀ ਗਿਣਤੀ ਘਟ ਨਹੀਂ ਹੋਈ ਇਹਦੇ ਵਿੱਚ ਮੈਂ ਬਰੀਫ ਗੱਲ ਕਰਨ ਦੀ ਹੁਣ ਕੋਸ਼ਿਸ਼ ਕਰ ਰਿਹਾ ਸੰਗਤ ਜੀ ਇੱਕ ਈਸਾਈ ਪਾਦਰੀ ਐਫਸੀ ਐਂਡਰਿਊਸ ਆਇਆ ਸੀ ਉੱਥੇ ਜਦੋਂ ਇਹ ਦੀ ਸਾਰੇ ਇੰਡੀਆ ਦੇ ਵਿੱਚ ਤੋਂ ਮਚ ਗਈ ਸੀ ਇਹ ਜਿਹੜਾ ਇਹ ਗੁਰੂਕੇ ਬਾਗ ਦਾ ਮੋਰਚਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਚਾਬੀਆਂ ਵਾਲਾ ਮੋਰਚਾ ਉਹਦੇ ਤੇ ਮਹਾਤਮਾ ਗਾਂਧੀ ਨੇ ਕਿਹਾ ਸੀ ਜਿਹੜਾ ਗੋਰਿਆਂ ਦੇ ਰਾਜ ਦੇ ਖਿਲਾਫ ਜਿਹੜੀ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ ਇਹ ਮਹਾਤਮਾ ਗਾਂਧੀ ਦਾ ਬਿਆਨ ਸੀ ਉਹਦੇ ਸਾਨੂੰ ਲੋੜ ਨਹੀਂ ਉਹਦੇ ਬਿਆਨਾਂ ਦੀ ਪਰ ਸਿਰਫ ਤੁਹਾਨੂੰ ਦੱਸ ਰਿਹਾ ਹਾਂ ਇਸੇ ਐਫਸੀ ਇੰਟਰਵਿਊਸ ਆਇਆ ਉਹ ਕਹਿੰਦਾ ਇਸਾਈਆਂ ਦਾ ਇੱਕ ਈਸਾ ਚੜਿਆ ਹੈ ਭਾਈ ਸੂਲੀ ਤੇ ਕਹਿੰਦਾ ਮੈਂ ਆਪਣੀ ਅੱਖਾਂ ਨਾਲ ਸੈਂਕੜੇ ਈਸਾ ਸੂਲੀ ਤੇ ਚੜਦੇ ਵੇਖ ਲਿਆ ਅੱਜ ਕਹਿੰਦਾ ਮੈਂ ਇਦਾਂ ਦਾ ਸਬਰ ਸਬਰ ਤੇ ਸਦਕ ਨਹੀਂ ਵੇਖਿਆ ਕਿ ਵਾਹਿਗੁਰੂ ਵਾਹਿਗੁਰੂ ਬੋਲਦੇ ਜਾਂਦੇ ਕੁੱਟ ਖਾ ਕੇ ਬੇਹੋਸ਼ ਹੋ ਜਾਂਦੇ ਉੱਥੇ ਬੇਹੋਸ਼ ਹੁੰਦੇ ਆ ਉੱਠਦੇ ਆ ਫੇਰ ਤੁਰ ਪੈਂਦੇ ਆ ਉਹ ਸਿੱਖਾਂ ਚ ਜਿੰਨਾ ਚਿਰ ਜਾਣੀ ਤੁਰਦੇ ਹੀ ਲੰਘਿਆ ਨਹੀਂ ਜਾਣਾ ਪੁਲਿਸ ਕੋ ਲੰਘਿਆ ਨਹੀਂ ਜਾਣਾ ਗੱਲ ਸਿਰਫ ਇੰਨੀ ਹੀ ਔਰ ਗੱਲ ਕੀ ਹੈ ਵੇਖੋ ਉਹ ਚਾਬੀਆਂ ਤੋਂ ਸ਼ੁਰੂ ਹੋ ਰਹੀ ਐ ਤੇ ਇੱਧਰ ਕਿੱਥੋਂ ਸ਼ੁਰੂ ਹੋ ਰਹੀ ਲੱਕੜਾਂ ਤੋਂ ਖਾਲਸਾ ਕਹਿੰਦਾ ਲੱਕੜਾਂ ਹੋਰ ਕਿਦੋਂ ਵੱਢ ਲਾਂਗੇ ਨਹੀਂ ਪਾਈਏ ਖਾਲਸੇ ਦੀ ਜ਼ਮੀਨ ਹੈ ਸਰਕਾਰਾਂ ਇੰਟਰਫੇਰੈਂਸ ਕਰਦੀਆਂ ਔਰ ਇੰਟਰਫੇਰੈਂਸ ਅੱਜ ਨਹੀਂ ਹੈਗੀ ਅੱਜ ਨਹੀਂ ਹੈਗੀ ਉਦੋਂ ਦੇ ਸਿੱਖਾਂ ਨੇ ਫਿਰ ਸੰਗਤ ਜੀ ਚਲੋ ਮੈਂ ਇੱਕ ਸਮਾਪਤੀ ਵੱਲ ਆਵਾਂ ਅਖੀਰ ਜਦੋਂ ਇਹਦਾ ਰੌਲਾ ਵੱਧ ਗਿਆ ਜਿਆਦਾ ਤੇ ਅੰਗਰੇਜ਼ ਸਰਕਾਰ ਨੂੰ ਆਪ ਹੀ ਹੱਥਾਂ ਪੈਰਾਂ ਦੀ ਪੈ ਗਈ ਕਿ ਅਸੀਂ ਇਹ ਮੋਰਚਾ ਸਮਾਪਤ ਕਰਨਾ ਹੈ ਉਸ ਵੇਲੇ ਸਰ ਗੰਗਾ ਰਾਮ ਉਹਨਾਂ ਦਾ ਨਾਮ ਹੁੰਦਾ ਹੈ ਲਾਹੌਰ ਦੇ ਰਹਿਣ ਵਾਲੇ ਸੀ ਉਹਨਾਂ ਦੇ ਨਾਂ ਤੇ ਅੱਜ ਵੀ ਲਾਹੌਰ ਚ ਬਹੁਤ ਸਾਰੀਆਂ ਬਿਲਡਿੰਗਸ ਆਈ ਥਿੰਕ ਇੰਸਟੀਚਿਊਟ ਵੀ ਹੈਗੇ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਫਿਰ ਇਹ ਜ਼ਮੀਨ ਸੁੰਦਰਦਾਸ ਕੋਲੋਂ ਠੇਕੇ ਤੇ ਲੈ ਲਈ ਤੇ ਲਿਖ ਕੇ ਦੇ ਦਿੱਤਾ ਕਿ ਮੈਨੂੰ ਪੁਲਿਸ ਦੀ ਵੀ ਲੋੜ ਨਹੀਂ ਤੇ ਸੇਖ ਇਥੋਂ ਲੱਕੜਾਂ ਵੱਢ ਸਕਦੇ ਹਨ ਫਿਰ ਇਹ ਮੋਰਚਾ ਸਮਾਪਤ ਹੋਇਆ ਸੀ ਮੈਂ ਬਹੁਤ ਬਰੀਫ ਗੱਲ ਕੀਤੀ ਮੇਰਾ ਸਮਾਂ ਥੋੜਾ ਵੱਧ ਲੈ ਗਿਆ ਮੈਂ ਨਾਲ ਜੁੜਵੀ ਹੁਣ ਪੰਜਾ ਸਬਜ਼ੀ ਦੀ ਗੱਲ ਕਰ ਲਾਂ ਕਿਉਂਕਿ ਵਿੱਚੇ ਹੀ ਹੋਇਆ ਮਾਫ ਕਰਨਾ ਕੋਈ ਗੱਲ ਨਹੀਂ ਬਾਅਦ ਚ ਜਿੱਦਾਂ ਵੀ ਤੁਹਾਨੂੰ ਮੈਨੂੰ ਹੁਣ ਸਮਝ ਨਹੀਂ ਆ ਰਹੀ ਚਲੋ ਮਹਾਰਾ ਕਿਰਪਾ ਕਰੇ ਹਾਂਜੀ ਇਹਦੇ ਵਿੱਚ ਨਾ ਜਿਹੜੇ ਜਥੇ ਆਉਂਦੇ ਸੀ ਸੰਗਤ ਜੀ ਇੱਕ ਜਥਾ ਆਇਆ ਸੀ 100 ਫੌਜੀਆ ਦਾ ਇਹ ਫੌਜੀ ਜਿਹੜੇ ਆਏ ਸੀ ਨਾ ਇਹਨਾਂ ਨੇ ਗੋਰਿਆਂ ਦੀ ਕਮਾਂਡ ਦੇ ਵਿੱਚ ਜੰਗਾਂ ਲੜੀਆਂ ਸੀ ਜਾ ਕੇ ਵਿਦੇਸ਼ ਦੇ ਵਿੱਚ ਵੀ ਔਰ ਇਹ ਸਾਰੇ ਦੇ ਸਾਰੇ ਫੌਜੀਆ ਨੇ ਮੈਡਲ ਜਿੱਤੇ ਹੋਏ ਸੀ ਗੋਰਿਆਂ ਦੇ ਕੋਲੋਂ ਜਿਸ ਦਿਨ ਇਹ ਅਕਾਲ ਤੱਕ ਸੈਨ ਤੋਂ ਤੁਰੇ ਆ ਇਹਨਾਂ ਨੇ ਫੌਜ ਵਾਲੀ ਵਰਦੀ ਪਾਈ ਹੈ ਤੇ ਬਾਕੀ ਖਾਲਸਾ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਨੋਰਮਲ ਚਾਰਜ ਚ ਦਰਦਾ ਹੀ ਇਹ ਜਿਵੇਂ ਮਾਰਚ ਪ੍ਰੇਡ ਨਹੀਂ ਕਰਦੇ ਫੌਜੀ ਇਹ ਉਧਾਂ ਤੁਰਦੇ ਆਏ 100 ਜਾਣੇ ਇਹ ਜਦੋਂ ਤੁਰਦੇ ਆਏ ਸੰਗਤ ਲਈ ਇੱਕ ਖਾਸ ਅਟਰੈਕਸ਼ਨ ਪੈਦਾ ਹੋਈ ਹਾਰ ਤੱਕ ਇਹਨਾਂ ਨੂੰ ਪਾਏਗੇ ਜਿਉ ਆਇਆ ਕਿਆ ਅੱਜ ਤੇ ਅੱਜ ਕੱਲ ਮੇਰੇ ਵਰਗਾ ਕੋਈ ਪ੍ਰਚਾਰਕ ਚੱਲ ਜਾਂਦਾ ਲੋਕੀ ਹਾਰ ਛੁੱਟੀ ਜਾਂਦੇ ਆ ਇਹ ਤਾਂ ਇਹਦੇ ਪਤਾ ਨਹੀਂ ਇਹਦਾ ਪੜਦੇ ਪੱਛੇ ਜੀਵਨ ਕੀ ਹੈ ਕੱਲ ਨੂੰ ਇਹਨੇ ਕਿੱਥੇ ਜਾ ਕੇ ਖੇ ਖਾਣੀ ਆ ਹਾਰ ਜਾਂ ਤੇ ਸ਼ਹੀਦਾਂ ਤੇ ਪੈ ਸਕਦੇ ਆ ਜੇ ਪੌਣੇ ਆ ਤੇ ਜਾਂ ਜਿਹੜਾ ਪ੍ਰਵਾਣ ਚੜ ਗਿਆ ਚਲੇ ਗਿਆ ਦੁਨੀਆ ਤੋਂ ਪਾ ਲੋ ਪਾਈ ਹਾਰ ਆਹ ਕੀ ਤਰੀਕਾ ਹੋਇਆ ਜ ਨਵੀਂ ਪੰਥ ਦੇ ਪਤਾ ਨਹੀਂ ਇੱਕ ਖੇਖਣ ਤੋਂ ਛਟਕਾਰਾ ਨਹੀਂ ਸਾਡਾ ਸੁੱਖ ਛੁੱਟਦਾ ਨਗਰੇ ਨਵੇਂ ਪੰਜ ਚਾਰ ਹੋਰ ਨਵੇਂ ਕੱਢ ਲੈਂਦੇ ਹੁਣ ਇਹ ਫੌਜੀ ਵੀਰ ਉਸ ਵੇਲੇ ਇਹਨਾਂ ਨੂੰ 100 ਦੇ 100 ਜਾਣੇ ਨੂੰ ਫੜ ਲਿਆ ਗਿਆ ਸੰਗਤ ਜੀ 26 ਜਾਣਿਆਂ ਨੂੰ ਇਹਨਾਂ ਨੂੰ 2.5 ਸਾਲ ਦੀ ਕੈਦ ਹੋਈ ਤੇ ਜਿਹੜੇ 74 74 ਜਣਿਆਂ ਨੂੰ ਢਾਈ-ਢਾਈ ਸਾਲ ਦੀ ਕੈਦ ਤੇ 26 ਜਣਿਆਂ ਨੂੰ 6-6 ਸਾਲ ਦੀ ਕੈਦ ਹੋਗੀ ਸਿਰਫ ਐਸੇ ਕਰਕੇ ਠੀਕ ਹੈ ਜੀ ਔਰ ਨਾਲ-ਨਾਲ 100-100 ਰੁਪਿਆ ਜੁਰਮਾਨਾ ਹੋਇਆ ਜਦੋਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਇਹਨਾਂ ਨੇ ਕਿਹਾ ਅਸੀਂ ਆਹੀ ਵਰਦੀ ਪਾ ਕੇ ਗੋਰਿਆਂ ਲਈ ਲੜਦੇ ਰਹੇ ਹਾਂ ਫਰਾਂਸ ਤੱਕ ਜਾ ਕੇ ਅਸੀਂ ਬਰਫ਼ਾਂ ਦੇ ਵਿੱਚ ਲੜੇ ਹਾਂ ਅਸੀਂ ਸਾਰਿਆਂ ਨੇ ਤਮਗੇ ਜਿੱਤੇ ਹਨ ਲੜਾਈਆਂ ਕਰਕੇ ਅੱਜ ਸਰਕਾਰ ਸਾਡੇ ਨਾਲ ਕੀ ਸਲੂਕ ਕਰ ਰਹੀ ਹੈ ਅੱਜ ਸਾਡੇ ਗੁਰਦੁਆਰਾ ਸਾਹਿਬਾਨਾਂ ਚ ਇੰਟਰਫੇਰੈਂਸ ਕਰ ਰਹੀ ਹੈ ਇਹ ਸਾਨੂੰ ਮਨਜ਼ੂਰ ਨਹੀਂ ਹੈ ਅੱਜ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਤੁਹਾਡੀ ਖਾਤਰ ਲੜਦੇ ਰਹੇ ਤੇ ਔਰ ਅੱਜ ਸਾਨੂੰ ਆਪਣੇ ਆਪ ਤੇ ਮਾਣ ਹੋ ਰਿਹਾ ਕਿ ਅਸੀਂ ਆਪਣੇ ਗੁਰੂ ਦੀ ਖਾਤਰ ਗ੍ਰਫਤਾਰੀ ਦੇ ਰਹੇ ਹਾਂ ਮਾਣ ਦੇ ਨਾਲ ਇਹਨਾਂ ਨੇ ਆਪਣੀਆਂ ਗ੍ਰਫਤਾਰੀਆਂ ਦਿੱਤੀਆਂ ਇਹ ਸਿੱਖ ਜਿਹੜੇ ਸੀ ਇਹਨਾਂ ਨੂੰ ਕੈਦ ਕਰਕੇ ਟ੍ਰੇਨ ਚ ਬਿਠਾ ਕੇ ਸੰਗਤ ਜੀ ਇਥੋਂ ਫਿਰ ਅਟਕ ਜ਼ਿਲ੍ਹਾ ਪੈਂਦਾ ਜੀ ਹਸਨ ਬਦਾਲ ਦਾ ਇੱਕ ਕੈਮਲਪੁਰ ਜੇਲ ਸੀਗੀ ਇੱਕ ਹਸਨਬਦਾਲ ਸੀ ਇਹਨਾਂ ਦੋਹਾਂ ਥਾਵਾਂ ਤੇ ਜੇਲ੍ਹਾਂ ਦੇ ਵਿੱਚ ਸਿੱਖਾਂ ਨੂੰ ਲਜਾਇਆ ਜਾਂਦਾ ਸੀ ਹੁਣ ਜਦੋਂ ਇਹਨਾਂ ਫੌਜੀਆਂ ਨੂੰ ਲੈ ਕੇ ਚੱਲੇ ਹਨ ਸਰਕਾਰ ਦਾ ਹੁਕਮ ਸੀ ਟ੍ਰੇਨ ਨਹੀਂ ਰੋਕ ਸਕਦੀ ਗੱਲ ਹੁਣ ਇੱਥੇ ਹੁੰਦੀ ਹੈ ਜਿਹੜਾ ਸਾਕਾ ਪੰਜਾ ਸਾਹਿਬ ਇਹ ਪੰਜਾ ਸਾਹਿਬ ਦੇ ਵਿੱਚੋਂ ਟ੍ਰੇਨ ਨਿਕਲਣੀ ਸੀ ਪੰਜਾ ਸਾਹਿਬ ਵਾਲੇ ਸਥਾਨ ਦੇ ਉੱਤੇ 300 ਸੰਗਤ ਨੇ ਇਕੱਠੇ ਹੋ ਕੇ ਤਹੱਈਆ ਕਰ ਲਿਆ ਕਿ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਭੇਜਣਾ ਹੈ ਸਿੱਖ ਕਹਿੰਦੇ ਪ੍ਰਸ਼ਾਦਾ ਛਕਾਉਣਾ ਹੈ ਤੇ ਸਰਕਾਰ ਕਹਿੰਦੀ ਛਕਾਉਣ ਨਹੀਂ ਦੇਣਾ ਗੱਲ ਕੀ ਹੈ ਫਿਰ ਕੁਝ ਵੀ ਨਹੀਂ ਦੇਖਿਆ ਜਾਵੇ ਗੱਲਾਂ ਕੁਝ ਨਹੀਂ ਹੈ ਪਰ ਤੁਸੀਂ ਇਹਦੇ ਵਿੱਚ ਇਹ ਅਸਲੀ ਪ੍ਰੇਮ ਦੀ ਗਾਥਾ ਹੈ ਇਹ ਅਸਲੀ ਇਸ਼ਕ ਹਕੀਕੀ ਹੈ ਜੇ ਕਰਨਾ ਤਾਂ ਇਹੋ ਜਿਹਾ ਕਰ ਲਓ ਨਹੀਂ ਤੇ ਉਦਾਂ ਹੀ ਮਰ ਜਾਓ ਗੁਰੂ ਤੋਂ ਕੀਰਤ ਕਰਨ ਹੋ ਕੇ ਜੀਣ ਨਾਲੋਂ ਚੰਗਾ ਇਹ ਸੰਗਤ ਜੀ ਅਸੀਂ ਮਰ ਜਾਈਏ ਹੁਣ ਇਹਨਾਂ ਨੇ ਕੀ ਕੀਤਾ ਟ੍ਰੇਨ ਜਾ ਰਹੀ ਹੈ ਹੁਣ ਉਹ ਜਿਹੜਾ ਸਥਾਨ ਸੀ ਨਾ ਪੰਜਾ ਸਾਹਿਬ ਵਾਲਾ ਇਹ ਪਹਿਲਾਂ ਹੀ ਵੈਸੇ ਆਜ਼ਾਦ ਹੋ ਚੁੱਕਾ ਸੀ ਆਜ਼ਾਦ ਹੋਣ ਤੋਂ ਬਾਅਦ ਇੱਥੇ ਸਰਦਾਰ ਪ੍ਰਤਾਪ ਸਿੰਘ ਜੀ ਇੱਥੇ ਦੇ ਮੈਨੇਜਰ ਖਜ਼ਾਨਚੀ ਬਣਾਏ ਗਏ ਸੀ ਠੀਕ ਹੈ ਜੀ ਇਸ ਸ਼ਹੀਦੀ ਦੇ ਵਿੱਚ ਦੋ ਸਿੱਖਾਂ ਦਾ ਨਾਮ ਖਾਸ ਤੌਰ ਤੇ ਹੁੰਦਾ ਪ੍ਰਤਾਪ ਸਿੰਘ ਜੀ ਤੇ ਕਰਮ ਸਿੰਘ ਜੀ ਥੋੜੀ ਥੋੜੀ ਇੱਕ ਇੱਕ ਮਿੰਟ ਚ ਇਹਨਾਂ ਦੀ ਬੈਕਗ੍ਰਾਉਂਡ ਸਰਦਾਰ ਪ੍ਰਤਾਪ ਸਿੰਘ ਜੀ ਅੰਗਰੇਜ਼ ਗੁਜਰਾਂ ਵਾਲੇ ਪੈਦਾ ਹੋਏ ਗੁਰਸਿੱਖ ਪਰਿਵਾਰ ਦੇ ਵਿੱਚ ਗੁਰਸਿੱਖੀ ਦੀ ਇਹਨਾਂ ਨੂੰ ਗੁੜਤੀ ਹੈ ਫੌਜ ਵਿੱਚ ਭਰਤੀ ਹੋ ਗਏ Shimla ਚਲੇ ਗਏ ਉੱਥੇ ਅਕਾਲੀ ਲਹਿਰ ਦਾ ਪ੍ਰਭਾਵ ਸੀ ਅਕਾਲੀ ਲਹਿਰ ਦਾ ਪ੍ਰਭਾਵ ਸੀ ਕਾਲਾ ਦਮਾਲਾ ਜਿਹੜੇ ਦਸਤਾਰ ਸੀ ਨਾ ਕਾਲੀ ਇਹਨੂੰ ਨਫ਼ਰਤ ਕਰਦੀ ਸੀ ਗਵਰਨਮੈਂਟ ਗੋਰਿਆਂ ਦੀ ਕਿਉਂਕਿ ਕਾਲੀ ਸਾਰੇ ਉਸ ਵੇਲੇ ਕਾਲੇ ਸਜਉਂਦੇ ਸੀ ਦਸਤਾਰਾਂ ਇਹ ਕੰਮ ਤੇ ਆਪਣੀ ਕਾਲੀ ਦਸਤਾਰ ਸਜਾ ਕੇ ਚਲੇ ਗਏ ਗੋਰਾ ਕਹਿੰਦਾ ਦਸਤਾਰ ਨਹੀਂ ਬੰਨਣ ਦੇਣੀ ਇਹਨਾਂ ਦੀ ਬਹਿਸ ਹੋ ਗਈ ਇਹਨਾਂ ਦਸਤਾਰ ਨਹੀਂ ਲਾਈ ਨੌਕਰੀ ਛੱਡ ਕੇ ਆ ਗਏ ਭਾਈ ਪ੍ਰਤਾਪ ਸਿੰਘ ਜੀ ਨੌਕਰੀ ਛੱਡ ਕੇ ਆ ਗਏ ਵਾਪਸ ਆਣ ਕੇ ਜਲਿਆਂ ਵਾਲੇ ਬਾਗ ਦੇ ਮੋਰਚੇ 'ਚ ਹਿੱਸਾ ਲਿਆ ਉਸ ਤੋਂ ਬਾਅਦ ਜਦੋਂ ਸਾਕਾ ਪੰਜਾ ਸਾਹਿਬ ਵਾਲਾ ਮੋਰਚਾ ਲੱਗਾ ਇਹ ਖਾਸ ਮੋਰਚਾ ਨਹੀਂ ਸੀ ਪਰ ਇਹ ਮੋਰਚਾ ਲੱਗਾ ਉਦੋਂ ਉਥੇ ਗਏ ਉਥੇ ਫਿਰ ਖਾਲਸੇ ਨੇ ਇਹਨਾਂ ਨੂੰ ਗੁਰਦਾਰਾ ਸਾਹਿਬ ਜੀ ਦੀ ਦੇਖਰੇਖ ਦੀ ਸੇਵਾ ਦੇ ਦਿੱਤੀ ਭਾਈ ਸੈਕਟਰੀ ਪ੍ਰਧਾਨ ਸੁਣਨਾ ਤੇ ਐਦਾਂ ਦਾ ਚੁਣ ਲਿਓ ਅੱਜ ਵੇਖ ਲਿਓ ਕਿਦਾਂ ਦਾ ਹੁੰਦਾ ਹੈ ਪ੍ਰਧਾਨ 100 ਸਾਲ ਪਹਿਲਾਂ ਗੁਰਦੁਆਰੇ ਦਾ ਸੈਕਟਰੀ ਕਿਦਾਂ ਦਾ ਹੁੰਦਾ ਸੀ ਹੁਣ ਵਾਲੇ ਨੂੰ ਅਨਾਉਂਸਮੈਂਟ ਵੀ ਨਹੀਂ ਕਰਨੀ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹਨੂੰ ਪੁੱਛੇ ਸ੍ਰੀ ਤੇਰੇ ਪਿਓ ਨੇ ਲਾਇਆ ਹੀ ਆ ਕੇ ਗੁਰਬਾਣੀ ਵਰਗੀ ਗੱਲ ਹੈ ਫਤਿਹ ਫਤਿਹ ਦੇ ਵਿੱਚੋਂ ਨਾ ਅਖਰ ਘਟਾਇਆ ਜਾ ਸਕਦਾ ਨਾ ਵਧਾਇਆ ਜਾ ਸਕਦਾ ਇਹ ਭਾਈ ਪ੍ਰਤਾਪ ਸਿੰਘ ਜੀ ਵਿਆਹ ਇਹਨਾਂ ਦਾ ਹੋਇਆ ਸੀ ਇੱਕ ਬੱਚਾ ਸੀ 2 ਸਾਲ ਦਾ ਜਦੋਂ ਬੱਚਾ ਹੋਇਆ ਇਸੇ ਸਾਲ ਦੇ ਜਨਵਰੀ ਵਿੱਚ ਗਰਮ ਉਬਲਦੇ ਪਾਣੀ ਚ ਡਿੱਗ ਕੇ ਚੜ੍ਹਾਈ ਕਰ ਗਿਆ ਕਿਸੇ ਨੂੰ ਰੋਣ ਨਹੀਂ ਦਿੱਤਾ ਪਰਿਵਾਰ ਚ ਆ ਕੇ ਇੱਕ ਹੀ ਬੱਚਾ ਸੀ ਚੜ੍ਹਾਈ ਕਰ ਗਿਆ ਭਾਈ ਪ੍ਰਤਾਪ ਸਿੰਘ ਦਾ ਨਾਂ ਯਾਦ ਰੱਖਿਓ ਇਹ ਭਾਈ ਪ੍ਰਤਾਪ ਸਿੰਘ ਸੈਕਟਰੀ ਹਨ ਦੂਜੇ ਕਰਮ ਸਿੰਘ ਕੌਣ ਹਨ ਕਰਮ ਸਿੰਘ ਜੀ ਅਸਲ ਚ ਆਨੰਦਪੁਰ ਸਾਹਿਬ ਪੈਦਾ ਹੋਏ ਉੱਥੋਂ ਦੇ ਮਹੰਤ ਸੀ ਭਗਵਾਨ ਸਿੰਘ ਜਿਨ੍ਹਾਂ ਦੇ ਪੁੱਤਰ ਸਨ ਪਰ ਇਹ ਮਹੰਤ ਉਹ ਮਹੰਤ ਸੀ ਜਿੱਦਾਂ ਦੇ ਗੁਰੂ ਸਾਹਿਬ ਨੇ ਬਣਾਏ ਹੀ ਇਹ ਗੁਰੂ ਦਾ ਸੇਵਕ ਮਹੰਤ ਪਰਿਵਾਰ ਸੀ ਪਿਤਾ ਜੀ ਨੂੰ ਪਟਿਆਲੇ ਦੇ ਮਹਾਰਾਜੇ ਨੇ ਸੱਦ ਲਿਆ ਸਾਨੂੰ ਗੁਰਬਾਣੀ ਸੁਣਾਓ ਮਹੰਤੀ ਕੇਸਗੜ੍ਹ ਸਾਹਿਬ ਦੀ ਇਹ ਭਾਈ ਕਰਮ ਸਿੰਘ ਕੋਲ ਆ ਗਈ ਤੇ ਜਦੋਂ ਹੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੱਥ ਜੋੜ ਕੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਖਾਲਸੇ ਨੂੰ ਫੜਾ ਦਿੱਤੀਆਂ ਐਦਾਂ ਦੇ ਮੰਤੋਂ ਨੇ ਚਾਹੀਦੇ ਨਾ ਹੱਥ ਜੋੜ ਕੇ ਖਾਲਸੇ ਨੂੰ ਚਾਬੀਆਂ ਫੜਾ ਦਿੱਤੀਆਂ ਆਪ ਚੱਲ ਪਏ ਪੰਥ ਦੀ ਸੇਵਾ ਕਰਨ ਇਹ ਕੀਰਤਨ ਵੀ ਕਰ ਲੈਂਦੇ ਸੀ ਇਸ ਬੱਬੀਂ ਦਰਸ਼ਨ ਕਰਦੇ ਹੋਏ ਮੋਰਚੇ 'ਚ ਗਏ ਗੁਰੂ ਕੇ ਬਾਗ ਵਾਲੇ 'ਚ ਗੁਰੂ ਕੇ ਬਾਗ ਦਾ ਮੋਰਚਾ ਸੰਗਤ ਜੀ ਨਵੰਬਰ 'ਚ ਖਤਮ ਹੁੰਦਾ ਇਹ ਜਿਹੜਾ ਸਾਕਾ ਇਹ 30 ਅਕਤੂਬਰ ਦਾ ਹੈ ਠੀਕ ਹੈ ਜੀ ਇਸ ਕਰਕੇ ਇਸ ਉਹ ਮੋਰਚੇ 'ਚ ਪਹਾਜਰੀ ਭਰਤ ਪਰ ਦੇ ਦਰਸ਼ਨ ਕਰਨ ਇਹ ਵੀ ਪੰਜਾ ਸਾਂ ਪਹੁੰਚੇ ਹੋਏ ਸੀ ਕਰਮ ਸਿੰਘ ਜੀ ਹੁਣ ਉੱਥੇ 300 ਦੇ ਕਰੀਬ ਸੰਗਤ ਇਕੱਠੀ ਹੋਈ ਹੈ ਕਹਿੰਦੇ ਲੰਗਰ ਛਕਾਉਣਾ ਹੈ ਦਾਸ ਉਹ ਭਾਗਾ ਵਾਲਾ ਜੀਵ ਹੈ ਜਿਨੂੰ ਉਸ ਪਟੜੀ ਤੇ ਖੜੇ ਹੋਣ ਦਾ ਮੌਕਾ ਮਿਲਿਆ ਜਿਸ ਤੇ ਟ੍ਰੇਨ ਆ ਰਹੀ ਸੀ ਜਦੋਂ ਅਸੀਂ ਪੰਜਾ ਸਾਹਿਬ ਜੀ ਦਾ ਜਿਹੜਾ ਸਟੇਸ਼ਨ ਹੈ ਜਿਸ ਨੂੰ ਹਸਨ ਅਬਦਾਲ ਜਾਂ ਪੰਜਾ ਸਾਹਿਬ ਜੀ ਦਾ ਸਟੇਸ਼ਨ ਕਹਿੰਦੇ ਹਨ ਉੱਥੇ ਅੱਜ ਵੀ ਉਹ ਪਟੜੀ ਲੰਘਦੀ ਏ ਸੰਗਤ ਜੀ ਸਟੇਸ਼ਨ ਮਾਸਟਰ ਨੂੰ ਸਾਫ਼ ਹਦਾਇਤਾਂ ਸੀ ਟ੍ਰੇਨ ਨਹੀਂ ਰੁਕ ਸਕਦੀ ਸੰਗਤ ਨੇ ਬੇਨਤੀ ਕੀਤੀ ਟ੍ਰੇਨ ਰੋਕ ਦੋ 5 ਮਿੰਟ ਅਸੀਂ ਕੁਝ ਨਹੀਂ ਕਹਿੰਦੇ ਪ੍ਰਸ਼ਾਦਾ ਛਕਾਉਣਾ ਉਹ ਅੱਗੇ ਚਲੇ ਜਾਣ ਸਟੇਸ਼ਨ ਮਾਸਟਰ ਕਹਿੰਦਾ ਟ੍ਰੇਨ ਨਹੀਂ ਰੁਕ ਸਕਦੀ ਡਰਾਈਵਰ ਨੂੰ ਉਪਰੋਂ ਹਦਾਇਤਾਂ ਸੀਗੀਆਂ ਜੋ ਮਰਜ਼ੀ ਹੋ ਜੇ ਟ੍ਰੇਨ ਨਹੀਂ ਰੁਕ ਸਕਦੀ ਜਦੋਂ ਖਾਲਸੇ ਦੀ ਹੋਰ ਕੋਈ ਪੇਸ਼ਨਾ ਗਈ ਸੰਗਤ ਜੀ ਟ੍ਰੇਨ ਸ਼ੁਕ ਸ਼ੁਕ ਕਰਦੀ ਆ ਰਹੀ ਐ ਉਸ ਵੇਲੇ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਸਭ ਤੋਂ ਅੱਗੇ ਤੇ ਮਗਰ ਫਿਰ ਲੈਣਾ ਲੱਗ ਗਈਆਂ ਬੈਠ ਗਿਆ ਖਾਲਸਾ ਲੈਣਾ ਦਿੱਤੇ ਗੱਲ ਕਿੰਨੀ ਕਹੇ ਪ੍ਰਸ਼ਾਦਾ ਛਕਾਉਣਾ ਦੇਖਿਆ ਜਾਵੇ ਗੱਲ ਕਿੰਨੀ ਕਹ ਪ੍ਰਸ਼ਾਦਾ ਛਕਾਉਣ ਬਦਲੇ ਆਪਣੀ ਜਾਨ ਦੇਣ ਲੱਗ ਪਏ ਇੱਥੇ ਜਾਨ ਕਿਤੋਂ ਦੇਣੀ ਹੈ ਜੀ ਆ ਦੇਖਣ ਹੀ ਨਹੀਂ ਜਿਹੜੇ ਰੋਜ਼ਕੋਸ਼ ਹੋ ਰਿਹਾ ਕੁੜੀ ਮੁੰਡੇ ਲਈ ਮੁੰਡਾ ਕੁੜੀ ਲਈ ਜਾਨ ਦਈ ਜਾ ਰਿਹਾ ਲੱਖ ਲਾਂ ਤਾਂ ਤੁਹਾਡੇ ਜਨਮ ਹੋਣ ਤੇ ਗੁਰਸਿੱਖੀ ਪ੍ਰੇਮ ਦੀਆਂ ਗੱਲਾਂ ਕਰਦੇ ਸੀ ਕੱਲ ਵਖਰੇਵਿਆਂ ਦੀਆਂ ਗੱਲਾਂ ਕਰਦੇ ਕਿੱਥੇ ਵਖਰੇਵਾਂ ਆ ਗਿਆ ਇੱਥੇ ਪਤਾ ਹੀ ਨਹੀਂ ਕਿਹੜੀ ਫੌਜ ਚੋਂ ਕਿਹੜੇ ਪਿੰਡੋਂ ਕਿਹੜੇ ਸਿੱਖ ਆ ਰਹੇ ਬਸ ਇਹਨਾਂ ਪਤਾ ਸਿੱਖ ਆ ਰਹੇ ਆ ਤੇ ਇਹਨਾਂ ਪਤਾ ਕਿ ਸਿੱਖ ਰੋਕਣ ਵਾਲੇ ਹਨ ਟ੍ਰੇਨ ਨੂੰ ਟ੍ਰੇਨ ਦੇ ਅੱਗੇ ਭਾਈ ਕਰਮ ਸਿੰਘ ਪ੍ਰਤਾਪ ਸਿੰਘ ਸਾਰੀ ਸੰਗਤ ਲੈ ਲੰਮੇ ਪੈ ਗਈ ਸੰਗਤ ਜੀ ਟ੍ਰੇਨ ਆਈ ਹੈ ਭਾਈ ਕਰਮ ਸਿੰਘ ਤੇ ਪ੍ਰਤਾਪ ਸਿੰਘ ਜੀ ਦੇ ਪੂਰਾ ਸਰੀਰ ਨੂੰ ਮਿੱਧ ਕੇ ਅੱਗੇ ਚਲੇ ਗਈ 6 ਸਿੱਖ ਹੋਰ ਜ਼ਖਮੀ ਹੋਏ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਵੱਡੀਆਂ ਗਈਆਂ। ਟ੍ਰੇਨ ਰੁਕ ਗਈ। ਕਿਹੜੀ ਸਾਇੰਸ ਕਹਿੰਦੀ ਐਨੀ ਛੇਤੀ ਟ੍ਰੇਨ ਰੁਕ ਜਾਂਦੀ ਦੱਸੋ। ਕਿਉਂ ਜੀ? ਟ੍ਰੇਨ ਨੂੰ ਰੁਕਣ ਲਈ ਜਿਹੜੀ ਟ੍ਰੇਨ ਐ ਨੂੰ ਤਾਂ ਰੁਕਣ ਲਈ ਸਮਾਂ ਹੀ ਬਹੁਤ ਚਾਹੀਦਾ ਐ। ਐਨੀ ਛੇਤੀ ਤੇ ਮਾਫ਼ ਕਰਨਾ ਕਾਰਨ ਹੀ ਰੁਕਦੀ ਜਿੰਨੀ ਛੇਤੀ ਟ੍ਰੇਨ ਰੁਕ ਗਈ। ਕਾਰਨ ਕਾਰਨ ਅੱਗੇ ਆਏਗਾ। ਹੁਣ ਦੇਖੋ ਭਾਈ ਕਰਮ ਸਿੰਘ ਤੇ ਪ੍ਰਤਾਪ ਸਿੰਘ ਜੀ ਦੋਨਾਂ ਦਾ ਸਰੀਰ ਉੱਡ ਗਿਆ ਹੈ। ਸਵਾਸ ਦੋਨਾਂ ਦੇ ਚੱਲ ਰਹੇ ਜਦੋਂ ਟ੍ਰੇਨ ਰੁਕੀ ਸਾਰੇ ਭੱਜ ਕੇ ਉਧਰ ਨੂੰ ਹੋਏ ਵੀ ਪਹਿਲਾਂ ਸਿੰਘਾਂ ਨੂੰ ਥੱਲੇੋਂ ਕੱਢੀਏ ਭਾਈ ਪ੍ਰਤਾਪ ਸਿੰਘ ਕਹਿੰਦੇ ਸਾਨੂੰ ਬਾਅਦ ਚ ਪਹਿਲਾਂ ਪ੍ਰਸ਼ਾਦਾ ਛਕਾਓ ਜਿੰਨਾ ਚਿਰ ਪ੍ਰਸ਼ਾਦਾ ਛਕਾਉਂਦੇ ਰਹੇ ਉਹਨਾਂ ਚਿਰ ਭਾਈ ਕਰਮ ਸਿੰਘ ਪ੍ਰਤਾਪ ਸਿੰਘ ਥੱਲੇ ਹੀ ਰਹੇ ਆ ਟ੍ਰੇਨ ਦੇ ਬਾਕੀ ਸਿੰਘ ਵੀ ਥੱਲੇ ਹਨ ਸੰਗਤ ਜੀ ਪ੍ਰਸ਼ਾਦਾ ਛਕਾਇਆ ਗਿਆ ਉਸ ਤੋਂ ਬਾਅਦ ਸੰਗਤ ਨੇ ਇਹਨਾਂ ਦੋਹਾਂ ਸਿੱਖਾਂ ਨੂੰ ਤੇ ਬਾਕੀ ਸਿੰਘਾਂ ਨੂੰ ਬਾਹਰ ਕੱਢਿਆ ਡੀਸੀ ਤੱਕ ਖਬਰ ਪਹੁੰਚ ਗਈ ਡੀਸੀ ਦੌੜਦਾ ਆ ਗਿਆ ਸੀ ਉਸ ਵੇਲੇ ਇਹਨਾਂ ਸਿੰਘਾਂ ਨੂੰ ਪੰਜਾ ਸਾਹਿਬ ਲਜਾਇਆ ਗਿਆ ਪੰਜਾ ਸਾਹਿਬ ਜਾ ਕੇ ਇਹਨਾਂ ਦੋਹਾਂ ਨੇ ਸਰੀਰ ਛੱਡ ਦਿੱਤੇ ਭਾਈ ਕਰਮ ਸਿੰਘ ਜੀ ਦੀ ਉਮਰ 37 ਸਾਲ ਸੀ 37 ਔਰ ਭਾਈ ਪ੍ਰਤਾਪ ਸਿੰਘ ਜੀ ਦੀ 30 ਸਾਲ ਦੀ ਉਮਰ ਸੀ 30 ਕੀ ਹੋ ਚੱਲਾ ਸੀ ਭੁੱਖੇ ਚਲੇ ਜਾਂਦੇ ਸਿੱਖ ਜੇਲ੍ਹ ਚ ਛਕ ਲਿੰਦੇ ਜਾ ਕੇ ਆ ਜੇ ਪ੍ਰੇਮ ਜਿਸ ਲਈ ਪ੍ਰੇਮ ਵੇਖਣਾ ਜੇ ਤੇ ਯਾਰ ਪ੍ਰਸ਼ਾਦਾ ਛਕਾਉਣ ਲਈ ਜਾਨ ਦੇ ਦੇਣੀ ਇਹ ਤੁਹਾਡਾ ਇਤਿਹਾਸ ਹੈ ਭਾਈ ਕਿ ਕਿਹਦਾ ਤਰਲਾ ਲਿਆ ਕਰੀਏ ਕਿਸੇ ਹਸਾਈ ਵੀਰ ਨੂੰ ਕਿਆ ਕਰੀਏ ਭਾਈ ਚਰਚਾ ਚ ਪੜਾਓ ਸਾਡਾ ਇਤਿਹਾਸ ਗੁਰਦੁਆਰੇ ਸਾਹਿਬ ਚ ਤੇ ਸਾਨੂੰ ਗੱਲ ਨਹੀਂ ਕਰਨ ਦਿੱਤੀ ਜਾਂਦੀ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਇੱਕੋ ਹੀ ਬਹਾਨਾ ਜੀ ਮੇਰੀ ਜ਼ਿੰਦਗੀ ਬੜੀ ਬਿਜ਼ੀ ਹੈ ਉਹਨਾਂ ਦੀ ਬਿਜ਼ੀ ਨਹੀਂ ਸੀ ਉਸ ਟਾਈਮ ਤੇ ਪੰਜਾ ਸਾਹਿਬ ਦੇ ਮੈਨੇਜਰ ਸੀਗੇ ਸਾਰੇ ਪੈਸੇ ਦਾ ਪ੍ਰਬੰਧ ਤੇ ਉਹ ਵੀ ਵੇਖਦੇ ਸੀ ਉਹਨਾਂ ਨੂੰ ਲੋੜ ਹੀ ਟ੍ਰੇਨ ਦੇ ਅੱਗੇ ਜਾ ਕੇ ਲੰਮੇ ਪੈਣ ਦੀ ਭਾਈ ਕਰਮ ਸਿੰਘ ਜੀ ਪ੍ਰਤਾਪ ਸਿੰਘ ਜੀ ਸ਼ਹੀਦ ਹੋ ਗਏ ਰਾਵਲਪਿੰਡੀ ਇਹਨਾਂ ਦਾ ਸਸਕਾਰ ਕੀਤਾ ਗਿਆ ਪੰਥ ਇਹਨਾਂ ਦੀ ਯਾਦ ਲੰਮੇ ਸਮੇਂ ਤੋਂ ਮਨਾਉਂਦਾ ਰਿਹਾ ਹੁਣ 100 ਸਾਲ ਤੋਂ ਉੱਤੇ ਹੋ ਗਿਆ ਸੰਗਤ ਜੀ ਜਿਹੜੇ ਸਿੰਘ ਜਖਮੀ ਹੋਏ ਸੀ ਲੱਤਾਂ ਬਾਹਾਂ ਵੱਡੀਆਂ ਗਈਆਂ ਉਹਨਾਂ ਦੇ ਉੱਤੇ ਬਕਾਇਦਾ ਬਕਾਇਦਾ ਸੰਗਤ ਜੀ ਉਹਨਾਂ ਦੇ ਉੱਤੇ ਮਕਦਮਾ ਚਲਾਇਆ ਗਿਆ ਟਰੇਨ ਰੋਕਣ ਦਾ ਔਰ ਤਰਸ ਨਹੀਂ ਆਇਆ ਇਹਨਾਂ ਦੁਸ਼ਟਾਂ ਨੂੰ ਉਹਨਾਂ ਨੂੰ ਇੱਕ ਇੱਕ ਸਾਲ ਦੀ ਸਜ਼ਾ ਹੋਈ ਕਹਿੰਦੇ ਇੱਕ ਸਾਲ ਦੀ ਜਾਂ ਸਜ਼ਾ ਜਾਂ 1000 ਰੁਪਏ ਦੇ ਉੱਤੇ ਅਸੀਂ ਤੁਹਾਨੂੰ ਮਾਫ਼ ਕਰਦੇ ਖਾਲਸੇ ਕਹਿੰਦੇ ਅਸੀਂ 1000 ਨਹੀਂ ਦੇਣਾ ਸਜ਼ਾ ਭੁਗਤਾਂਗੇ ਹੁਣ ਵਾਰੀ ਆਉਂਦੀ ਟਰੇਨ ਵਾਲੇ ਦੀ ਸਟੇਸ਼ਨ ਮਾਸਟਰ ਕਹਿੰਦਾ ਮੇਰੇ ਵੱਲੋਂ ਸਿਗਨਲ ਕਲੀਅਰ ਸੀ ਸਰਕਾਰ ਕਹਿੰਦੀ ਮੇਰੇ ਵੱਲੋਂ ਹੁਕਮ ਸੀ ਤੁਹਾਨੂੰ ਤੇ ਤੁਸੀਂ ਕਿਦਾਂ ਟ੍ਰੇਨ ਰੋਕ ਦਿੱਤੀ ਉਹ ਮੁਸਲਮਾਨ ਅਰਾਈ ਮੁਸਲਮਾਨ ਸੀਗਾ ਵੀਰ ਜਿਹੜਾ ਟ੍ਰੇਨ ਚਲਾਉਂਦਾ ਸੀ ਕਹਿੰਦਾ ਜਦੋਂ ਭਾਈ ਪ੍ਰਤਾਪ ਸਿੰਘ ਦੇ ਵਿੱਚ ਟ੍ਰੇਨ ਵੱਜੀ ਮੈਨੂੰ ਐ ਲੱਗਾ ਟ੍ਰੇਨ ਕਿਸੇ ਪਹਾੜ ਚ ਵੱਜ ਗਈ ਹੈ ਮੇਰੇ ਹੱਥੋਂ ਰੇਸ ਦਾ ਕੁੰਡਾ ਜਿਹਾ ਹੀ ਛੁੱਟ ਗਿਆ ਇੰਨਾ ਮੈਨੂੰ ਪਤਾ ਹੀ ਨਹੀਂ ਲੱਗਾ ਟ੍ਰੇਨ ਕਿਦੋਂ ਰੁਕ ਗਈ ਅੰਗਰੇਜ਼ ਸਰਕਾਰ ਨੇ ਬਕਾਇਦਾ ਇਨਕੁਆਰੀ ਕੀਤੀ ਇਨਕੁਆਰੀ ਦੇ ਵਿੱਚ ਇਹ ਸਾਫ਼ ਆਇਆ ਕਿ ਇੰਜਣ ਦੀ ਬ੍ਰੇਕ ਨਹੀਂ ਲਾਈ ਗਈ ਇੰਜਣ ਦੀ ਬ੍ਰੇਕ ਨਹੀਂ ਲਾਈ ਗਈ ਪਰ ਫੇਰ ਵੀ ਉਸ ਮੁਸਲਮਾਨ ਨੂੰ ਡੌਂਕਰੀ ਤੋਂ ਕੱਢ ਦਿੱਤਾ ਗਿਆ ਸੀ ਕਰਾਵਾਤ ਨਹੀਂ ਕਹਿੰਦੇ ਹੁੰਦੀ ਆ ਸਾਈਕਲ ਨਹੀਂ ਰੁਕਣਾ ਉਹਨੇ ਇਲਾਕੇ 'ਚ ਦੋ ਸਿੰਘਾਂ ਦੀ ਸ਼ਹੀਦੀ ਨੇ ਟ੍ਰੇਨ ਰੋਕ ਦਿੱਤੀ ਤੁਹਾਡੇਆਂ ਪੜਦੇ ਆ ਨਾ ਸਾਇੰਸ ਮੋਮੈਂਟਮ ਇੱਕ ਟ੍ਰੇਨ ਰੋਕਣ ਦੀ ਚਕੇ ਚ ਤਾਕਤਾ ਹਾਥੀ ਚ ਤਾਕਤ ਨਹੀਂ ਹੈਗੀ ਹਾਂ ਗੁਰੂ ਦੇ ਸਿੱਖ ਚ ਤਾਕਤ ਹੈਗੀ ਅੱਲ ਤਾਂ ਤੇ ਕਟਵਾ ਲੈਂਦਾ ਟ੍ਰੇਨ ਰੋਕ ਦਿੰਦਾ ਜੀ ਸੰਗਤ ਜੀ ਅਸੀਂ ਇਹਨਾਂ ਮਹਾਨ ਮਹਾਨ ਰੂਹਾਂ ਦੇ ਵਾਰਿਸਾਂ ਔਰ ਮਾਫ ਕਰਨਾ ਅੱਜ ਸਾਡਾ ਜੀਵਨ ਬਹੁਤ ਨੀਵੇਂ ਥਾਂ ਚੱਲ ਗਿਆ 10 ਆਪਣੀ ਗੱਲ ਕਰ ਰਿਹਾ ਤੁਸੀਂ ਸੰਗਤ ਰੂਪ ਹੋ ਪਰ ਭਾਈ ਜੇ ਸੰਗਤ ਦੇ ਵਿੱਚ ਆਪਾਂ ਢਿੱਲੇ ਮੱਠੇ ਬੈਠੇ ਆ ਆਪਣੇ ਜੀਵਨ ਨੂੰ ਸਵਾਰੀਏ ਲੋੜ ਪੈਣ ਤੇ ਗੁਰੂ ਕਿਰਪਾ ਕਰੇ ਅਸੀਂ ਵੀ ਭਾਈ ਕਰਮ ਸਿੰਘ ਪ੍ਰਤਾਪ ਸਿੰਘ ਬਣ ਸਕੀਏ ਲੋੜ ਪੈਣ ਤੇ ਗੁਰੂ ਸਾਹਿਬ ਕਿਰਪਾ ਕਰੇ ਇਹ ਸੇਵਾਵਾਂ ਲੈ ਯਾਦ ਰੱਖਿਓ ਤੁਹਾਨੂੰ ਪੜਦਾਦਿਆਂ ਦੇ ਨਾਂ ਚੇਤੇ ਨਹੀਂ ਰਹਿ ਅੱਜ ਤੋਂ ਬਾਅਦ ਕਰਮ ਸਿੰਘ ਤੇ ਪ੍ਰਤਾਪ ਸਿੰਘ ਜੀ ਨੂੰ ਨਾ ਭੁੱਲ ਜਿਓ 30 ਸਾਲ ਤੇ 37 ਸਾਲ ਦੀ ਉਮਰ ਦੇ ਵਿੱਚ ਭਾਈ ਪ੍ਰਤਾਪ ਸਿੰਘ ਜੀ ਜਿਨ੍ਹਾਂ ਦਾ ਬੇਟਾ ਤੇ ਚੜਾਈ ਕਰ ਗਿਆ ਸੀਗਾ ਪਾਣੀ ਉਬਲਦੇ ਚ ਛੱਡ ਕੇ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਚ ਉਹਨਾਂ ਦੇ ਘਰੇ ਇੱਕ ਬੈਟੀ ਪੈਦਾ ਹੋਈ ਉੱਥੋਂ ਵੰਸ਼ ਚੱਲਦਾ ਹੈ ਅੱਜ ਵੀ ਉਹਨਾਂ ਦਾ ਪੱਟੀ 'ਚ ਰਹਿ ਰਹੇ ਉਹਨਾਂ ਦਾ ਪੁੱਤ ਸੁਣ ਲਓ ਭਾਈ ਹੈ ਉਹਨਾਂ ਦੇ ਪਰਿਵਾਰ ਅੱਜ ਵੀ ਪਰਿਵਾਰ ਚੱਲਦੇ ਹਨ ਗੁਰੂ ਸਾਹਿਬ ਕਿਰਪਾ ਕਰਨ ਇਹ ਭਾਈ ਤੁਹਾਡੇ ਸਾਕੇ ਆ ਗੱਲ ਦੇ ਵਿੱਚ ਪੱਟੀ ਪਾਉਣ ਦਾ ਮਕਸਦ ਆ ਇਹਨੂੰ ਸਮਝੋ ਇਹ ਗੁਰਸਿੱਖਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇੱਕ ਨਵਾਂ ਆਈਡੀਆ ਇਹ ਮੋਰਚਿਆਂ ਦੀ ਕੀਤੀ ਇਸੇ ਬਾਣ ਦੇ ਸਾਹਜ ਪੈ ਗਈ ਸਾਕਾ ਨਨਕਾਣਾ ਸਾਹਿਬ ਚਾਬੀਆਂ ਦਾ ਮੋਰਚਾ ਸਾਕਾ ਪੰਜਾ ਸਾਹਿਬ ਤੇ ਹੁਣ ਆ ਜਿਹੜਾ ਸਾਕਾ ਗੁਰੂ ਦਾ ਬਾਗ ਸੰਗਤ ਜੀ ਇਹਨਾਂ ਦੀ ਸਾਂਝ ਪਈ ਹੈ ਇਤਿਹਾਸ ਬਹੁਤ ਲੰਬੇ ਹਨ ਜੋ ਤੁਸੀਂ ਪੜਨ ਤੁਰੋਗੇ ਆਪ ਪੜਿਆ ਕਰੋ ਗੁਰੂ ਸਾਹਿਬ ਕਿਰਪਾ ਕਰਨ ਇਹ ਨਾ ਹੋਵੇ ਕੱਲ ਵੀ ਪੰਕਤੀਆਂ ਪੜੀਆਂ ਸੀ ਆਪਣਾ ਜੀਵਨ ਬਿਰਥਾ ਕਰਕੇ ਚਲੇ ਜਾਈਏ ਚਿਰੰਕਾਲ ਪਾਈ ਦੁਰਲੱਭ ਦੇ ਨਾਮ ਵਿੱਚ ਹੋਣੀ ਹੋਈ ਖੇ ਜੇ ਨਾਮ ਜਪਣ ਤੋਂ ਬਿਨਾ ਚਲੇ ਗਏ ਖੇ ਹੋ ਗਈ ਫਿਰ ਪਤਾ ਕੀ ਅਗਲੀ ਪੰਕਤੀ ਗੁਰੂ ਸਾਹਿਬ ਨੇ ਕੀ ਰਚੀ ਇੱਤੇ ਪਸ਼ੂ ਪਰੇਤ ਮੁਗਦ ਤੇ ਬੁਰੀ ਤਿਸੇ ਨ ਬੂਜੇ ਜਿਨ ਇਸਰੀ ਸਾਡਾ ਜੀਵਨ ਪਸ਼ੂਆਂ ਤੋਂ ਮਾੜਾ ਹੋਏਗਾ ਭੂਤਾਂ ਤੋਂ ਮਾੜਾ ਹੋਏਗਾ ਮੂਰਖਾਂ ਤੋਂ ਮਾੜਾ ਹੋਏਗਾ ਇਹ ਨਾ ਹੋਵੇ ਕਹਿੰਦੇ ਰਹਿ ਜੀਏ ਮੈਂ ਬਹੁਤ ਸਿਆਣਾ ਮੈਂ ਬਹੁਤ ਸਿਆਣਾ ਤੇ ਜਦੋਂ ਉੱਥੇ ਜਾਈਏ ਗੁਰੂ ਸਾਹਿਬ ਬਾਝ ਹੀ ਦੇਣਾ ਓ ਮੂਰਖਾ ਗਿਆ ਜੀ ساری ਉਮਰ ਹੰਕਾਰ ਕਰਦਾ ਰਿਹਾ ਕਰ ਅਹੰਕਾਰ ਹੋਏ ਵਰਤੈ ਅੰਧ ਜਮ ਕੀ ਜੇਵੜੀ ਤੂੰ ਆਗੇ ਬੰਦ ਇਹਦਾ ਇੱਕ ਹੀ ਹੱਲ ਹੈ ਸੰਗਤ ਜੀ ਹੱਥ ਜੋੜੋ ਅਰਦਾਸ ਕਰੀਏ ਸੁਣ ਕਰਤਾਰ ਗੋਬਿੰਦ ਗੋਪਾਲ ਸੁਣ ਕਰਤਾਰ ਗੋਬਿੰਦ ਗੋਪਾਲ ਸੁਣ ਦੀਨ ਦਇਆਲ ਸਦਾ ਕਿਰਪਾਲ ਦੀਨ ਦਇਆਲ ਸਦਾ ਕਿਰਪਾਲ ਤੂੰ ਮੈਂ ਛਡਾਵੋ ਛੁਟਕੇ ਬੰਦ ਤੂੰ ਮੈਂ ਛਡਾਵੋ ਛੁਟਕੇ ਬੰਦ ਮੈਂ ਛਡਾਵੋ ਛੁਟਕੇ ਬੰਦ ਤੂੰ ਮੈਂ ਛਡਾਵੋ ਛੁਟਕੇ ਬੰਦ ਏ ਵਾਹਿਗੁਰੂ ਜੀ ਮੇਰੇ ਕਰਮ ਬਹੁਤ ਮਾੜੇ ਹਨ ਮੈਂ ਬੰਦਨਾ ਚ ਬੱਜਿਆ ਹੋਇਆ ਹਾਂ ਗੁਰੂ ਸਾਹਿਬ ਜੀ ਕਿਰਪਾ ਕਰੋ ਜੇ ਤੁਸੀਂ ਮੇਰੇ ਬੰਧਨ ਤੋੜ ਦਓ ਇਹਨਾਂ ਤੋਂ ਛਡਾ ਜਾਓ ਤੇ ਮੈਂ ਛੁੱਟ ਜਾਵਾਂਗਾ ਮੁਕਤ ਹੋ ਜਾਵਾਂਗਾ ਤੁਮੈਂ ਛਡਾਓ ਛੁੱਟ ਕੇ ਬੰਦ ਤੁਮੈਂ ਛਡਾਓ ਛੁੱਟ ਕੇ ਬੰਦ ਬਖਸ਼ ਮਿਲਾਵੋ ਨਾਨਕ ਜਗੰਦ ਬਖਸ਼ ਮਿਲਾਵੋ ਨਾਨਕ ਜਗੰਦ ਬਖਸ਼ ਮਿਲਾਵੋ ਨਾਨਕ ਚਰੰਦ ਬਖਸ਼ ਮਿਲਾਵੋ ਨਾਨਕ ਜਗੰਦ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਮ ਲਾਵੇ ਆਪਨ ਪਾਲੀ ਬਖਸ਼ ਬਿਲਾਵੋ ਨਾਨਕ ਜਗ ਅੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ